ਬੀ ਸੋਸ਼ਲ ਵੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਮੈਂ ਰੁਪਿੰਦਰ ਸੰਧੂ ਤਹਿ ਦਿਲੋਂ ਸਵਾਗਤ ਕਰਦੀ ਹਾਂ ਤੁਹਾਨੂੰ ਸਾਰਿਆਂ ਨੂੰ ਹੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਬੀ ਸੋਸ਼ਲ ਦੇ ਇਸ ਬੇਹੱਦ ਖਾਸ ਪ੍ਰੋਗਰਾਮ ਦਸਤਕ ਦੇ ਵਿੱਚ ਅੱਜ ਸਾਡੇ ਨਾਲ ਹੋਣਗੇ ਰਾਜੀਵ ਕੁਮਾਰ ਜਿਹੜੇ ਕਿ ਫਿਲਮ ਡਾਇਰੈਕਟਰ ਨੇ ਉਹਨਾਂ ਦਾ ਜਨਮ ਸੰਨ 1969 'ਚ ਲੁਧਿਆਣਾ ਜ਼ਿਲ੍ਹਾ ਦੇ ਕਸਬਾ ਮੁੱਲਾਂਪੁਰ ਵਿਖੇ ਹੋਇਆ ਉਹ ਆਪਣੇ ਸਾਰੇ ਭੈਣ ਭਰਾਵਾਂ ਤੋਂ ਛੋਟੇ ਹੋਣ ਕਰਕੇ ਉਹਨਾਂ ਨੇ ਬੜੀ ਛੋਟੀ ਉਮਰ ਵਿੱਚ ਗੰਭੀਰ ਕਿਸਮ ਦਾ ਜਿਹੜਾ ਸਾਹਿਤ ਆ ਉਹ ਪੜ੍ਹ ਲਿਆ ਸੀ ਯੂਨੀਵਰਸਿਟੀ 'ਚ ਪੜ੍ਹਦਿਆਂ ਸਮੇਂ ਉਹਨਾਂ ਨੇ ਆਪਣੇ ਇੱਕ ਦੋਸਤ ਨਾਲ ਮਿਲ ਕੇ ਕਲਾ ਮੰਚ ਨਾਂ ਦਾ ਇੱਕ ਥੀਏਟਰ ਮੰਚ ਸਟਾਰਟ ਕੀਤਾ ਜਿਹਦੇ ਵਿੱਚ ਉਹਨਾਂ ਨੇ ਸੁਚੇਤ ਕਿਸਮ ਦਾ ਥੀਏਟਰ ਕਰਨ ਨੂੰ ਪਹਿਲ ਦਿੱਤੀ ਉਸ ਤੋਂ ਬਾਅਦ ਉਹਨਾਂ ਦਾ ਰੁਝਾਨ ਜਿਹੜਾ ਫਿਲਮਾਂ ਬਣਾਉਣ ਵੱਲ ਹੋ ਗਿਆ ਉਹਨਾਂ ਨੇ ਬਹੁਤ ਹੀ ਮਸ਼ਹੂਰ ਜਿਨ੍ਹਾਂ ਨੂੰ ਅਸੀਂ ਅਕਸਰ ਕਲਾ ਫਿਲਮਾਂ ਜਾਂ ਛੋਟੀਆਂ ਫਿਲਮਾਂ ਵੀ ਕਹਿ ਦਿੰਦੇ ਹਾਂ ਉਹਨਾਂ ਦਾ ਨਿਰਮਾਣ ਕੀਤਾ ਹੈ ਜਿਹਦੇ ਵਿੱਚ ਆਤੂ ਖੋਜੀ ਨਾਵਰ ਸਾਵੀ ਅਤੇ ਚੰਮ ਵਰਗੀਆਂ ਫਿਲਮਾਂ ਜਿਹੜੀਆਂ ਕਿ ਬੇਹੱਦ ਮਕਬੂਲ ਹੋਈਆਂ ਨੇ ਉਹਨਾਂ ਦੀ ਫਿਲਮ ਨਾਬਰ ਨੂੰ 2014 ਦੇ ਵਿੱਚ ਨੈਸ਼ਨਲ ਅਵਾਰਡ ਮਿਲਿਆ ਉਹਨਾਂ ਦਾ ਫਿਲਮੀ ਸਫ਼ਰ ਉਹਨਾਂ ਦੀ ਜ਼ਿੰਦਗੀ ਅਤੇ ਅੱਜ ਕੱਲ੍ਹ ਉਹ ਅਧਿਆਪਨ ਦੇ ਕਿੱਤੇ ਨਾਲ ਵੀ ਜੁੜੇ ਨੇ ਇਹਨਾਂ ਸਾਰੀਆਂ ਚੀਜ਼ਾਂ ਉੱਤੇ ਗੱਲਬਾਤ ਕਰਾਂਗੇ ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰਦੇ ਹਾਂ ਸਤਿ ਸ਼੍ਰੀ ਅਕਾਲ ਸਰ ਸਤਿ ਸ਼੍ਰੀ ਅਕਾਲ ਜੀ ਮੇਰੇ ਵੱਲੋਂ ਵੀ ਸਾਰੇ ਦਰਸ਼ਕਾਂ ਨੂੰ ਅਤੇ ਬੀ ਸੋਸ਼ਲ ਦਾ ਮੈਂ ਧੰਨਵਾਦ ਕਰਦਾ ਜਿਨ੍ਹਾਂ ਨੇ ਮੈਨੂੰ ਮੌਕਾ ਦਿੱਤਾ ਕਿ ਮੈਂ ਆਪਣੀ ਗੱਲ ਦਰਸ਼ਕਾਂ ਨਾਲ ਸਾਂਝੀ ਕਰ ਸਕਾਂ ਸ਼ੁਕਰੀਆ ਸਰ ਮੈਂ ਜਦੋਂ ਵੀ ਤੁਹਾਨੂੰ ਸੋਸ਼ਲ ਮੀਡੀਆ 'ਤੇ ਵੀ ਪੜ੍ਹੀਦਾ ਹਮੇਸ਼ਾ ਹੈ ਨਾ ਪਰ ਬਹੁਤ ਮੈਨੂੰ ਇਹ ਲੱਗਦਾ ਹੁੰਦਾ ਕਿ ਤੁਸੀਂ ਉਹਨਾਂ ਲੋਕਾਂ 'ਚੋਂ ਜਿਹੜੇ ਬਹੁਤ ਘੱਟ ਵਿਚਰਦੇ ਨੇ ਉਸ ਥਾਂ 'ਤੇ ਜੀ ਸ਼ੁਰੂਆਤ ਤੁਸੀਂ ਥੀਏਟਰ ਨਾਲ ਕੀਤੀ ਬਹੁਤ ਲੰਮਾ ਸਮਾਂ ਤੁਸੀਂ ਗੁਰਸ਼ਰਨ ਭਾਅ ਜੀ ਨਾਲ ਵੀ ਜੁੜੇ ਰਹੇ ਹੋ ਹੈ ਨਾ ਜਿਹੜੇ ਕਿ ਤੁਹਾਡੇ ਹੀ ਤਰ੍ਹਾਂ ਉਹਨਾਂ ਬਾਰੇ ਵੀ ਇਹੀ ਕਿਹਾ ਜਾਂਦਾ ਹੈ ਕਿ ਉਹਨਾਂ ਨੇ ਇਸ ਕਿਸਮ ਦਾ ਜਿਹੜੇ ਨਾਟਕ ਕੀਤੇ ਨੇ ਇਸ ਕਿਸਮ ਦਾ ਥੀਏਟਰ ਜਿਹੜਾ ਪੰਜਾਬ ਦੇ ਵਿੱਚ ਉਹਨਾਂ ਨੇ ਉਭਾਰਿਆ ਜਿਹੜਾ ਕਿ ਲੋਕ ਹਿੱਤ ਲਈ ਕਾਰਜ ਕਰਦਾ ਸੀ ਹੈ ਨਾ ਉਹਨਾਂ ਦੇ ਜਿਹੜੇ ਪੁਰਾਣੇ ਵਿਦਿਆਰਥੀ ਨੇ ਜਿਵੇਂ ਡਾਕਟਰ ਸਾਹਿਬ ਸਿੰਘ ਹੋ ਗਏ ਗੁਰਪ੍ਰੀਤ ਪੰਗੂ ਮੈਮ ਹੋ ਗਏ ਅਨੀਤਾ ਸਬਦੀਸ਼ ਹੋਣੀ ਉਹ ਅੱਜ ਵੀ ਉਸੇ ਲੀ 'ਤੇ ਚੱਲ ਕੇ ਕੰਮ ਕਰ ਰਹੇ ਨੇ ਉਹਨਾਂ ਦੇ ਵਿੱਚੋਂ ਇੱਕ ਤੁਸੀਂ ਵੀ ਹੋ ਜੀ ਜ਼ਿਆਦਾਤਰ ਲੋਕ ਜਦੋਂ ਥੀਏਟਰ ਕਰਦੇ ਆ ਤਾਂ ਉਹਨਾਂ ਦੀ ਇੱਛਾ ਹੁੰਦੀ ਹੈ ਕਿ ਉਹ ਫਿਲਮਾਂ 'ਚ ਜਾਣ ਜਾਂ ਫਿਰ ਉਹ ਟੀ ਵੀ 'ਚ ਚਲੇ ਜਾਣ ਅਦਾਕਾਰ ਦੇ ਤੌਰ 'ਤੇ ਇੱਕ ਸੁਪਨਾ ਲੈ ਕੇ ਵਿਚਰਦੇ ਨੇ ਪਰ ਤੁਸੀਂ ਅਦਾਕਾਰੀ ਤੋਂ ਹਟ ਕੇ ਫਿਲਮਾਂ ਬਣਾਉਣ ਵੱਲ ਆਏ ਇਹ ਸੋਚ ਆ ਜਿਹੜੀ ਦਿਮਾਗ ਦੇ ਵਿੱਚ ਇਹ ਕਿਸ ਤਰੀਕੇ ਨਾਲ ਆਈ ਉਹ ਜਿਵੇਂ ਰੁਪਿੰਦਰ ਜੀ ਤੁਸੀਂ ਦੱਸਿਆ ਕਿ ਮੈਂ ਐਕਚੁਲੀ ਜਗਰਾਓਂ ਪੈਦਾ ਹੋਇਆ ਬਟ ਬਹੁਤਾ ਸਮਾਂ ਲਾਈਫ ਦਾ ਮੁੱਲਾਪੁਰ ਗੁਜ਼ਾਰਿਆ ਅਤੇ ਜਦੋਂ ਮੈਂ ਜਗਰਾਓਂ ਸੀਗਾ ਮੈਂ ਆਪਣੇ ਭੈਣ ਭਰਾਵਾਂ 'ਚ ਤਾਂ ਵੱਡਾ ਪਰ ਮੇਰੇ ਆਲੇ ਦੁਆਲੇ ਮੇਰੇ ਕਜ਼ਨ ਬ੍ਰਦਰ ਸਿਸਟਰ ਸੀਗੇ ਉਹ ਸਾਰੇ ਕਾਲਜ 'ਚ ਪੜ੍ਹਦੇ ਸੀ ਜਦੋਂ ਮੈਂ ਬਹੁਤ ਛੋਟਾ ਸੀ ਤਾਂ ਉਹਨਾਂ ਦੀਆਂ ਜਿਹੜੀਆਂ ਲਿਟਰੇਚਰ ਦੀਆਂ ਕਿਤਾਬਾਂ ਸੀ ਉਹ ਬਹੁਤ ਜਲਦੀ ਮੈਂ ਪੜ੍ਹ ਲੈਂਦਾ ਸੀ ਮਤਲਬ ਇੱਦਾਂ ਹੀ ਸ਼ੌਂਕ ਪਿਆ ਜਿੱਦਾਂ ਉਹਨਾਂ ਦੀਆਂ ਜਿਹੜੀਆਂ ਕਾਲਜ ਦੀਆਂ ਕਿਤਾਬਾਂ ਸੀਗੀਆਂ ਭਾਈ ਵੀਰ ਸਿੰਘ ਹੋ ਗਿਆ ਨਾਨਕ ਸਿੰਘ ਦੇ ਨਾਵਲ ਵਗੈਰਾ ਉਹ ਮੈਂ ਜਦੋਂ ਦੂਜੀ ਤੀਜੀ ਕਲਾਸ ਤੀਜੀ ਕਲਾਸ ਸੀ ਉਦੋਂ ਹੀ ਪੜ੍ਹਨੇ ਸ਼ੁਰੂ ਕਰਤੇ ਸੋ ਉਦੋਂ ਤੋਂ ਹੀ ਲਿਟਰੇਚਰ ਪੜ੍ਹਨ ਦਾ ਬਹੁਤ ਸ਼ੌਂਕ ਪੈ ਗਿਆ ਜਾਂ ਕਹਿ ਲਓ ਕਿ ਰੁਝਾਨ ਉੱਧਰ ਵੱਧ ਗਿਆ ਲਿਟਰੇਚਰ ਪੜ੍ਹਨ ਦਾ ਅਤੇ ਉਹ ਲਿਟਰੇਚਰ ਤੋਂ ਹੌਲੀ ਹੌਲੀ ਫਿਰ ਥੀਏਟਰ ਵੱਲ ਆਏ ਅਤੇ 1988 'ਚ ਅਸੀਂ ਲੋਕ ਕਲਾ ਮੰਚ ਮੰਡੀ ਮੁੱਲਾਪੁਰ ਨਾਂ ਦਾ ਥੀਏਟਰ ਗਰੁੱਪ ਸ਼ੁਰੂ ਕੀਤਾ ਤਿੰਨ ਚਾਰ ਦੋਸਤਾਂ ਨਾਲ ਮਿਲ ਕੇ ਅਤੇ ਉਹ ਥੀਏਟਰ ਗਰੁੱਪ ਹੁਣ ਮਤਲਬ ਦੇਖ ਲਓ 25 ਸਾਲ ਤੋਂ ਜ਼ਿਆਦਾ ਹੋ ਗਏ ਔਰ ਸਾਡਾ ਆਪਣਾ ਮੁੱਲਾਪੁਰ ਦੇ ਵਿੱਚ ਇੱਕ ਆਡੀਟੋਰੀਅਮ ਹੈ ਅਤੇ ਉਹਦੇ 'ਚ ਕੁਛ ਦੋਸਤ ਲਗਾਤਾਰਤਾ 'ਚ ਨਹੀਂ ਕੰਮ ਕਰ ਸਕੇ ਪਰ ਸਾਡੇ ਕੁਛ ਦੋਸਤ ਜਿੱਦਾਂ ਹਰਕੇਸ਼ ਚੌਧਰੀ ਸੁਰਿੰਦਰ ਸ਼ਰਮਾ ਉਹਨਾਂ ਨੇ 88 ਤੋਂ ਹੀ ਲਗਾਤਾਰਤਾ ਬਣਾਈ ਹੋਈ ਹੈ ਅਤੇ ਇੱਕ ਛੋਟੇ ਜਿਹੇ ਕਸਬੇ 'ਚ ਇੱਕ ਨਾਟਕ ਗਰੁੱਪ ਦਾ ਆਪਣਾ ਆਡੀਟੋਰੀਅਮ ਹੋਣਾ ਬਹੁਤ ਵੱਡੀ ਗੱਲ ਹੈ ਪਰ ਮੈਂ 1990 'ਚ ਡਿਪਾਰਟਮੈਂਟ ਆਫ ਇੰਡੀਅਨ ਥੀਏਟਰ ਪੰਜਾਬ ਇੰਸਟੀਟਿਊਟ ਚੰਡੀਗੜ੍ਹ ਡਰਾਮਾ ਦੀ ਪੜ੍ਹਾਈ ਕਰਨ ਆ ਗਿਆ ਉਸ ਤੋਂ ਪਹਿਲਾਂ ਮੈਂ ਸਾਇੰਸ ਕਾਲਜ ਜਗਰਾਓਂ ਪੜ੍ਹਦਾ ਸੀ ਬਟ ਸਾਇੰਸ 'ਚ ਇੰਟਰਸਟ ਘੱਟ ਸੀਗਾ ਅਤੇ ਫਿਰ ਮੈਂ ਬੀ ਏ ਔਨਰਸ ਪੰਜਾਬੀ ਲਿਟਰੇਚਰ ਨਾਲ ਕੀਤੀ ਅਤੇ ਐੱਮ ਏ ਇੰਡੀਅਨ ਥੀਏਟਰ ਤੋਂ ਕੀਤੀ ਸੋ ਜਗਰਾਓਂ ਬਾਰੇ ਮੈਂ ਤੁਹਾਨੂੰ ਇੱਕ ਬੜੀ ਦਿਲਚਸਪ ਗੱਲ ਦੱਸਦਾ ਕਿ ਜਗਰਾਓਂ ਇੱਕ ਛੋਟਾ ਜਿਹਾ ਕਸਬਾ ਹੈ ਪਰ ਇੰਡੀਆ ਦੇ ਵਿੱਚ ਮਤਲਬ ਫਿਲਮਾਂ ਦਾ ਸਭ ਤੋਂ ਵੱਡਾ ਅਵਾਰਡ ਜੇ ਕਿਸੇ ਨੂੰ ਮੰਨਿਆ ਜਾਂਦਾ ਤਾਂ ਨੈਚੁਰਲੀ ਨੈਸ਼ਨਲ ਅਵਾਰਡ ਹੈ ਅਤੇ ਸਾਡੇ ਮੈਨੂੰ ਲੱਗਦਾ ਹਾਲੇ ਤੱਕ ਪਿਛਲੇ 60 ਤੋਂ 64-65 ਸਾਲ ਹੋ ਗਏ ਫਿਲਮ ਅਵਾਰਡ ਸ਼ੁਰੂ ਹੋਏ ਨੂੰ ਨੈਸ਼ਨਲ ਨੂੰ ਅਤੇ 15-16 ਫਿਲਮਾਂ ਨੂੰ ਹੀ ਮਿਲਿਆ ਪੰਜਾਬੀ ਦੀਆਂ ਨੂੰ ਅਤੇ ਕਮਾਲ ਦੀ ਗੱਲ ਹੈ ਕਿ ਜਗਰਾਓਂ ਕਸਬੇ ਨਾਲ ਸੰਬੰਧਿਤ ਘੱਟੋ ਘੱਟ 4 ਜਾਂ 5 ਬੰਦੇ ਨੇ ਜਿਨ੍ਹਾਂ ਨੂੰ ਨੈਸ਼ਨਲ ਅਵਾਰਡ ਮਿਲਿਆ ਸਭ ਤੋਂ ਪਹਿਲਾਂ ਸ਼ੁਰੂਆਤ ਹੋਈ ਬਲਦੇਵ ਗਿੱਲ ਉਹਨਾਂ ਦੀ ਫਿਲਮ ਚੰਦਪੁਰ ਦੀ ਸੀ ਉਹ ਜਗਰਾਓਂ ਦੇ ਨੇ ਔਰ ਉਸ ਤੋਂ ਬਾਅਦ ਟੰਡਨ ਸਾਹਿਬ ਸਾਡੇ ਉਹਨਾਂ ਦੀ ਫਿਲਮ ਕਚਹਿਰੀ ਨੂੰ ਨੈਸ਼ਨਲ ਅਵਾਰਡ ਮਿਲਿਆ ਉਹ ਵੀ ਜਗਰਾਓਂ ਦੇ ਨੇ ਸੁਖਵਿੰਦਰ ਤੰਜਲ ਉਹਨਾਂ ਦੀ ਫਿਲਮ ਬਾਗੀ ਨੂੰ ਨੈਸ਼ਨਲ ਅਵਾਰਡ ਮਿਲਿਆ ਉਹ ਜਗਰਾਓਂ ਸਾਇੰਸ ਕਾਲਜ 'ਚ ਮੇਰੇ ਸੀਨੀਅਰ ਸੀਗੇ ਔਰ ਉਸ ਤੋਂ ਬਾਅਦ ਮੈਨੂੰ ਨੈਸ਼ਨਲ ਅਵਾਰਡ ਮਿਲਿਆ ਮੇਰੇ ਤੋਂ ਬਾਅਦ ਅਨੁਰਾਗ ਸਿੰਘ ਜਿਨ੍ਹਾਂ ਨੂੰ 84 ਦੇ ਲਈ ਨੈਸ਼ਨਲ ਅਵਾਰਡ ਮਿਲਿਆ
ਉਹ ਹਰਜੀਤ ਸਿੰਘ ਸਾਡੇ ਜਗਰਾਓਂ ਦੇ ਨੇ, ਜਿਹੜੇ ਦੂਰਦਰਸ਼ਨ 'ਚ ਜਿਹਨਾਂ ਨੇ ਬਹੁਤ ਕਮਾਲ ਦਾ ਕੰਮ ਕੀਤਾ, ਉਹਨਾਂ ਦੇ ਜਵਾਈ ਨੇ। ਸੋ ਮਤਲਬ ਇੱਕ ਛੋਟੇ ਜਿਹੇ ਕਸਬੇ ਤੋਂ 5 ਨੈਸ਼ਨਲ ਅਵਾਰਡ ਨਾਲ ਜੁੜੇ ਲੋਕ ਨਿਕਲੇ ਨੇ, ਕਲਾ ਦਾ ਸ਼ਹਿਰ ਕਹਿ ਜੀ, ਮਤਲਬ ਘੱਟੋ ਘੱਟ ਫਿਲਮਾਂ ਦਾ ਤਾਂ ਕਹਿ ਹੀ ਸਕਦੇ ਹਾਂ। ਮਤਲਬ ਇਹ ਲੈਗੇਸੀ ਹੈ, ਮਤਲਬ ਇਹ ਕਹਿ ਲਓ ਵਿਰਾਸਤ ਆ ਸਾਡੀ ਸਿਨਮੇ ਦੀ, ਜਿਹੜੀ ਚੰਨ ਪਰਦੇਸੀ ਤੋਂ ਵੀ ਸ਼ਾਇਦ ਪਹਿਲਾਂ ਕਿਤੋਂ ਸ਼ੁਰੂ ਹੋਈ ਹੋਵੇਗੀ, ਅਤੇ ਉਹ ਲਗਾਤਾਰ ਅਨੁਰਾਗ ਸਿੰਘ ਅਤੇ ਅੱਗੇ ਵੀ ਚੱਲ ਰਹੀ ਹੈ ਉਹ। ਸੋ ਇਹ ਜਗਰਾਓਂ ਬਾਰੇ ਬੜੀ ਇੱਕ ਦਿਲਚਸਪ ਗੱਲ ਹੈ। ਪਰ ਮੈਂ ਵੱਡਾ ਹੋਇਆ ਮੁੱਲਾਪੁਰ ਦਾਖੇ, ਛੋਟਾ ਜਿਹਾ ਕਸਬਾ ਸੀਗਾ, ਅਤੇ ਲਿਟਰੇਚਰ ਤੋਂ ਥੀਏਟਰ 'ਚ ਆਏ, ਕਿਉਂਕਿ ਮੈਂ ਇੱਥੇ ਗੱਲ ਦਾ ਜ਼ਿਕਰ ਕਰਨਾ ਜ਼ਰੂਰੀ ਹੈ ਕਿ ਅਧਿਆਪਕ ਤੁਹਾਡੇ ਲਈ ਕਿੰਨੇ ਇੰਪੋਰਟੈਂਟ ਹੁੰਦੇ ਨੇ। ਜਦੋਂ ਅਸੀਂ 7ਵੀਂ 8ਵੀਂ 'ਚ ਪੜ੍ਹਦੇ ਹੁੰਦੇ ਸੀਗੇ ਮੁੱਲਾਪੁਰ ਅੱਡਾ ਦਾਖਾ ਦੇ ਮਿਡਲ ਸਕੂਲ ਦੇ ਵਿੱਚ, ਸਰਕਾਰੀ ਸਕੂਲ 'ਚ ਪੜ੍ਹੇ ਹਾਂ, ਅਤੇ ਉੱਥੇ ਇੱਕ ਗਿਆਨੀ ਮਾਸਟਰ ਹੁੰਦੇ ਸੀਗੇ, ਅਤੇ ਜਦੋਂ ਵੀ ਅਸੀਂ ਇਕਾਂਗੀ ਵਗੈਰਾ ਨੂੰ ਅਸੀਂ ਬੜੇ ਡਰਮੈਟਿਕ ਅੰਦਾਜ਼ ਨਾਲ ਪੜ੍ਹਦੇ ਸੀ, ਤਾਂ ਉਹ ਸਾਨੂੰ ਬਹੁਤ ਇਨਕਰੇਜ ਕਰਦੇ ਸੀ ਕਿ ਹਾਂ ਇਹ ਜਵਾਕ ਜਿੱਦਾਂ ਪੜ੍ਹਦੇ ਆ ਡਰਾਮੇ ਨੂੰ ਜਾਂ ਇਕਾਂਗੀ ਨੂੰ ਇੱਦਾਂ ਪੜ੍ਹਨਾ ਚਾਹੀਦਾ। ਤਾਂ ਸ਼ਾਇਦ ਉਹਨਾਂ ਦੀ ਹੱਲਾ ਸ਼ੇਰੀ ਸਦਕਾ ਅਸੀਂ ਥੋੜ੍ਹਾ ਥੋੜ੍ਹਾ ਫਿਰ ਥੀਏਟਰ ਸ਼ੁਰੂ ਕਰਨਾ ਕੀਤਾ, ਅਤੇ ਦਾਖੇ ਸਕੂਲ 'ਚ ਜਦੋਂ 10ਵੀਂ ਕਰਦੇ ਸੀ ਉਦੋਂ ਥੋੜ੍ਹਾ ਥੋੜ੍ਹਾ ਥੀਏਟਰ ਕਰਦੇ ਸੀਗੇ। ਅਤੇ ਥੀਏਟਰ ਦੇ ਨਾਲ ਜਿਹੜਾ ਸਾਡਾ ਪਹਿਲਾ ਰਾਬਤਾ ਹੋਇਆ ਉਹ ਗੁਰਸ਼ਨ ਸਿੰਘ ਉਹਨਾਂ ਦੇ ਨਾਟਕਾਂ ਕਰਕੇ ਹੋਇਆ। ਤਾਂ ਸਾਨੂੰ ਥੀਏਟਰ ਦੀ ਜਿਹੜੀ ਪਰਿਭਾਸ਼ਾ ਲੱਗੀ ਉਹ ਇਹ ਲੱਗੀ ਕਿ ਥੀਏਟਰ ਦਾ ਮਤਲਬ ਹੁੰਦਾ ਜਿਹੜੇ ਮਿਹਨਤਕਸ਼ ਲੋਕ ਨੇ ਉਹਨਾਂ ਦੇ ਬਾਰੇ ਕੋਈ ਗੱਲ ਕਰਨਾ, ਕਿਉਂਕਿ ਸਾਡਾ ਜਿਹੜਾ ਪਹਿਲਾ ਐਕਸਪੋਜ਼ਰ ਹੀ ਥੀਏਟਰ ਦਾ ਹੋਇਆ ਉਹ ਗੁਰਸ਼ਨ ਸਿੰਘ ਜੀ ਉਹਨਾਂ ਦੇ ਥੀਏਟਰ ਕਰਕੇ ਹੋਇਆ। ਅਤੇ ਫਿਰ ਅਸੀਂ ਲੋਕਲਾ ਮੰਚ ਦੀ ਸਥਾਪਨਾ ਕੀਤੀ 88 ਦੇ ਵਿੱਚ, ਅਤੇ ਉਸ ਤੋਂ ਬਾਅਦ ਫਿਰ ਮੈਨੂੰ ਲੱਗਿਆ ਕਿ ਥੀਏਟਰ ਦੀ ਪੜ੍ਹਾਈ ਵੀ ਕਰਨੀ ਚਾਹੀਦੀ ਹੈ, ਤਾਂ ਮੈਂ ਇੰਡੀਅਨ ਥੀਏਟਰ ਤੋਂ ਫਿਰ ਐੱਮ ਏ ਕੀਤੀ। ਪੜ੍ਹਾਈ ਕਰਨ ਤੋਂ ਬਾਅਦ ਰੁਪਿੰਦਰ ਜੀ ਮੈਨੂੰ ਇਹ ਲੱਗਿਆ ਕਿ ਪੰਜਾਬ ਦੇ ਵਿੱਚ ਗੁਰਸ਼ਨ ਸਿੰਘ ਹੋਣਾ ਕਰਕੇ ਜਾਂ ਹੋਰ ਜਿਹੜੇ ਕਈ ਰੰਗਕਰਮੀ ਨੇ ਉਹਨਾਂ ਕਰਕੇ ਇੱਕ ਨਾਟਕ ਦੀ ਤਾਂ ਪਰੰਪਰਾ ਹੈਗੀ ਬੜੀ ਵਧੀਆ, ਬਹੁਤ ਸਾਰੀਆਂ ਟੀਮਾਂ ਨੇ, ਬਹੁਤ ਸਾਰਾ ਨਾਟਕ ਹੁੰਦਾ। ਪਰ ਮੈਨੂੰ ਇਹ ਲੱਗਿਆ ਕਿ ਇਲੈਕਟ੍ਰੋਨਿਕ ਮੀਡੀਅਮ ਦੇ ਵਿੱਚ ਜਾਂ ਕਹਿ ਲਓ ਸਿਨੇਮਾ ਦੇ ਵਿੱਚ ਲੋਕ ਪੱਖੀ ਕੰਮ ਦੀ ਉਸ ਕਿਸਮ ਦੀ ਕੋਈ ਪਰੰਪਰਾ ਨਹੀਂ ਗੀ ਵੀ ਅਸੀਂ ਕਹਿ ਸਕੀਏ ਕਿ ਜਿੱਦਾਂ ਗੁਰਸ਼ਨ ਸਿੰਘ ਨਾਟਕ ਕਰਦੇ ਸੀ ਜਿਸ ਕਿਸਮ ਦੇ, ਉੱਦਾਂ ਦਾ ਕੋਈ ਸਿਨੇਮਾ ਬਣਾਉਂਦਾ ਹੋਵੇ, ਇੱਦਾਂ ਦੀ ਕੋਈ ਪਰੰਪਰਾ ਨਹੀਂ ਸੀ। ਤਾਂ ਮੈਂ ਇਹ ਚੇਤਨ ਰੂਪ ਦੇ ਵਿੱਚ ਡਿਸੀਜਨ ਲਿੱਤਾ ਕਿ ਹੁਣ ਮੈਂ ਥੀਏਟਰ ਨਹੀਂ ਕਰਾਂਗਾ, ਕਿਉਂਕਿ ਥੀਏਟਰ ਕਰਨ ਵਾਲੇ ਬਹੁਤ ਸਾਰੇ ਲੋਕ ਨੇ, ਮੈਂ ਕੋਸ਼ਿਸ਼ ਕਰਾਂਗਾ ਕਿ ਜਿੱਦਾਂ ਦਾ ਗੁਰਸ਼ਨ ਸਿੰਘ ਉਹਨਾਂ ਦਾ ਥੀਏਟਰ ਸੀ ਉਸ ਕਿਸਮ ਦੀਆਂ ਫਿਲਮਾਂ ਬਣਾਈਆਂ ਜਾਣ ਜਾਂ ਡਾਕੂਮੈਂਟਰੀ ਫਿਲਮਾਂ ਬਣਾਈਆਂ ਜਾਣ ਜਾਂ ਸ਼ਾਰਟ ਫਿਲਮਾਂ ਬਣਾਈਆਂ ਜਾਣ। ਸੋ ਇਸ ਕਰਕੇ ਮੈਂ ਡਿਸਾਈਡ ਇਹ ਕੀਤਾ, ਪਰ ਮੈਂ ਇੱਕਦਮ ਫਿਲਮਾਂ ਵੱਲ ਨਹੀਂ ਆਇਆ। ਮਤਲਬ ਮੈਂ ਬੋਂਬੇ ਗਿਆ ਵੀ ਸੋਚਿਆ ਥੋੜ੍ਹਾ ਫਿਲਮਾਂ ਬਾਰੇ ਹੋਰ ਕੋਈ ਕਿਸੇ ਦੇ ਨਾਲ ਕੰਮ ਕਰਕੇ ਸਿੱਖਾਂਗੇ, ਕਿਉਂਕਿ ਉਦੋਂ ਸਾਡੇ ਕੋਈ ਇੰਸਟੀਚਿਊਟ ਤਾਂ ਹੈ ਨਹੀਂ ਸੀ। ਮੈਂ ਜਿਹੜੇ ਟਾਈਮ ਦੀ ਗੱਲ ਕਰਦਾ 97-98 ਦੀ, ਤਾਂ ਮੈਂ ਜਦੋਂ ਬੋਂਬੇ ਗਿਆ ਮੈਂ ਕਰਨਾ ਤਾਂ ਫਿਲਮਾਂ ਚਾਹੁੰਦਾ ਸੀ, ਪਰ ਹੋਇਆ ਇਹ ਕਿ ਮੈਨੂੰ ਉੱਥੇ ਫਿਲਮਾਂ ਕਰਨ ਦਾ ਮੌਕਾ ਨਹੀਂ ਸ਼ੁਰੂ 'ਚ ਮਿਲਿਆ, ਟੈਲੀਵਿਜ਼ਨ ਕਰਨ ਦਾ ਬਹੁਤ ਮੌਕਾ ਮਿਲਿਆ। ਜਿੱਦਾਂ ਸੁਰਬੀ ਇੱਕ ਪ੍ਰੋਗਰਾਮ ਸੀ ਜਿਹੜਾ ਮਤਲਬ ਇੰਡੀਆ ਦੇ ਟੈਲੀਵਿਜ਼ਨ ਦੇ ਇਤਿਹਾਸ 'ਚ ਹੁਣ ਤੱਕ ਦਾ ਡਾਕੂਮੈਂਟਰੀ ਬੇਸ ਸਭ ਤੋਂ ਵਧੀਆ ਪ੍ਰੋਗਰਾਮ ਸੀ, ਉਹਦੇ 'ਚ ਮੈਨੂੰ ਐਜ਼ ਐਨ ਡਾਇਰੈਕਟਰ ਕੰਮ ਕਰਨ ਦਾ ਮੌਕਾ ਮਿਲਿਆ। ਔਰ ਉਸ ਤੋਂ ਬਾਅਦ 2000 ਤੋਂ ਲੈ ਕੇ 2010 ਤੱਕ ਮੈਂ ਅਲੱਗ ਅਲੱਗ ਟੀ ਵੀ ਚੈਨਲਾਂ 'ਚ ਕੰਮ ਕੀਤਾ, ਸਹਾਰਾ 'ਚ ਕੰਮ ਕੀਤਾ, ਜ਼ੀ ਟੀ ਵੀ 'ਚ ਬਹੁਤ ਸੀਨੀਅਰ ਪੁਜੀਸ਼ਨ 'ਤੇ ਕੰਮ ਕੀਤਾ, ਫਿਰ ਬਾਹਰ ਦੇ ਦੇਸ਼ ਜਾ ਕੇ ਵੀ ਕੰਮ ਕਰਨ ਦਾ ਮੌਕਾ ਮਿਲਿਆ, ਇੰਡੋਨੇਸ਼ੀਆ ਜਾ ਕੇ ਕੰਮ ਕੀਤਾ। ਅਤੇ 2000 ਲਾਸਟ 'ਚ ਮੈਂ ਅਸਿਸਟੈਂਟ ਵਾਈਸ ਪ੍ਰੈਜ਼ੀਡੈਂਟ ਸੀਗਾ 9X ਦੇ ਨਾਲ, ਕਾਫੀ ਸੀਨੀਅਰ ਪੁਜੀਸ਼ਨ ਸੀ। ਬਟ ਫਿਰ ਮੈਂ ਡਿਸਾਈਡ ਕੀਤਾ ਕਿ ਮੈਂ ਤਾਂ ਐਕਚੁਅਲੀ ਬੋਂਬੇ ਫਿਲਮਾਂ ਬਣਾਉਣ ਜਾਂ ਸਿੱਖਣ ਆਇਆ ਸੀ, ਅਤੇ ਮੈਂ ਟੈਲੀਵਿਜ਼ਨ ਹੀ ਕਰੀ ਜਾ ਰਿਹਾ। ਅਤੇ ਫਿਰ ਮੈਂ ਚੇਤਨ ਰੂਪ ਦੇ ਵਿੱਚ ਇਹ ਡਿਸੀਜਨ ਲਿੱਤਾ ਕਿ ਮੈਂ ਹੁਣ ਟੈਲੀਵਿਜ਼ਨ ਹੋਰ ਨਹੀਂ ਕਰਨਾ। ਅਤੇ 2010 ਤੋਂ ਲੈ ਕੇ ਫਿਰ ਹੁਣ ਤੱਕ ਲਗਾਤਾਰ ਫਿਲਮਾਂ ਹੀ ਬਣਾ ਰਹੇ ਹਾਂ। ਪਹਿਲਾਂ ਆਤੂ ਖੋਜੀ ਛੋਟੀ ਇੱਕ ਫਿਲਮ ਬਣਾਈ ਸੀ, ਫਿਰ ਨਾਬਰ ਬਣਾਈ, ਫਿਰ 47-84 ਬਣਾਈ, ਸਾਵੀ ਬਣਾਈ, ਚਮ ਬਣਾਈ, ਹੁਣ ਪ੍ਰਜਾਤ ਬਣਾਈ। ਸੋ ਇਸ ਕਿਸਮ ਨਾਲ ਫਿਰ ਸਫ਼ਰ ਚੱਲਦਾ ਗਿਆ। ਆਪਾਂ ਫਿਲਮਾਂ 'ਤੇ ਵੀ ਹੈ ਨਾ ਸਾਰੀਆਂ 'ਤੇ ਗੱਲ ਕਰਾਂਗੇ, ਪਰ ਉਸ ਤੋਂ ਪਹਿਲਾਂ ਮੇਰੇ ਮਨ 'ਚ ਇੱਕ ਸਵਾਲ ਆ ਰਿਹਾ ਕਿ 4 ਤਰ੍ਹਾਂ ਦੇ ਮਾਧਿਅਮ ਨਾਲ ਤੁਸੀਂ ਜੁੜੇ ਹੋ, ਹੈ ਨਾ, ਤੁਸੀਂ ਪਹਿਲਾਂ ਥੀਏਟਰ ਨਾਲ ਲੰਮਾ ਸਮਾਂ ਜੁੜੇ ਰਹੇ, ਉਸ ਤੋਂ ਬਾਅਦ ਤੁਸੀਂ ਬਹੁਤ ਸਾਰੇ ਟੀ ਵੀ ਚੈਨਲਸ ਨਾਲ ਜੁੜੇ ਰਹੇ, ਤੁਸੀਂ ਉਹਨਾਂ ਦੇ ਕੰਮ ਨੂੰ ਵੀ ਬੜੀ ਬਰੀਕੀ ਤੋਂ ਵੇਖਿਆ ਹੋਏਗਾ। ਉਸ ਤੋਂ ਬਾਅਦ ਫਿਲਮ ਨਿਰਮਾਣ ਵੱਲ ਆਉਣਾ, ਫਿਰ ਫਿਲਮ ਨਿਰਮਾਣ ਦੇ ਵਿੱਚ ਕੁਛ ਕੁ ਕਮੀਆਂ ਜਿਹੜੀਆਂ ਅਸੀਂ ਨੋਟ ਕਰਦੇ ਹਾਂ, ਫਿਰ ਉਹਨਾਂ ਨੂੰ ਬਿਹਤਰ ਬਣਾਉਣ ਲਈ ਅਧਿਆਪਨ ਦੇ ਕਿੱਤੇ 'ਚ ਵੀ ਤੁਸੀਂ ਆ ਗਏ। ਇਹਨਾਂ ਸਾਰਿਆਂ ਦੇ ਵਿੱਚ ਵਖਰੇਵਾਂ ਜ਼ਰੂਰ ਹੈ, ਪਰ ਤੁਹਾਡਾ ਜਿਹੜਾ ਲੱਗਦਾ ਹੈ ਕਿ ਹਾਂ ਇੱਥੇ ਆ ਕੇ ਮੈਂ ਆਪਣੇ ਆਪ ਨੂੰ ਪੂਰਾ ਸਮਝਦਾ ਕਿ ਇਸ ਖੇਤਰ ਲਈ ਮੈਨੂੰ ਲੱਗਦਾ ਕਿ ਮੇਰਾ ਜਨਮ ਹੋਇਆ, ਹੈ ਨਾ, ਪਰ ਇਹ ਵੀ ਬਹੁਤ ਰੇਅਰ ਗੱਲ ਹੈ ਕਿ ਕਿਸੇ ਇਨਸਾਨ ਨੇ ਚਾਰੋਂ ਮਾਧਿਅਮ ਨਾਲ ਜੁੜ ਕੇ ਕੰਮ ਕੀਤਾ ਹੋਵੇ। ਸਭ ਤੋਂ ਪਸੰਦੀਦਾ ਜਿਹੜਾ ਖੇਤਰ ਹੈ ਜਿੱਥੇ ਆ ਕੇ ਸੰਤੁਸ਼ਟੀ ਹੁੰਦੀ ਹੈ ਕਿ ਇਹ ਜ਼ਰੂਰੀ ਸੀ, ਮੈਂ ਇਸ ਚੀਜ਼ ਲਈ ਬਣਿਆ? ਮੈਨੂੰ ਲੱਗਦਾ ਕਿ ਜਿਹੜੀ ਵੀ ਤੁਹਾਡੇ ਕੋਲ ਕੋਈ ਜਾਣਕਾਰੀ ਹੈ ਜਾਂ ਜਿਹੜੀ ਵੀ ਤੁਹਾਡੇ ਮਨ ਦੀ ਕੋਈ ਗੱਲ ਹੈ
ਜਿਹੜੀ ਤੁਹਾਨੂੰ ਲੱਗਦੀ ਹੈ ਕਿ ਤੁਹਾਨੂੰ ਬਾਕੀ ਸਾਰਿਆਂ ਨਾਲ ਸਾਂਝੀ ਕਰਨੀ ਚਾਹੀਦੀ ਹੈ। ਮੁੱਖ ਤੌਰ 'ਤੇ ਜਦੋਂ ਵੀ ਮੈਂ ਉਹ ਗੱਲ ਕਰ ਪਾਉਂਦਾ ਸਾਂਝੀ ਕਿਸੇ ਦੇ ਨਾਲ, ਤਾਂ ਮੈਨੂੰ ਕਾਫੀ ਸੰਤੁਸ਼ਟੀ ਮਿਲਦੀ ਹੈ। ਉਹ ਭਾਵਾਂ ਫਿਲਮ ਦੇ ਰੂਪ 'ਚ ਹੋਵੇ ਜਾਂ ਜਦੋਂ ਮੈਂ ਬੱਚਿਆਂ ਦੇ ਨਾਲ ਕੋਈ ਗੱਲ ਕਰਦਾ, ਜੇ ਮੈਨੂੰ ਲੱਗਦਾ ਕਿ ਮੇਰੇ ਕੋਲ ਇਹ ਜਾਣਕਾਰੀ ਹੈਗੀ ਹੈ ਅਤੇ ਇਹਨਾਂ ਦੇ ਕੰਮ ਆ ਸਕਦੀ ਹੈ, ਅਤੇ ਉਦੋਂ ਅਧਿਆਪਕ ਦੇ ਰੂਪ 'ਚ ਹੋਵੇ, ਤਾਂ ਮੈਨੂੰ ਇੱਕੋ ਜਿੰਨੀ ਸੰਤੁਸ਼ਟੀ ਮਿਲਦੀ ਹੈ। ਪਰ ਮੈਨੂੰ ਇਹ ਜ਼ਰੂਰ ਲੱਗਦਾ ਵੀ ਜਿਹੜੀ ਮੇਰੇ ਕੋਲ ਜਾਣਕਾਰੀ ਹੈ ਕੋਈ, ਉਹ ਉਹਦੀ ਜ਼ਰੂਰਤ ਕਿਹਨੂੰ ਹੈ, ਇਹ ਮੈਂ ਜ਼ਰੂਰ ਇੰਨਾ ਕੁ ਸੋਚਦਾ ਅਤੇ ਫਿਰ ਮੈਂ ਉਹਨਾਂ ਤੱਕ ਉਹ ਜਾਣਕਾਰੀ ਪਹੁੰਚਾਉਣ ਦੀ ਕੋਸ਼ਿਸ਼ ਕਰਦਾ। ਜਿੱਦਾਂ ਕਿ ਜਿਹੜਾ ਮੈਂ ਸਿਨੇਮਾ ਬਣਾਉਂਦਾ, ਮੈਨੂੰ ਲੱਗਦਾ ਕਿ ਉਹ ਪੰਜਾਬ ਦੇ ਮਿਹਨਤਕਸ਼ ਤਬਕੇ ਬਾਰੇ ਹੈ, ਵੀ ਉਹਨਾਂ ਕੋਲ ਉਹ ਪਹੁੰਚਣਾ ਵੀ ਚਾਹੀਦਾ, ਜਿਨ੍ਹਾਂ ਬਾਰੇ ਮੈਂ ਗੱਲ ਕਰ ਰਿਹਾ, ਕੀ ਗੱਲ ਕਰ ਰਿਹਾ, ਉਹਨਾਂ ਨੂੰ ਪਤਾ ਵੀ ਲੱਗੇ, ਤਾਂ ਕਿ ਉਹ ਤੋਂ ਇੰਸਪਾਇਰ ਹੁੰਦੇ ਨੇ, ਕਿ ਉਹ ਤੋਂ ਪ੍ਰੇਰਣਾ ਲੈ ਕੇ ਉਹਨਾਂ ਦੀ ਜ਼ਿੰਦਗੀ ਬਿਹਤਰ ਬਣਦੀ ਹੈ ਜਾਂ ਓਵਰਆਲ ਸਮਾਜ ਬਿਹਤਰ ਬਣਨ ਦੀ ਦਿਸ਼ਾ ਵੱਲ ਵੱਧਦਾ, ਇਹ ਮੇਰਾ ਕੰਸਰਨ ਹੁੰਦਾ। ਜਿੱਦਾਂ ਜਦੋਂ ਜਿਹੜਾ ਸਿਨੇਮਾ ਮੈਂ ਬਣਾ ਰਿਹਾ ਸੀਗਾ, ਕਿਉਂਕਿ ਉਹ ਬਿਲਕੁਲ ਅਲੱਗ ਸੀਗਾ, ਜਿੱਦਾਂ ਦੁਨੀਆ 'ਚ ਸਿਨੇਮਾ ਮੋਟੇ ਤੌਰ 'ਤੇ 3 ਤਰ੍ਹਾਂ ਦਾ, ਵੈਸੇ ਤਾਂ ਆਪਾਂ ਇਹਨੂੰ ਫਰਦਰ ਹੋਰ ਅੱਗੇ ਵੀ ਡਿਵਾਈਡ ਕਰ ਸਕਦੇ ਹਾਂ। ਇੱਕ ਹਾਲੀਵੁੱਡ ਦਾ ਸਿਨੇਮਾ, ਜਿਨ੍ਹਾਂ ਦਾ ਕੰਮ ਮੁੱਖ ਤੌਰ 'ਤੇ ਪ੍ਰੋਫਿਟ ਕਮਾਉਣਾ, ਉਹ ਉਸੇ 'ਤੇ ਕੰਮ ਕਰਦੇ ਨੇ ਕਿ ਸਾਡਾ ਸਿਨੇਮਾ ਇਹੋ ਜਿਹਾ ਹੋਵੇ ਜਿਹਨੂੰ ਵੱਧ ਤੋਂ ਵੱਧ ਲੋਕ ਟਿਕਟ ਲੈ ਕੇ ਖਰੀਦਣ ਅਤੇ ਅਸੀਂ ਪੈਸੇ ਕਮਾਈਏ। ਫਿਰ ਇੱਕ ਸਿਨੇਮਾ ਆਇਆ 50ਵੇਂ ਦਹਾਕੇ ਦੇ ਵਿੱਚ, ਜਿਹੜਾ ਫਰਾਂਸ ਦੇ ਕੁਛ ਜਿਹੜੇ ਬੁੱਧੀਜੀਵੀ ਸੀਗੇ ਜਿਹੜੇ ਫਿਲਮਾਂ ਬਾਰੇ ਲਿਖਦੇ ਸੀ ਮੈਗਜ਼ੀਨ 'ਚ, ਉਹਨਾਂ ਨੂੰ ਲੱਗਿਆ ਕਿ ਜਿਹੜਾ ਅਮੈਰੀਕਨ ਸਿਨੇਮਾ ਹੈਗਾ, ਹਾਲੀਵੁੱਡ ਦਾ ਸਿਨੇਮਾ ਹੈਗਾ, ਉਹ ਤੋਂ ਕੁਛ ਅਲੱਗ ਕਰਨਾ ਚਾਹੀਦਾ। ਸਿਨੇਮਾ ਜਿਹੜਾ ਹੈਗਾ ਉਹ ਇੱਕ ਕਿਸੇ ਕਲਾਕਾਰ ਦਾ ਐਕਸਪ੍ਰੈਸ਼ਨ ਹੋਣਾ ਚਾਹੀਦਾ, ਤਾਂ ਉਹ ਇੱਕ ਸੈਕਿੰਡ ਸਿਨੇਮਾ ਲੈ ਕੇ ਆਏ, ਜਿਹਨਾਂ ਨੂੰ ਆਪਾਂ ਆਰਟ ਹਾਊਸ ਸਿਨੇਮਾ ਅਸਲ 'ਚ ਕਹਿੰਦੇ ਹਾਂ, ਜਿਹੜਾ ਕਈ ਵਾਰੀ ਆਪਾਂ ਕਹਿ ਦਿੰਦੇ ਵੀ ਆਰਟ ਫਿਲਮਾਂ ਸਮਝ ਨਹੀਂ ਲੱਗਦੀਆਂ। ਉਹ ਇੱਕ ਡਾਇਰੈਕਟਰ ਦਾ ਐਕਸਪ੍ਰੈਸ਼ਨ ਲੈ ਕੇ ਆਏ, ਕਿ ਇੱਕ ਡਾਇਰੈਕਟਰ ਦਾ ਵਿਜ਼ਨ ਹੋਣਾ ਚਾਹੀਦਾ। ਸਿਨੇਮੇ ਦੀ ਜਿਹੜੀ ਮਲਕੀਅਤ ਹੈ ਉਹ ਇੱਕ ਡਾਇਰੈਕਟਰ ਡਿਸਾਈਡ ਕਰੇ ਵੀ ਫਿਲਮਾਂ ਕਿੱਦਾਂ ਦੀ ਬਣਨ ਅਤੇ ਉਹਦਾ ਸਟਾਈਲ ਨਜ਼ਰ ਆਵੇ ਉਹਦੇ 'ਚ। ਫਿਰ 1960 ਦੇ ਵਿੱਚ ਜਿਹੜੇ ਲੈਟਿਨ ਅਮੈਰੀਕਨ ਕੰਟਰੀਜ਼ ਨੇ, ਜਿੱਦਾਂ ਮੈਕਸੀਕੋ, ਅਰਜਨਟੀਨਾ, ਇਹ ਸਾਰੀਆਂ ਕੰਟਰੀਜ਼ ਨੇ ਜਿਹੜੀਆਂ ਸਾਡੇ ਵਰਗੀਆਂ ਨੇ, ਮਤਲਬ ਉਹਨਾਂ ਦੀ ਇਕਨੋਮੀਕਲ ਸੋਸ਼ਲ ਕੰਡੀਸ਼ਨ ਸਾਡੇ ਵਰਗੀ ਹੈ, ਉਹਨਾਂ ਦੇ ਕੁਛ ਫਿਲਮ ਮੇਕਰ ਜਿਹੜੇ ਥੋੜ੍ਹੇ ਜਿਹੇ ਚੇਤੰਨ ਸੀਗੇ, ਉਹ ਕਹਿੰਦੇ ਨਹੀਂ, ਨਾ ਤਾਂ ਅਸੀਂ ਹਾਲੀਵੁੱਡ ਵਰਗਾ ਸਿਨੇਮਾ ਬਣਾਉਣਾ ਅਤੇ ਨਾ ਹੀ ਅਸੀਂ ਇੱਦਾਂ ਦਾ ਆਰਟ ਹਾਊਸ ਸਿਨੇਮਾ ਬਣਾਉਣਾ ਜਿਹੜਾ ਜਿਨ੍ਹਾਂ ਬੰਦਿਆਂ ਬਾਰੇ ਹੋਵੇ ਉਹਨਾਂ ਨੂੰ ਸਮਝ ਹੀ ਨਾ ਲੱਗੇ, ਵੀ ਅਸੀਂ ਕੋਈ ਬਹੁਤ ਹੀ ਬੌਧਿਕਤਾ ਨਾਲ ਭਰੀ ਹੋਈ ਗੱਲ ਕਰ ਦਈਏ ਜਿਹੜੀ ਆਮ ਬੰਦੇ ਨੂੰ ਕਮਿਊਨੀਕੇਟ ਹੀ ਨਾ ਹੋਵੇ। ਉਹ ਕਹਿੰਦੇ ਅਸੀਂ ਥਰਡ ਸਿਨੇਮਾ ਬਣਾਵਾਂਗੇ ਜਿਹਦੇ 'ਚ ਅਸੀਂ ਰੂਲਸ ਐਂਡ ਰੈਗੂਲੇਸ਼ਨ ਆਪਣੀਆਂ ਤੈਅ ਕਰਾਂਗੇ। ਹਾਲੀਵੁੱਡ ਜਿੱਦਾਂ ਦਾ ਕਹਿੰਦਾ ਸਾਨੂੰ ਸਿਨੇਮਾ ਬਣਾਓ, ਉੱਦਾਂ ਦਾ ਨਹੀਂ ਅਸੀਂ ਬਣਾਉਣਾ, ਅਤੇ ਨਾ ਹੀ ਅਸੀਂ ਕੋਈ ਬਹੁਤਾ ਆਰਟ ਹਾਊਸ ਸਿਨੇਮਾ ਬਣਾਉਣਾ ਜਿਹੜਾ ਆਮ ਬੰਦੇ ਦੇ ਸਮਝ ਹੀ ਨਾ ਆਵੇ। ਤਾਂ ਉਹ ਕਹਿੰਦੇ ਅਸੀਂ ਮਿਹਨਤਕਸ਼ ਲੋਕਾਂ ਦੀ ਗੱਲ ਕਰਾਂਗੇ ਬਟ ਸੌਖੀ ਲੈਂਗੁਏਜ 'ਚ ਗੱਲ ਕਰਾਂਗੇ। ਤਾਂ ਮੈਨੂੰ ਲੱਗਿਆ ਕਿ ਮੈਂ ਇਸ ਕਿਸਮ ਦਾ ਸਿਨੇਮਾ ਬਣਾਉਣਾ ਚਾਹੁੰਦਾ, ਤਾਂ ਮੈਂ ਪੰਜਾਬ 'ਚ ਮਤਲਬ ਥਰਡ ਸਿਨੇਮਾ ਮੈਂ ਮਤਲਬ ਮੈਨੂੰ ਲੱਗਦਾ ਕਿ ਮੈਂ ਉਸ ਕਿਸਮ ਦਾ ਸਿਨੇਮਾ ਬਣਾ ਰਿਹਾ। ਪਰ ਰੁਪਿੰਦਰ ਜੀ, ਇੱਕ ਹੋਰ ਵੀ ਜਿਹੜੀ ਮਹੱਤਵਪੂਰਨ ਗੱਲ ਮੈਨੂੰ ਮਹਿਸੂਸ ਹੋਈ ਕਿ ਜਿਹੜਾ ਥਰਡ ਸਿਨੇਮਾ ਮੈਂ ਬਣਾ ਰਿਹਾ ਅਤੇ ਜਿਹੜਾ ਮੁੱਖ ਧਾਰਾ ਦਾ ਸਿਨੇਮਾ, ਉਹਦਾ ਇੱਕ ਡਿਸਟ੍ਰੀਬਿਊਸ਼ਨ ਦਾ ਆਪਣਾ ਸਿਸਟਮ ਹੈ ਜਿੱਥੇ ਸਾਡੀ ਸੁਸਾਇਟੀ ਦੇ ਕੁਛ ਪ੍ਰਿਵਿਲੇਜ ਲੋਕ ਹੀ ਸਿਨੇਮਾ ਦੇਖਣ ਜਾਂਦੇ ਹੈ ਜਿਹੜੇ ਉਸ ਕਿਸਮ ਦੀ ਟਿਕਟ ਖਰੀਦ ਸਕਣ। ਤਾਂ ਮੈਨੂੰ ਲੱਗਿਆ ਕਿ ਜਿਹੜਾ ਮੇਰਾ ਸਿਨੇਮਾ ਹੈਗਾ ਜਿਨ੍ਹਾਂ ਲੋਕਾਂ ਬਾਰੇ ਹੈ, ਉਹ ਤਾਂ ਉਸ ਕਿਸਮ ਦੀ ਟਿਕਟ ਵਗੈਰਾ ਅਫੋਰਡ ਹੀ ਨਹੀਂ ਕਰ ਸਕਦੇ। ਸੋ ਮੈਂ ਇਹ ਡਿਸਾਈਡ ਕੀਤਾ ਕਿ ਮੈਂ ਜਿੰਨੇ ਵੀ ਲੋਕਾਂ ਨੂੰ ਉਹ ਫਿਲਮਾਂ ਦਿਖਾ ਸਕਾਂ, ਮੈਂ ਕੋਈ ਇੱਦਾਂ ਦਾ ਮਾਧਿਅਮ ਲੱਭਾਂ। ਤਾਂ ਅਸੀਂ ਫਿਰ ਆਪਣੀ ਚੰਮ ਫਿਲਮ ਲੈ ਕੇ ਪੰਜਾਬ ਦੇ 350-400 ਪਿੰਡਾਂ 'ਚ ਗਏ ਪਿਛਲੇ 2-2.5 ਸਾਲਾਂ 'ਚ, ਅਤੇ ਲਗਭਗ 1,00,000 ਉਹਨਾਂ ਲੋਕਾਂ ਨੂੰ ਫਿਲਮ ਦਿਖਾਈ ਜਿਹੜੇ ਸਿਨੇਮਿਆਂ 'ਚ ਨਹੀਂ ਗਏ ਪਿਛਲੇ 10 ਸਾਲਾਂ ਤੋਂ, 15 ਸਾਲਾਂ ਤੋਂ। ਔਰ ਖਾਸ ਤੌਰ 'ਤੇ ਸਾਡੀਆਂ ਜਿਹੜੀਆਂ ਦਲਿਤ ਔਰਤਾਂ ਨੇ ਜਾਂ ਜਿਹੜਾ ਸਾਡਾ ਦਲਿਤ ਵਰਗ ਹੈ, ਕਿਉਂਕਿ ਫਿਲਮ 'ਚ ਮੁੱਖ ਪਾਤਰ ਉਹ ਹੈ, ਉਹਨਾਂ ਨੂੰ ਮੈਂ ਸਿਨੇਮਾ ਦਿਖਾਇਆ ਇਹ, ਕਿਉਂਕਿ ਮੈਨੂੰ ਲੱਗਿਆ ਕਿ ਇਹ ਸਾਡੀ ਸੁਸਾਇਟੀ ਦਾ ਬਹੁਤ ਮਹੱਤਵਪੂਰਨ ਹਿੱਸਾ ਨੇ। ਪਰ ਜਿਹੜਾ ਮੁੱਖ ਧਾਰਾ ਦਾ ਸਿਨੇਮਾ, ਉਹ ਇਹਨਾਂ ਦੀ ਗੱਲ ਨਹੀਂ ਕਰਦਾ ਉਹਨੇ, ਔਰ ਜੇ ਇਹਨਾਂ ਦੀ ਗੱਲ ਵੀ ਕਰਦਾ ਤਾਂ ਉਹ ਸਿਨੇਮਾ ਇਹਨਾਂ ਨੂੰ ਦਿਖੇ ਉਹਦੇ ਲਈ ਨਹੀਂ ਕੋਈ ਕੋਸ਼ਿਸ਼ ਕਰਦਾ। ਤੁਸੀਂ ਉਸ ਸਿਨੇਮੇ ਦੀ ਗੱਲ ਕਰਦੇ ਹੋ ਜਿਹੜਾ ਕਿਰਤੀਆਂ ਨਾਲ ਜੁੜਿਆ ਹੈ, ਕਹਾਣੀ ਵੀ ਉਹੀ ਕਹਿ ਰਹੇ ਹੋ ਜੋ ਹਰ ਬੰਦੇ ਨੂੰ ਲੱਗਦਾ ਕਿ ਉਸ ਸੰਘਰਸ਼ਸ਼ੀਲ ਬੰਦੇ ਦੀ ਕਹਾਣੀ ਹੈ ਜਿਹਨੂੰ ਹਲੇ ਵੱਡੇ ਮੰਚ 'ਤੇ ਕਦੇ ਉਭਾਰਿਆ ਨਹੀਂ ਗਿਆ। ਪਰ ਦੂਜੀ ਗੱਲ ਹੈ ਕਿ ਇਹ ਫਿਲਮਾਂ ਕਿਸੇ ਥੀਏਟਰ 'ਚ ਨਹੀਂ ਜਾਂਦੀਆਂ, ਕਦੀ ਰਿਲੀਜ਼ ਨਹੀਂ ਹੁੰਦੀਆਂ, ਟਿਕਟ ਲੈ ਕੇ ਵੇਖੀਆਂ ਨਹੀਂ ਜਾਂਦੀਆਂ। ਇਹਨਾਂ ਨੂੰ ਪ੍ਰਮੋਟ ਕਰਨ ਲਈ ਗਰਾਊਂਡ ਲੈਵਲ 'ਤੇ ਤੁਹਾਨੂੰ ਬਹੁਤ ਮਿਹਨਤ ਕਰਨੀ ਪੈਂਦੀ ਹੈ ਨਾ। ਤੁਸੀਂ ਕਹਿ ਰਹੇ ਹੋ ਕਿ ਪਿੰਡਾਂ 'ਚ ਜਾ ਕੇ ਸਕਰੀਨਿੰਗ ਕਰਨੀ ਪੈਂਦੀ ਹੈ, ਉਹਨਾਂ ਲੋਕਾਂ ਨੂੰ ਦਿਖਾਉਣੀ ਪੈਂਦੀ ਹੈ ਜਿਹੜੇ ਸਿਨੇਮਾ ਅਫੋਰਡ ਨਹੀਂ ਕਰ ਸਕਦੇ। ਪਰ ਫਿਰ ਖੁਦ ਇਹ ਚੀਜ਼ਾਂ ਨੇ ਜਿਹੜੀਆਂ ਆਰਥਿਕ ਤੌਰ 'ਤੇ ਕਿੱਦਾਂ ਮੈਨੇਜ ਕਰਦੇ ਹੋ, ਕਿਸ ਤਰੀਕੇ ਨਾਲ ਜਿਹੜੇ ਸਾਰੇ ਵਸੀਲੇ ਫਿਰ ਪੈਦਾ ਹੁੰਦੇ ਆ? ਹਾਂ, ਇਹ ਬਹੁਤ ਮਹੱਤਵਪੂਰਨ ਸਵਾਲ ਹੈ ਜਿਹੜਾ ਮੈਨੂੰ ਵਾਰ ਵਾਰ ਪੁੱਛਿਆ ਜਾਂਦਾ। ਮੈਂ ਇਹਨੂੰ ਹਮੇਸ਼ਾ ਕਹਿੰਦਾ ਹੁੰਦਾ ਕਿ ਸਾਡੇ
ਦਸਵੰਧ ਦਾ ਇੱਕ ਕਨਸੈਪਟ ਹੈ ਕਿ ਅਸੀਂ ਆਪਣੀ ਇਨਕਮ ਦਾ ਦਸਵਾਂ ਹਿੱਸਾ ਚੰਗੇ ਕੌਜ਼ ਦੇ ਲਈ ਕੱਢਦੇ ਹਾਂ ਜਾਂ ਕੱਢਣਾ ਚਾਹੀਦਾ ਹੈ। ਮੈਂ ਕਿਉਂਕਿ ਸਾਰੇ ਮਾਧਿਅਮਾਂ 'ਚ ਕੰਮ ਕੀਤਾ ਅਤੇ ਕੰਮ ਕਰਦੇ ਕਰਦੇ ਚੀਜ਼ਾਂ ਸਿੱਖੀਆਂ ਵੀ ਨੇ, ਉਹ ਸਿੱਖੀਆਂ ਹੋਈਆਂ ਚੀਜ਼ਾਂ ਦੀ ਲੋੜ ਬੜੇ ਸਾਰੇ ਇੱਦਾਂ ਦੇ ਬੰਦਿਆਂ ਨੂੰ ਹੁੰਦੀ ਹੈ, ਇੱਦਾਂ ਦੀਆਂ ਸੰਸਥਾਵਾਂ ਨੂੰ ਹੁੰਦੀਆਂ ਨੇ ਜਿਹੜੀਆਂ ਕਾਫੀ ਸਾਰਾ ਪੈਸਾ ਦਿੰਦੀਆਂ ਨੇ ਜਦੋਂ ਅਸੀਂ ਉਹਨਾਂ ਨੂੰ ਆਪਣੀ ਸਰਵਿਸ ਪ੍ਰੋਵਾਈਡ ਕਰਦੇ ਹਾਂ। ਤਾਂ ਮੈਂ ਜਦੋਂ ਵੀ ਕਿਸੇ ਟੈਲੀਵਿਜ਼ਨ ਚੈਨਲ ਲਈ ਕੰਮ ਕਰਦਾ ਜਾਂ ਕਿਤੇ ਕਿਸੇ ਯੂਨੀਵਰਸਿਟੀ 'ਚ ਪ੍ਰਾਈਵੇਟ ਯੂਨੀਵਰਸਿਟੀ 'ਚ ਜਾ ਕੇ ਪੜ੍ਹਾਉਂਦਾ ਤਾਂ ਉਦੋਂ ਮੈਨੂੰ ਜੋ ਵੀ ਮਿਲਦਾ ਕਿਉਂਕਿ ਉਹਨਾਂ ਨੂੰ ਮੇਰੀ ਜ਼ਰੂਰਤ ਹੈ, ਉਹ ਫਿਰ ਮੈਂ ਆਪਣਾ ਪੈਸਾ ਇਸ ਕਿਸਮ ਦੇ ਸਿਨਮੇ 'ਚ ਇਨਵੈਸਟ ਕਰਦਾ। ਅਤੇ ਇਕੱਲਾ ਮੈਂ ਨਹੀਂ ਕਰਦਾ, ਮੇਰੀ ਮਤਲਬ ਆਲੇ ਦੁਆਲੇ ਬਹੁਤ ਸਾਰੇ ਮੇਰੇ ਇੱਦਾਂ ਦੇ ਦੋਸਤ ਨੇ ਜਿਹੜੇ ਬ੍ਰੈਡ ਐਂਡ ਬਟਰ ਲਈ ਅਲੱਗ ਅਲੱਗ ਕੰਮ ਕਰ ਰਹੇ ਨੇ, ਜਿੱਦਾਂ ਕੋਈ ਟੀਚਿੰਗ ਕਰ ਰਿਹਾ, ਕਿਸੇ ਦੀ ਕੋਈ ਸ਼ੌਪ ਹੈ, ਬਟ ਸਾਨੂੰ ਸਾਰਿਆਂ ਨੂੰ ਇਹ ਲੱਗਦਾ ਕਿ ਸਾਡਾ ਫਰਜ਼ ਹੈ ਸਮਾਜ ਦੇ ਪ੍ਰਤੀ, ਸਮਾਜ ਦੇ ਅਜਿਹੇ ਤਬਕੇ ਦੇ ਪ੍ਰਤੀ, ਮਤਲਬ ਜਿੱਦਾਂ ਸਾਡੇ ਗੁਰਬਾਣੀ 'ਚ ਜਾਂ ਸਾਡੇ ਸਿੱਖੀਜ਼ਮ 'ਚ ਵੀ ਨਿਓਟਿਆਂ ਦੀ ਗੱਲ ਕੀਤੀ ਹੈ, ਉਹਨਾਂ ਦੀ ਓਟ ਬਣਨ ਦੀ, ਜਾਂ ਜਿਹੜੇ ਆਪਣੀ ਗੱਲ ਆਪ ਨਹੀਂ ਕਰ ਸਕਦੇ ਉਹਨਾਂ ਦੀ ਗੱਲ ਕਰਨਾ ਵੀ ਸਾਡਾ ਫਰਜ਼ ਹੈ, ਕਿਉਂਕਿ ਜਿਹੜੇ ਬੰਦੇ ਆਪਣੀ ਗੱਲ ਕਰ ਸਕਦੇ ਉਹਨਾਂ ਦੀ ਗੱਲ ਕਰਨ ਵਾਲੇ ਵੀ ਬਹੁਤ ਹੁੰਦੇ ਨੇ। ਸੋ ਇਹਨੂੰ ਹਲੇ ਸਾਡੇ ਕੋਲ ਕੋਈ ਇਕਨੋਮਿਕ ਵਾਇਬਲ ਮਾਡਲ ਨਹੀਂ ਗਾ ਵੀ ਇਹ ਪੈਸਾ ਜਿਹੜਾ ਲੱਗਦਾ ਇਹਨਾਂ ਫਿਲਮਾਂ 'ਚ ਉਹ ਵਾਪਸ ਕਿਵੇਂ ਆਏਗਾ, ਪਰ ਮੋਟੇ ਤੌਰ 'ਤੇ ਜਿੱਦਾਂ ਜਿਹੜਾ ਸਾਡਾ ਕਮਰਸ਼ੀਅਲ ਸਿਨੇਮਾ ਉਹ ਵੀ ਸਾਡੇ ਜਿਹੜੇ ਭੈਣ ਭਰਾ ਬਾਹਰ ਬੈਠੇ ਨੇ ਉਹਨਾਂ 'ਤੇ ਕਾਫੀ ਸਾਰੀ ਟੇਕ ਰੱਖਦਾ, ਅਤੇ ਅਸੀਂ ਵੀ ਉਸੇ ਕਿਸਮ ਦੀ ਟੇਕ ਰੱਖਦੇ ਹਾਂ ਕਿ ਜਿਹੜੇ ਮਤਲਬ ਜਿੱਦਾਂ ਅਸੀਂ ਸੋਚਦੇ ਹਾਂ ਉੱਦਾਂ ਦੇ ਸੋਚਣ ਵਾਲੇ ਬਾਹਰ ਵੀ ਬੈਠੇ ਨੇ, ਅਤੇ ਜਦੋਂ ਉੱਥੇ ਸਕਰੀਨਿੰਗਸ ਹੁੰਦੀਆਂ ਤਾਂ ਉਹ ਸਾਨੂੰ ਥੋੜ੍ਹੀ ਬਹੁਤੀ ਮਦਦ ਵੀ ਕਰਦੇ ਨੇ। ਤਾਂ ਫਿਲਹਾਲ ਇਹੀ ਮਾਡਲ ਹੈ, ਕਿਉਂਕਿ ਸਾਡੇ ਕੋਲ ਕੋਈ ਬਣਿਆ ਬਣਾਇਆ ਮਾਡਲ ਨਹੀਂ ਗਾ, ਜਿੱਦਾਂ ਕਮਰਸ਼ੀਅਲ ਸਿਨੇਮੇ ਦਾ ਤਾਂ ਮਾਡਲ ਹੈ ਵੀ ਤੁਸੀਂ ਫਿਲਮਾਂ ਸਿਨੇਮਾ 'ਚ ਰਿਲੀਜ਼ ਕਰ ਦਿਉ, ਜਿਹੜਾ ਇਹ ਥਰਡ ਸਿਨੇਮਾ ਇਹਦੇ ਲਈ ਹਲੇ ਸਾਡੇ ਕੋਲ ਕੋਈ ਮਾਡਲ ਨਹੀਂ ਗਾ, ਬਟ ਅਸੀਂ ਕੋਸ਼ਿਸ਼ ਕਰ ਰਹੇ ਹਾਂ ਅਤੇ ਮੈਨੂੰ ਲੱਗਦਾ ਇੱਦਾਂ ਹੀ ਹੌਲੀ ਹੌਲੀ ਚੀਜ਼ਾਂ ਨਿਕਲਣਗੀਆਂ ਜਦੋਂ ਹੋਰ ਵੀ ਲੋਕ ਆਉਣਗੇ ਇਸ ਕਿਸਮ ਦਾ ਸਿਨੇਮਾ ਬਣਾਉਣਗੇ ਜਿਨ੍ਹਾਂ ਦਾ ਇੰਟਰਸਟ ਹੋਏਗਾ। ਮਾਡਲ ਨਹੀਂ ਗਾ ਬਟ ਜ਼ਰੂਰਤ ਹੈਗੀ, ਇਸ ਲਈ ਕਰ ਰਹੇ ਹਾਂ। ਹਾਂਜੀ, ਇੱਕ ਤਾਂ ਉਹ ਲੋਕ ਨੇ ਜਿਹੜੇ ਜਿਹਦੇ ਵਿੱਚ ਤੁਸੀਂ ਵੀ ਆਉਂਦੇ ਹੋ, ਹੈ ਨਾ, ਕਿ ਉਹ ਨਿੱਜੀ ਤੌਰ 'ਤੇ ਐਫਰਟਸ ਕਰ ਰਹੇ ਨੇ ਕਿ ਇਹ ਚੀਜ਼ਾਂ ਜਿਹੜੀਆਂ ਲੋਕਾਂ ਕੋਲ ਅੱਗੇ ਜਾਣ, ਉਹਦੇ ਲਈ ਉਹ ਕੰਮ ਵੀ ਕਰ ਰਹੇ ਨੇ। ਜਿਹੜੀ ਤੁਸੀਂ ਧਾਰਨਾ ਕਹਿ ਰਹੇ ਹੋ ਕਿ ਸਾਡੇ ਖੂਨ 'ਚ ਹੀ ਹੁੰਦੀ ਹੈ ਦਸਵੰਧ ਵਾਲੀ, ਹੈ ਨਾ, ਕਿਸੇ ਦੀ ਭਲਾਈ ਲਈ ਅਸੀਂ ਆਪਣਾ ਦਸਵੰਧ ਕੱਢ ਕੇ ਕੰਮ ਕਰ ਰਹੇ ਹਾਂ, ਕਿ ਮਤਲਬ ਸਰਕਾਰਾਂ ਤੋਂ ਵੀ ਉਮੀਦ ਕਰਦੇ ਹੋ ਕਿ ਇਹ ਇਹਨਾਂ ਚੀਜ਼ਾਂ ਨੂੰ ਅੱਗੇ ਪ੍ਰਮੋਟ ਕਰਨ ਲਈ ਕੋਈ ਮਾਲੀ ਸਹਾਇਤਾ ਉੱਧਰੋਂ ਆਉਂਦੀ ਹੈ, ਕੁਛ ਇਹੋ ਜਿਹੇ ਔਰਗਨਾਈਜੇਸ਼ਨ ਬਣੇ ਹੋਏ ਨੇ ਜਿਹੜੇ ਹੈਲਪ ਕਰਦੇ ਨੇ? ਉਹ ਮੈਂ ਰੁਪਿੰਦਰ ਜੀ ਬਚਪਨ ਤੋਂ ਹੀ ਬਹੁਤ ਹੀ ਐਂਟੀ ਇਸਟੈਬਲਿਸ਼ਮੈਂਟ ਵਰਗਾ ਬੰਦਾ ਹੈਗਾ, ਮੈਂ ਕਦੇ ਸੋਚਿਆ ਹੀ ਨਹੀਂ, ਮਤਲਬ ਮੈਂ ਹਮੇਸ਼ਾ ਲੋਕਾਂ ਬਾਰੇ ਸੋਚਦਾ ਕਿਉਂਕਿ ਮੈਨੂੰ ਹਮੇਸ਼ਾ ਹੀ ਲੱਗਦਾ ਵੀ ਸਰਕਾਰਾਂ ਦਾ ਕੰਮ ਹੁੰਦਾ ਨਹੀਂ ਗਾ, ਮਤਲਬ ਲੋਕਾਂ ਦੇ ਪੱਖ 'ਚ ਗੱਲ ਕਰਨਾ, ਹੋਣਾ ਚਾਹੀਦਾ ਪਰ ਹੁੰਦਾ ਨਹੀਂ, ਮਤਲਬ ਮੈਨੂੰ ਪਤਾ ਨਹੀਂ ਕਿਉਂ ਬਚਪਨ ਤੋਂ ਇਹ ਲੱਗਦਾ, ਅਤੇ ਮੈਂ ਕਦੇ ਵੀ ਨਹੀਂ ਸੋਚਿਆ ਵੀ ਸਰਕਾਰਾਂ ਹੈਲਪ ਕਰਨਗੀਆਂ, ਹੈ ਨਾ। ਅਤੇ ਬਾਕੀ ਜੇ ਪੰਜਾਬ ਗੌਰਮੈਂਟ ਦੀ ਗੱਲ ਵੈਸੇ ਕਰੀਏ, ਜੇ ਮਤਲਬ ਕੋਈ ਵੀ ਗੌਰਮੈਂਟ ਹੋਵੇ ਕੋਈ ਫਰਕ ਨਹੀਂ ਪੈਂਦਾ ਕਿਸੇ ਵੀ ਪਾਰਟੀ ਦੀ ਹੋਵੇ, ਜਿੱਦਾਂ ਸਾਡਾ ਗੁਆਂਢੀ ਸੂਬਾ ਹੈਗਾ ਹਰਿਆਣਾ, ਅਤੇ ਜੇ ਨੈਸ਼ਨਲ ਅਵਾਰਡ ਦੀ ਗੱਲ ਕਰਦੇ ਹਾਂ, ਮੇਰੇ ਦੋ ਕਲਾਸਮੇਟਸ ਨੂੰ ਮੇਰੇ ਤੋਂ ਬਾਅਦ ਦੋ ਹਰਿਆਣਵੀ ਫਿਲਮਾਂ ਲਈ ਅਲੱਗ ਅਲੱਗ ਨੈਸ਼ਨਲ ਅਵਾਰਡ ਮਿਲੇ, ਅਤੇ ਉਹਨਾਂ ਦੀ ਗੌਰਮੈਂਟ ਨੇ ਉਹਨਾਂ ਨੂੰ ਉਸੇ ਵੇਲੇ 10-10 ਲੱਖ ਰੁਪਏ ਦਿੱਤੇ, ਅਤੇ ਸਾਡੀ ਗੌਰਮੈਂਟ ਨੂੰ ਤਾਂ ਨੈਸ਼ਨਲ ਅਵਾਰਡ ਦਾ ਮਤਲਬ ਹੀ ਨਹੀਂ ਪਤਾ ਕੀ ਹੁੰਦਾ, ਹੈ ਨਾ। ਸੋ ਮੈਂ ਕਦੇ ਝਾਕ ਨਹੀਂ ਰੱਖੀ, ਬਟ ਮੈਨੂੰ ਇਹ ਲੱਗਦਾ ਕਿ ਜਦੋਂ ਆਪਣੀ ਗੱਲ ਅਸੀਂ ਲੋਕਾਂ 'ਚ ਲੈ ਕੇ ਜਾਂਦੇ ਹਾਂ ਵੀ ਉਹੀ ਕੋਈ ਮਦਦ ਕਰਨ, ਅਤੇ ਉਹ ਕਰਦੇ ਵੀ ਹੈ, ਮਤਲਬ ਭਾਵੇਂ ਅਸੀਂ, ਸਾਨੂੰ ਇਹ ਹੈਗਾ ਕਿ ਜਿਹੜੇ ਬਾਹਰ ਬੰਦੇ ਬੈਠੇ ਨੇ ਉਹ ਥੋੜ੍ਹੇ ਜ਼ਿਆਦਾ ਸਮਰੱਥ ਹੁੰਦੇ ਨੇ, ਉਹ ਥੋੜ੍ਹੀ ਜ਼ਿਆਦਾ ਮਦਦ ਕਰ ਦਿੰਦੇ ਨੇ, ਅਤੇ ਇੱਥੇ ਵੀ ਜੇ ਇੱਦਾਂ ਦਾ ਕੋਈ ਮਾਡਲ ਉਸਰੂਗਾ ਤਾਂ ਉਹ ਲੋਕਾਂ ਤੋਂ ਹੀ ਉਸਰੂਗਾ, ਗੌਰਮੈਂਟ ਤੋਂ ਕਦੇ ਉਮੀਦ ਕੀਤੀ ਨਹੀਂ ਮੈਂ, ਮਤਲਬ ਐਜ਼ ਐਨ ਪਰਸਨ। ਹੋ ਸਕਦਾ ਕੁਛ ਲੋਕਾਂ ਨੂੰ ਲੱਗਦਾ ਹੋਵੇ ਗੌਰਮੈਂਟ ਨੂੰ ਹੈਲਪ ਕਰਨੀ ਚਾਹੀਦੀ ਹੈ, ਮੈਨੂੰ ਲੱਗਦਾ ਵੀ ਉਹਨਾਂ ਨੇ ਕਰਨੀ ਨਹੀਂ, ਅਤੇ ਅਸੀਂ ਕੋਈ ਬਹੁਤਾ ਟਾਈਮ ਨਹੀਂ ਵੇਸਟ ਕਰਨਾ ਇਸ ਗੱਲ 'ਤੇ, ਅਸੀਂ ਲੋਕਾਂ 'ਚ ਹੀ ਜਾਣਾ, ਹੈ ਨਾ। ਜੇ ਲੋਕਾਂ 'ਚੋਂ ਹੀ ਕੁਛ ਇੱਦਾਂ ਦਾ ਮਾਡਲ ਬਣ ਜਾਵੇ ਕਿ ਜਿੰਨਾ ਕੁ ਪੈਸਾ ਇਸ ਕਿਸਮ ਦੇ ਸਿਨੇਮੇ 'ਚ ਲੱਗੇ ਉਹ ਵਾਪਸ ਆ ਜਾਵੇ ਤਾਂ ਕਿ ਅੱਗੇ ਤੋਂ ਇਹੋ ਜਿਹਾ ਸਿਨੇਮਾ ਬਣਦਾ ਰਹੇ, ਅਤੇ ਉਹਦੇ ਲਈ ਤਾਂ ਕੋਸ਼ਿਸ਼ ਕੀਤੀ ਜਾ ਸਕਦੀ ਹੈ, ਬਟ ਸਰਕਾਰਾਂ ਤੋਂ ਮਤਲਬ ਮੈਨੂੰ ਕੋਈ ਕਦੇ ਝਾਕ ਰਹੀ ਨਹੀਂ। ਹਾਂਜੀ, 2014 ਦੇ ਵਿੱਚ ਫਿਲਮ ਨਾਬਰ ਨੂੰ ਜਦੋਂ ਨੈਸ਼ਨਲ ਅਵਾਰਡ ਮਿਲਦਾ, ਹੈ ਨਾ, ਉਸ ਤੋਂ ਬਾਅਦ ਚੰਮ ਜਿਹੜੀ ਕਾਂਸ ਤੱਕ ਪਹੁੰਚ ਜਾਂਦੀ ਹੈ, ਉੱਥੇ ਵਿਖਾਈ ਗਈ, ਹੈ ਨਾ, ਉਸ ਤੋਂ ਬਾਅਦ ਹਾਲਾਤ ਬਦਲੇ, ਤੁਹਾਨੂੰ ਇਹ ਲੱਗਦਾ ਕਿ ਤੁਹਾਡੀ ਜ਼ਿੰਮੇਵਾਰੀ ਹੈ ਜਿਹੜੀ ਹੋਰ ਬਹੁਤ ਜ਼ਿਆਦਾ ਵੱਧ ਗਈ ਅੱਗੋਂ, ਜਿਹੜਾ ਕਿਵੇਂ ਸੋਚਦੇ ਹੋ ਕਿ ਇੰਨਾ ਜ਼ਿਆਦਾ ਲੋਕਾਂ ਨੇ ਵੀ ਪਿਆਰ ਦਿੱਤਾ, ਇੰਨੇ ਉੱਚੇ ਪੱਧਰ 'ਤੇ ਚਲੇ ਜਾਣਾ, ਹੁਣ ਕਿਸ ਤਰੀਕੇ ਦਾ ਜਿਹੜਾ ਖਿਆਲ ਹੈ ਕਿ ਅੱਗੋਂ ਜਾ ਕੇ ਕਿਵੇਂ ਦੀਆਂ ਚੀਜ਼ਾਂ ਜਿਹੜੀਆਂ ਬਣਾਉਣੀਆਂ ਨੇ? ਉਹ ਮੈਨੂੰ ਇੱਕ, ਰੁਪਿੰਦਰ ਜੀ, ਬੜੀ ਦਿਲਚਸਪ ਗੱਲ ਇਹ ਹੈਗੀ ਹੈ ਕਿ ਮੈਨੂੰ ਫਿਲਮ ਬਣਾਉਣ ਦੀ ਦਿੱਕਤ ਨਹੀਂ ਆਈ ਕਦੇ, ਮਤਲਬ ਮੇਰੇ ਵਾਂਗੂ ਸੋਚਣ ਵਾਲੇ ਦੋਸਤ ਮਿੱਤਰ ਮੇਰੇ ਆਲੇ ਦੁਆਲੇ ਵੀ ਨੇ, ਅਤੇ ਕੋਈ ਨਾ ਕੋਈ ਜ਼ਰੂਰ ਮਿਲ ਜਾਂਦਾ,
ਜਿੱਦਾਂ ਹੁਣ ਮੈਂ ਜਿਹੜੀ ਫਿਲਮ ਬਣਾਈ ਹੈ ਪਰ ਮੈਨੂੰ ਪਿਆਰ ਕਰਦੀ ਹੈ ਪਰਜਾਤ ਕੁੜੀ ਹੈ ਜਿਹੜੀ ਲਾਲ ਸਿੰਘ ਦਿਲ ਉਹਨਾਂ ਦੀ ਇੱਕ ਕਵਿਤਾ ਤੋਂ ਇੰਸਪਾਇਰਡ ਆ ਉਹਦਾ ਟਾਈਟਲ, ਉਹਦੇ ਲਈ ਜਿਹੜੇ ਦੋਸਤ ਮਿੱਤਰ ਜਿਨ੍ਹਾਂ ਨੇ ਇਹ ਫਿਲਮ ਪ੍ਰੋਡਿਊਸ ਕੀਤੀ ਹੈ ਉਹਨਾਂ ਨੇ ਚੰਮ ਦੇਖੀ ਸੀ ਕੈਨੇਡਾ 'ਚ, ਅਤੇ ਉਹਨਾਂ ਨੇ ਕਿਹਾ ਕਿ ਤੁਸੀਂ ਸਾਡੇ ਲਈ ਵੀ ਇਸ ਕਿਸਮ ਦੀ ਫਿਲਮ ਬਣਾਓ, ਅਤੇ ਇਸ ਕਿਸਮ ਨਾਲ ਉਹ ਫਿਲਮ ਬਣ ਗਈ। ਸੋ ਮੈਨੂੰ ਇਹ ਲੱਗਦਾ ਵੀ ਜਦੋਂ ਤੁਸੀਂ ਕੋਈ ਚੰਗਾ ਕੰਮ ਕਰਦੇ ਹੋ ਜਿਹ 'ਚ ਤੁਹਾਡਾ ਵਿਸ਼ਵਾਸ ਆ ਅਤੇ ਉਹ ਸੀਰੀਅਸਲੀ ਲੋਕਾਂ 'ਚ ਲੈ ਕੇ ਜਾਂਦੇ ਹੋ ਤਾਂ ਉਹ ਤੰਦ ਨਾਲ ਤੰਦ ਜੁੜਦੀ ਰਹਿੰਦੀ ਹੈ। ਮਤਲਬ ਮੈਨੂੰ ਕਦੇ ਫਿਲਮ ਬਣਾਉਣ 'ਚ ਪ੍ਰੋਬਲਮ ਨਹੀਂ ਆਈ। ਜਿਹੜੇ ਛੋਟੇ ਛੋਟੇ ਮਤਭੇਦ ਕਹਿ ਲਓ ਜਾਂ ਡਿਸਪਿਊਟ ਆ ਉਹ ਹੁੰਦੇ ਰਹਿੰਦੇ ਆ, ਉਹ ਹਰ ਜਗ੍ਹਾ ਹੁੰਦੇ ਨੇ, ਪਰ ਕਦੇ ਮੈਨੂੰ ਇੱਦਾਂ ਮਤਲਬ ਮੁਸ਼ਕਿਲ ਨਹੀਂ ਆਈ ਵੀ ਮੈਂ ਕੋਈ ਫਿਲਮ ਬਣਾਉਣਾ ਚਾਹੁੰਦਾ ਹੋਵਾਂ ਅਤੇ ਫੰਡਸ ਨਾ ਮਿਲਦੇ ਹੋਣ ਜਾਂ ਉਸ ਕਰਕੇ। ਇੱਕ ਹੋ ਸਕਦਾ ਫੰਡਸ ਆਪਾਂ ਕੋਸ਼ਿਸ਼ ਕਰੀਏ ਘੱਟ ਤੋਂ ਘੱਟ 'ਚ ਹੀ ਕੰਮ ਕਰੀਏ, ਔਰ ਕਈ ਵਾਰੀ ਹੋ ਸਕਦਾ ਮੇਰਾ ਕੰਮ ਵੀ ਮੇਰੇ ਉਹ ਬੰਦਿਆਂ ਨੂੰ ਉਸ ਕਿਸਮ ਨਾਲ ਜਿਨ੍ਹਾਂ ਨਾਲ ਮੈਂ ਕਲੈਬਰੇਟ ਕਰ ਰਿਹਾ ਜਿੱਦਾਂ ਉਹ ਚਾਹੁੰਦੇ ਉੱਦਾਂ ਨਹੀਂ ਵੀ ਹੁੰਦਾ, ਬਟ ਫਿਰ ਵੀ ਚੱਲਦਾ ਰਹਿੰਦਾ। ਮਤਲਬ ਕਦੇ ਇੱਦਾਂ ਨਹੀਂ ਹੋਇਆ ਕਿ ਮੈਂ ਕੋਈ ਫਿਲਮ ਬਣਾਉਣਾ ਚਾਹੁੰਦਾ ਹੋਵਾਂ ਅਤੇ ਮੈਨੂੰ ਉਹਦੇ ਲਈ ਸਾਥ ਨਾ ਮਿਲਿਆ ਹੋਵੇ, ਇੱਦਾਂ ਕਦੇ ਵੀ ਨਹੀਂ ਹੋਇਆ, ਕਿਉਂਕਿ ਐਵਰੇਜ ਹਰ ਸਾਲ ਇੱਕ ਫਿਲਮ ਬਣਾ ਹੀ ਲਈ ਦੀ ਹੈ। ਹਾਂਜੀ, ਮੈਂ ਪਿਛਲੇ ਮਹੀਨੇ ਕਿਸੇ ਨਾਲ ਗੱਲ ਕਰ ਰਹੀ ਸੀ, ਉਹ ਦਿੱਲੀ ਯੂਨੀਵਰਸਿਟੀ ਦੇ ਵਿੱਚ ਫਿਲਮ ਸਟੱਡੀਜ਼ 'ਤੇ ਕੰਮ ਕਰ ਰਹੇ ਨੇ ਜੀ। ਉਹਨਾਂ ਦਾ ਕਹਿਣਾ ਸੀ ਕਿ ਉਹ ਕਲਾ ਫਿਲਮਾਂ 'ਤੇ ਕੰਮ ਨਹੀਂ ਕਰਨਾ ਚਾਹੁੰਦੇ, ਹੈ ਨਾ, ਕਿਉਂਕਿ ਉਹਨਾਂ ਦਾ ਕਹਿਣਾ ਸੀ ਕਿ ਇੱਕ ਤਾਂ ਇਹਨਾਂ ਦੀ ਪਹੁੰਚ ਬਹੁਤ ਸਾਰੇ ਲੋਕਾਂ ਤੱਕ ਨਹੀਂ ਹੁੰਦੀ, ਦੂਜਾ ਇਹਨਾਂ 'ਚ ਬਹੁਤ ਸਾਰੇ ਲੋਕਾਂ ਦਾ ਰੁਝਾਨ ਨਹੀਂ ਹੈ ਇਹਨਾਂ ਨੂੰ ਬਣਾਉਣ ਦੇ ਵਿੱਚ, ਹੈ ਨਾ। ਤੁਸੀਂ ਕਹਿੰਦੇ ਹੋ ਕਿ ਪੰਜਾਬੀ ਸਿਨੇਮਾ ਨੂੰ ਜਿਹੜਾ ਤੀਜੀ ਕਿਸਮ ਦਾ ਜਿਹੜਾ ਤੁਹਾਡਾ ਤਰੀਕਾ ਹੈ ਕੰਮ ਕਰਨ ਦਾ ਉਹੀ ਬਚਾ ਸਕਦਾ ਹੈ, ਹੈ ਨਾ, ਜਿਹਦੇ ਵਿੱਚ ਤੁਸੀਂ ਸ਼ੋਰਟ ਫਿਲਮਾਂ ਦੇ ਉੱਤੇ ਜ਼ੋਰ ਦੇ ਰਹੇ ਹੋ, ਛੋਟੀਆਂ ਫਿਲਮਾਂ ਦੇ ਉੱਤੇ ਜ਼ੋਰ ਦੇ ਰਹੇ ਹੋ, ਜਦਕਿ ਆਮ ਲੋਕਾਂ ਦਾ ਇੰਟਰਸਟ ਹਮੇਸ਼ਾ ਕਮਰਸ਼ੀਅਲ ਐਂਗਲ ਤੋਂ ਹੀ ਰਿਹਾ ਕਿ ਵੱਡੇ ਲੈਵਲ 'ਤੇ ਜਿਹੜੀਆਂ ਫਿਲਮਾਂ ਬਣਦੀਆਂ ਨੇ, ਹੈ ਨਾ, ਉਹਨਾਂ ਨੂੰ ਲੋਕ ਦੇਖਣ ਜਾਂਦੇ ਆ। ਤੁਹਾਨੂੰ ਇਹ ਕਿਉਂ ਲੱਗਦਾ ਕਿ ਸਿਰਫ ਛੋਟੀਆਂ ਫਿਲਮਾਂ ਨੇ ਜਿਹੜੀਆਂ ਉਹੀ ਪੰਜਾਬੀ ਸਿਨੇਮਾ ਨੂੰ ਬਚਾ ਸਕਦੀਆਂ ਨੇ? ਨਹੀਂ ਰੁਪਿੰਦਰ ਜੀ, ਮੈਂ ਇੱਦਾਂ ਨਹੀਂ ਸਮਝਦਾ। ਮੈਂ ਸਿਰਫ ਇਹ ਸਮਝਦਾ ਕਿ ਜਿਹੜਾ ਸਾਡਾ ਮੇਨ ਸਟ੍ਰੀਮ ਪੰਜਾਬੀ ਸਿਨੇਮਾ ਨਾ, ਉਹ ਸਾਡੀ ਪੂਰੀ ਸੁਸਾਇਟੀ ਨੂੰ ਰੀਪ੍ਰਜੈਂਟ ਨਹੀਂ ਕਰਦਾ, ਹੈ ਨਾ। ਜੇ ਦੇਖੋ, ਮੰਨ ਲਓ ਸਾਡੀ ਇਹ ਸੁਸਾਇਟੀ 100% ਹੈ, ਉਹਦੇ 'ਚੋਂ 20-25% ਜਿਹੜਾ ਤਬਕਾ ਹੈਗਾ ਉਹਨਾਂ ਕੋਲ ਪੈਸੇ ਨੇ, ਅਤੇ ਉਹ ਇੱਕ ਖਾਸ ਤਰ੍ਹਾਂ ਦੀ ਕਲਚਰਲ ਲਾਈਫ ਜਿਉਂਦੇ ਨੇ, ਇੱਕ ਖਾਸ ਕਿਸਮ ਦੀ ਬੈਕਗਰਾਊਂਡ ਤੋਂ ਆਉਂਦੇ ਨੇ। ਅਤੇ ਜੇ ਅਸੀਂ ਸਿਰਫ ਸਾਰੀਆਂ ਚੀਜ਼ਾਂ ਉਹਨਾਂ ਬੰਦਿਆਂ ਬਾਰੇ ਕਰੀ ਜਾਈਏ ਕਿਉਂਕਿ ਉਹਨਾਂ ਕੋਲ ਪੈਸੇ ਨੇ, ਉਹਨਾਂ ਕੋਲ ਸਾਧਨ ਨੇ, ਅਤੇ ਇਹ ਤਾਂ ਕੋਈ ਚੰਗੀ ਸੁਸਾਇਟੀ ਹੋਣ ਦੀ ਨਿਸ਼ਾਨੀ ਨਹੀਂ ਨਾ, ਹੈ ਨਾ। ਜੇ ਕਿਸੇ ਨੂੰ ਇੱਦਾਂ ਲੱਗਦਾ ਕਿ ਉਹ 25% ਲੋਕ ਹੀ ਸਭ ਤੋਂ ਮਹੱਤਵਪੂਰਨ ਨੇ ਕਿਉਂਕਿ ਉਹਨਾਂ ਕੋਲ ਪੈਸੇ ਨੇ ਅਤੇ ਉਹਨਾਂ ਬਾਰੇ ਹੀ ਗੱਲ ਹੁੰਦੀ ਹੈ ਅਤੇ ਲੋਕ ਉਹਨਾਂ ਨੂੰ ਹੀ ਦੇਖਣਾ ਚਾਹੁੰਦੇ ਆ, ਇਹ ਉਹਦੀ ਸਮਝ ਆ, ਮੈਨੂੰ ਉਹਨਾਂ ਤੋਂ ਕੋਈ ਨਾਰਾਜ਼ਗੀ ਨਹੀਂ, ਕੋਈ ਪ੍ਰੋਬਲਮ ਨਹੀਂ। ਪਰ ਮੈਨੂੰ ਇਹ ਲੱਗਦਾ ਕਿ ਉਹਨਾਂ 25 ਤੋਂ ਗਾਂ ਵੀ ਫਿਰ ਇੱਕ 30-40% ਦਾ ਤਬਕਾ ਜਿਹੜਾ ਮਿਡਲ ਕਲਾਸ ਹੈ, ਅਤੇ ਫਿਰ 25-30% ਦਾ ਇੱਦਾਂ ਤਬਕਾ ਜਿਹਨਾਂ ਕੋਲ ਬਿਲਕੁਲ ਸਾਧਨ ਨਹੀਂ ਗੇ, ਅਤੇ ਹਰੇਕ ਬੰਦੇ ਦਾ ਆਪਣਾ ਕੰਸਰਨ ਆ। ਮੇਰਾ ਕੰਸਰਨ ਉਹ 30% ਲੋਕ ਨੇ, ਮੈਂ ਉਹਨਾਂ ਲਈ ਕੰਮ ਕਰਨਾ ਚਾਹੁੰਦਾ ਜਿਹੜੇ ਉੱਪਰਲੇ 25% ਨੇ, ਜਿਨ੍ਹਾਂ ਦੇ ਬਾਰੇ ਫਿਲਮਾਂ ਬਣਦੀਆਂ ਅਤੇ ਜਿਹੜੀਆਂ ਫਿਲਮਾਂ ਬਣਾਉਂਦੇ ਨੇ, ਉਹਨਾਂ ਦੀ 100 ਫਿਲਮਾਂ ਬਣਦੀਆਂ ਨੇ, ਬਣੀ ਜਾਣ, ਮੈਨੂੰ ਕੋਈ ਪ੍ਰੋਬਲਮ ਨਹੀਂ ਗੀ, ਪਰ ਬਾਕੀ ਦੇ 30% ਲੋਕਾਂ ਬਾਰੇ ਸਿਨੇਮਾ ਨਹੀਂ ਬਣ ਰਿਹਾ, ਤਾਂ ਮੇਰਾ ਕੰਸਰਨ ਉਹ ਨੇ, ਮੈਂ ਉਹਨਾਂ ਬਾਰੇ ਫਿਲਮਾਂ ਬਣਾਉਣੀਆਂ ਅਤੇ ਉਹਨਾਂ ਨੂੰ ਹੀ ਦਿਖਾਉਣਾ ਮੇਰਾ ਕੰਸਰਨ ਆ, ਬਾਕੀ ਦੇ ਲੋਕਾਂ ਬਾਰੇ ਬਾਕੀ ਬਹੁਤ ਸਾਰੇ ਲੋਕ ਕੰਮ ਕਰ ਰਹੇ ਨੇ। ਜਦੋਂ ਤੁਹਾਡੀਆਂ ਫਿਲਮਾਂ 'ਤੇ ਆਪਾਂ ਗੱਲ ਕਰਦੇ ਹਾਂ ਜਾਂ ਦੇਖਦੇ ਵੀ ਹਾਂ, ਤਾਂ ਉਹਦੇ ਵਿੱਚ ਜਿਹੜੀ ਔਰਤ ਦਾ ਇੱਕ ਕਰੈਕਟਰ ਹੁੰਦਾ ਉਹਨੂੰ ਤੁਸੀਂ ਬਹੁਤ ਸਟਰੋਂਗ ਦਿਖਾਉਂਦੇ ਹੋ, ਪਰ ਜਦੋਂ ਆਪਾਂ ਸਾਹਿਤ ਪੜ੍ਹਦੇ ਹਾਂ ਤਾਂ ਜ਼ਿਆਦਾਤਰ ਬੇਸ਼ੱਕ ਉਹ ਔਰਤਾਂ ਦੁਆਰਾ ਲਿਖਿਆ ਗਿਆ ਹੋਵੇ ਜਾਂ ਮਰਦਾਂ ਦੁਆਰਾ ਲਿਖਿਆ ਗਿਆ ਹੋਵੇ, ਉਹਦੇ ਵਿੱਚ ਔਰਤ ਨੂੰ ਜਿਹੜੀ ਖਾਸ ਕਰਕੇ ਸਾਨੂੰ ਹੁਣ ਤੱਕ ਵੀ ਬਹੁਤ ਸਪਸ਼ਟ ਹੈ ਕਿ ਪੰਜਾਬ ਦੇ ਵਿੱਚ ਵੀ ਜਾਂ ਸਾਡੇ ਕਮ ਸੇ ਕਮ ਸਾਡੇ ਦੇਸ਼ ਦੇ ਵਿੱਚ ਉਸਦੀ ਹਾਲਤ ਬਹੁਤ ਜ਼ਿਆਦਾ ਵਧੀਆ ਨਹੀਂ ਹੈ, ਉਹਨੂੰ ਹਮੇਸ਼ਾ ਦੱਬੀ ਕੁਚਲੀ ਜਾਂ ਫਿਰ ਬਹੁਤ ਕੁਛ ਸਹਿੰਦੇ ਦਿਖਾਇਆ ਜਾਂਦਾ। ਪਰ ਤੁਸੀਂ ਕਿਸੇ ਵੀ ਖੇਤਰ ਦੇ ਵਿੱਚੋਂ ਚਾਹੇ ਆਪਣਾ ਕੋਈ ਕਰੈਕਟਰ ਚੁਣਦੇ ਹੋ ਜਿਹੜਾ ਕਿ ਬਹੁਤਾ ਪੜ੍ਹਿਆ ਲਿਖਿਆ ਵੀ ਨਹੀਂ ਹੁੰਦਾ ਜਾਂ ਫਿਰ ਉਹਦਾ ਆਲਾ ਦੁਆਲਾ ਇਹੋ ਜਿਹਾ ਨਹੀਂ ਹੁੰਦਾ ਕਿ ਉੱਥੇ ਉਹਨੂੰ ਬਹੁਤ ਆਜ਼ਾਦੀ ਹੋਵੇ ਜਾਂ ਔਰਤ ਹੋਣ ਦੇ ਨਾਤੇ ਉਹਨੂੰ ਇੱਕ ਆਮ ਇਨਸਾਨ ਦੇ ਤਰ੍ਹਾਂ ਵੀ ਟ੍ਰੀਟ ਕੀਤਾ ਜਾਂਦਾ ਹੋਵੇ, ਹੈ ਨਾ। ਪਰ ਤੁਸੀਂ ਬਹੁਤ ਉਭਾਰਦੇ ਹੋ ਆਪਣੇ ਜਿਹੜੇ ਤੁਹਾਡੇ ਉਹ ਮਰਦ ਕਰੈਕਟਰ ਦੇ ਬਰਾਬਰ ਹੀ ਖੜੀਆਂ ਹੁੰਦੀਆਂ ਨੇ ਜਿਹੜੀਆਂ ਆਮ ਸਿਨੇਮਾ ਦੇ ਵਿੱਚ ਨਹੀਂ ਦਿਖਾਈਆਂ ਜਾਂਦੀਆਂ, ਇਹ ਚੀਜ਼ ਆ ਜਿਹੜੀ ਕਿਸ ਚੀਜ਼ ਨੂੰ ਪੇਸ਼ ਕਰਨ ਲਈ ਚਾਹੁੰਦੇ ਹੋ ਕਿ ਮਤਲਬ ਔਰਤ ਨੂੰ ਇਸ ਤਰੀਕੇ ਨਾਲ ਤੁਸੀਂ ਆਪਣੀਆਂ ਫਿਲਮਾਂ 'ਚ ਦਿਖਾ ਰਹੇ ਹੋ ਕਿ ਉਹ ਉਹਨਾਂ ਲਈ ਇੱਕ ਮੋਟੀਵੇਸ਼ਨ ਹੋਵੇ ਜਾਂ ਫਿਰ ਤੁਸੀਂ ਜਿੱਥੇ ਵਿਚਰਦੇ ਹੋ ਉੱਥੇ ਆਲੇ ਦੁਆਲੇ ਇਸੇ ਤਰ੍ਹਾਂ ਦੀਆਂ ਔਰਤਾਂ ਵੇਖੀਆਂ ਨੇ ਹੁਣ ਤੱਕ? ਦੋਨੋਂ ਚੀਜ਼ਾਂ ਨੇ, ਕਿਉਂਕਿ ਮੇਰੀ ਮਦਰ ਤਾਂ ਬਹੁਤ ਜਿੱਦਾਂ ਕਹਿ ਲਓ ਬੜੇ ਸੌਫਟ ਜਿੱਦਾਂ ਔਰਤਾਂ ਮਦਰਸ ਹੁੰਦੀਆਂ ਨੇ ਉੱਦਾਂ ਦੇ ਹੀ ਸੀਗੇ, ਔਰ ਬੜੇ ਡਰਨ ਵਾਲੇ, ਕਨਫਰੰਟੇਸ਼ਨ ਨਾ ਕਰਨ ਵਾਲੇ,
ਅਤੇ ਉਹਨਾਂ ਦੇ ਵੀ ਕਾਫੀ ਸਾਰੇ ਟ੍ਰੇਟ ਮੇਰੇ 'ਚ ਹੈਗੇ ਨੇ। ਮੈਂ ਵੀ ਡਰਦਾ ਕਨਫਰੰਟੇਸ਼ਨ ਤੋਂ, ਮਤਲਬ ਮੈਂ ਮੰਨਣ 'ਚ ਕੋਈ ਹਰਜ਼ ਨੀਗਾ। ਬਟ ਜਦੋਂ ਮੇਰੀ ਮੈਰਿਜ ਹੋਈ, ਮੇਰੀ ਵਾਈਫ ਜਤਿੰਦਰ, ਉਹ ਬਹੁਤ ਸਟਰੋਂਗ ਪਰਸਨੈਲਿਟੀ ਹੈ, ਔਰ ਉਹ ਜਿਨ੍ਹਾਂ ਨਾਲ ਕੰਮ ਕਰਦੀ ਸੀ ਥੀਏਟਰ ਵਗੈਰਾ ਦਾ, ਉਹ ਬਹੁਤ ਚੇਤੰਨ ਲੋਕ ਸੀਗੇ, ਜਿਹੜੇ ਮਤਲਬ ਔਰਤ ਦੇ ਹੱਕਾਂ ਬਾਰੇ ਬਹੁਤ ਜਾਗਰੂਕ ਸੀ। ਅਤੇ ਜਦੋਂ ਮੈਂ ਉਹਦੇ ਸੰਪਰਕ 'ਚ ਆਇਆ ਤਾਂ ਮੈਨੂੰ ਸਮਝ ਆਈਆਂ ਚੀਜ਼ਾਂ ਕਿ ਸਾਡੇ ਮਦਰ ਜਿਹੜੇ ਨੇ, ਉੱਥੇ ਤਾਂ ਅਸੀਂ ਸਾਰੀਆਂ ਚੀਜ਼ਾਂ ਕਹਿ ਲਓ ਮੁੰਡਾ ਹੋਣ ਦੇ ਨਾਤੇ ਬੜੇ ਪ੍ਰਿਵਿਲੇਜ ਸੀਗੇ। ਸਾਨੂੰ ਲੱਗਦਾ ਸੀ ਕਿ ਇਹ ਸਾਰਾ ਮਾਂ ਦਾ ਹੀ ਕੰਮ ਹੈ ਜਾਂ ਭੈਣ ਦਾ ਕੰਮ ਹੈ, ਸਾਨੂੰ ਨਹੀਂ ਇਹ ਕੰਮ ਕਰਨ ਦੀ ਲੋੜ, ਅਤੇ ਇਹ ਇੱਦਾਂ ਹੀ ਹੁੰਦਾ। ਬਟ ਜਦੋਂ ਦੂਸਰੇ ਐਂਗਲ ਤੋਂ ਸਾਨੂੰ ਦੱਸਿਆ ਗਿਆ ਕਿ ਸਾਰੇ ਹਿਊਮਨ ਬੀਇੰਗ ਬਰਾਬਰ ਹੁੰਦੇ ਨੇ, ਸਾਰਿਆਂ ਨੂੰ ਬਰਾਬਰ ਕੰਮ ਕਰਨਾ ਚਾਹੀਦਾ, ਅਤੇ ਉਦੋਂ ਫਿਰ ਕੌਨਸ਼ੀਅਸਲੀ ਮੈਨੂੰ ਲੱਗਿਆ ਕਿ ਯਾਰ ਇਹ ਗੱਲ ਤਾਂ ਠੀਕ ਹੈ ਪਰ ਇਹ ਕਿਤੇ ਹੁੰਦੀ ਨਹੀਂ ਕਲਾ ਦੇ ਵਿੱਚ। ਅਤੇ ਮੈਨੂੰ ਲੱਗਿਆ ਕਿ ਜਿਹੜਾ ਆਰਟ ਹੈ, ਆਰਟ ਦਾ ਮਤਲਬ ਜੋ ਆਲਰੇਡੀ ਹੋ ਰਿਹਾ ਸਿਰਫ ਉਹ ਦਿਖਾਉਣਾ ਨਹੀਂ ਗਾ, ਜੋ ਹੋ ਸਕਦਾ ਉਹ ਵੀ ਦਿਖਾਉਣਾ ਚਾਹੀਦਾ। ਜਿੱਦਾਂ ਇੱਕ ਛੋਟੀ ਜਿਹੀ ਐਗਜ਼ਾਮਪਲ ਮੈਂ ਤੁਹਾਨੂੰ ਦਿੰਦਾ, ਜਦੋਂ ਆਤੂ ਖੋਜੀ ਦੀ ਮੈਂ ਕਹਾਣੀ ਪੜ੍ਹੀ ਸੀ ਤਾਂ ਉਹ ਆਤੂ ਖੋਜੀ ਕਰੈਕਟਰ ਬਾਰੇ ਸੀਗੀ, ਜਿਹੜਾ ਚਲੋ ਓਨੈਸਟ ਸੀਗਾ, ਅਤੇ ਜਦੋਂ ਉਹਨੂੰ ਆਪਣੀ ਜੋਬ ਦੀ ਇੰਟੀਗ੍ਰਿਟੀ ਅਤੇ ਆਪਣੇ ਜਵਾਈ ਦੋਨਾਂ 'ਚ ਚੁਣਨ ਦੀ ਗੱਲ ਆਉਂਦੀ ਹੈ ਤਾਂ ਸੱਚਾਈ ਚੁਣਦਾ ਅਤੇ ਜਵਾਈ ਦੀ ਬਲੀ ਦੇ ਦਿੰਦਾ। ਉਹ ਕਰੈਕਟਰ ਬੜਾ ਸਟਰੋਂਗ ਸੀ। ਫਿਰ ਮੈਨੂੰ ਲੱਗਿਆ ਕਿ ਇੱਦਾਂ ਦੀ ਕੋਈ ਫੀਮੇਲ ਕਰੈਕਟਰ ਸਾਡੀ ਸੁਸਾਇਟੀ 'ਚ ਆਲੇ ਦੁਆਲੇ ਹੈ ਜਿਹਨੇ ਕੋਈ ਕੁਰਬਾਨੀ ਕੀਤੀ ਹੋਈ ਸੱਚਾਈ ਦੇ ਲਈ। ਤਾਂ ਉਹ ਫਿਰ ਜਿਹੜਾ ਇੰਸੀਡੈਂਟ ਹੋਇਆ ਸੀ ਜਿਹਦੇ ਵਿੱਚ ਇੱਕ IPS ਔਫਿਸਰ ਨੇ ਇੱਕ ਟੈਨਿਸ ਪਲੇਅਰ ਨੂੰ ਮੋਲੈਸਟ ਕੀਤਾ ਸੀ, ਉਹਨੇ ਸੁਸਾਈਡ ਕਰ ਲਿਆ ਸੀ, ਅਤੇ ਉਹਦੀ ਫਰੈਂਡ ਨੇ 17 ਸਾਲ ਉਹਦਾ ਕੇਸ ਲੜਿਆ ਸੀ। ਉਹ ਪਾਤਰ ਮੈਂ ਲੈ ਕੇ ਆਇਆ, ਤਾਂ ਦੋਨਾਂ ਪਾਤਰਾਂ ਨੂੰ ਮਿਲਾ ਕੇ ਉਹ ਫਿਲਮ ਬਣਾਈ, ਜਿਹੜੀ ਸ਼ੋਰਟ ਫਿਲਮਾਂ ਦੀ ਮਤਲਬ ਬਹੁਤ ਮੋਰੀ ਸ਼ੋਰਟ ਫਿਲਮਾਂ ਦੇ ਵਿੱਚ ਹੈ, ਕਾਫੀ ਅਪਰੀਸ਼ੀਏਟ ਵੀ ਹੋਈ ਆਤੂ ਖੋਜੀ। ਸੋ ਮੈਂ ਹਮੇਸ਼ਾ ਲੱਭਦਾ ਰਹਿੰਦਾ ਇੱਦਾਂ ਦੀਆਂ ਚੀਜ਼ਾਂ। ਫਿਰ ਜਦੋਂ ਮੈਂ ਸਾਵੀ ਫਿਲਮ ਬਣਾਈ, ਉਹ ਬਹੁਤ ਹੀ ਪਾਪੂਲਰ ਨਾਟਕ ਹੈ ਪੰਜਾਬ ਦਾ, ਪਰ ਉਹਦਾ ਐਂਡ ਜਿਹੜਾ ਹੈਗਾ ਉਹ ਮੈਨੂੰ ਲੱਗਿਆ ਕਿ ਉਹ ਔਰਤ ਦੇ ਨਾਲ ਉਹਦੇ 'ਤੇ ਤਰਸ ਖਾਂਦੇ ਆ ਦਰਸ਼ਕ, ਇਸ ਲਈ ਉਹਨਾਂ ਨੂੰ ਪਸੰਦ ਆਉਂਦਾ। ਅਤੇ ਮੈਨੂੰ ਇਹ ਸੀਗਾ ਕਿ ਉਹ ਫਾਈਟ ਬੈਕ ਨਹੀਂ ਕਿਉਂ ਨਹੀਂ ਕਰਦੀ, ਵੀ ਜਦੋਂ ਔਰਤ ਨਾਲ ਧੱਕਾ ਹੁੰਦਾ ਆਪਾਂ ਉਹ 'ਤੇ ਵਿਚਾਰੀ ਦੇ ਰੂਪ 'ਚ ਤਰਸ ਖਾਂਦੇ ਹਾਂ ਕਈ ਵਾਰੀ, ਅਤੇ ਆਪਾਂ ਉਹਨੂੰ ਠੀਕ ਮੰਨ ਲੈਂਦੇ ਹਾਂ, ਮੰਨ ਸਕਦੇ ਹਾਂ। ਬਟ ਮੈਨੂੰ ਲੱਗਦਾ ਕਿ ਉਹ ਲੜਦੀ ਕਿਉਂ ਨਹੀਂ ਉਹਦੇ ਖਿਲਾਫ਼, ਕੀ ਉਹਨੂੰ ਜਦੋਂ ਦੁਬਾਰਾ ਚਾਂਸ ਮਿਲੂਗਾ, ਮੰਨ ਲਓ ਕੀ ਉਹ ਲੜੂਗੀ ਜਦੋਂ ਆਪਣੇ ਲਈ ਨਹੀਂ ਲੜ ਸਕੀ, ਕੀ ਕਿਸੇ ਹੋਰ ਨਾਲ ਉੱਦਾਂ ਦਾ ਧੱਕਾ ਹੁੰਦਾ, ਕੀ ਉਦੋਂ ਲੜੂਗੀ ਜਾ ਕੇ। ਸੋ ਮੇਰੇ ਇਸ ਕਿਸਮ ਦੇ ਸਵਾਲ ਨੇ। ਜਿੱਦਾਂ ਨਾਬਰ 'ਚ ਵੀ ਮੁੰਡਾ ਮਰ ਜਾਂਦਾ, ਉਹਦੀ ਗਰਲਫ੍ਰੈਂਡ, ਇੱਦਾਂ ਨਹੀਂ ਕਿ ਮੁੰਡਾ ਮਰ ਗਿਆ ਰਿਸ਼ਤਾ ਖਤਮ, ਉਹਦਾ ਉਸ ਫੈਮਿਲੀ ਲਈ ਕੰਸਰਨ ਆ, ਉਹ ਉਹਦੇ ਲਈ ਐਫਰਟ ਕਰਦੀ ਹੈ। ਸੋ ਸਾਰਾ ਜਿਹੜਾ ਮੈਂ ਸਿਨੇਮਾ ਬਣਾਉਂਦਾ, ਮੈਂ ਬਹੁਤ ਚੇਤੰਨ ਹਾਂ ਅਤੇ ਮੈਨੂੰ ਬਹੁਤ ਖੁਸ਼ੀ ਹੈ, ਅਤੇ ਮੈਂ ਵਿੰਡੀਕੇਟ ਵੀ ਹੋਇਆ। ਮਤਲਬ ਜਦੋਂ ਮੈਂ ਚੰਮ ਬਣਾ ਰਿਹਾ ਸੀਗਾ, ਅਤੇ ਚੰਮ ਦੇ ਐਂਡ 'ਚ ਮਤਲਬ ਜਿਹੜੀਆਂ ਔਰਤਾਂ ਨੇ ਉਹ ਨਸ਼ੇ ਦੇ ਖਿਲਾਫ਼ ਖੜੀਆਂ ਹੁੰਦੀਆਂ ਨੇ, ਮੈਂ ਉਹਨਾਂ ਨੂੰ ਮੂਹਰੇ ਲੈ ਕੇ ਆਉਂਦਾ। ਅਤੇ ਤੁਸੀਂ ਦੇਖ ਲਓ ਹੁਣ ਮਤਲਬ ਸਾਡੇ ਇੰਡੀਆ ਦੇ ਵਿੱਚ ਜੋ ਇਸ ਮਤਲਬ ਜੋ ਵੀ ਪੋਲੀਟੀਕਲੀ ਗਲਤ ਹੋ ਰਿਹਾ, ਉਹਦੇ ਖਿਲਾਫ਼ ਸਾਡੀਆਂ ਔਰਤਾਂ ਲੀਡ ਲੈ ਰਹੀਆਂ, ਅੱਗੇ ਲੜ ਰਹੀਆਂ, ਅਤੇ ਅੱਜ ਤੋਂ ਪਹਿਲਾਂ ਕਦੇ ਨਹੀਂ ਸੀਗਾ। ਸੋ ਜੇ ਤੁਸੀਂ ਕਲਾ 'ਚ ਇਹ ਗੱਲ ਕਰਦੇ ਹੋ, ਆਊਗੀ ਸੋਸਾਇਟੀ 'ਚ, ਤੁਸੀਂ ਇੰਸਪਾਇਰ ਕਰੋ, ਕਿਉਂਕਿ ਤੁਸੀਂ ਵੀ ਦੇਣਾ ਹੁੰਦਾ ਨਾ। ਤੁਸੀਂ ਫਿਲਮ ਦੇਖੇਗਾ ਕੋਈ ਅਤੇ ਉਹਨੂੰ ਲੱਗੇਗਾ ਇਹ ਕਰ ਸਕਦੇ ਅਤੇ ਮੈਂ ਕਿਉਂ ਨਹੀਂ। ਜੇ ਫਿਲਮ ਅਸੀਂ ਕਹਿੰਦੇ ਹਾਂ ਬੈਡ ਇਨਫਲੂਐਂਸ ਦੇ ਸਕਦੀ ਹੈ, ਤਾਂ ਉਹ ਗੁੱਡ ਇਨਫਲੂਐਂਸ ਵੀ ਦੇ ਸਕਦੀ ਹੈ। ਤੁਸੀਂ ਡ੍ਰੀਮ ਵੀ ਦੇਣੇ ਹੁੰਦੇ ਆ ਨਾ, ਤੁਸੀਂ ਜੋ ਹੋ ਰਿਹਾ ਇਕੱਲਾ ਉਹ ਨਹੀਂ ਦਿਖਾਉਣਾ ਹੁੰਦਾ। ਫਿਰ ਦੁਬਾਰਾ ਕਹਿ ਰਿਹਾ, ਜੋ ਹੋ ਸਕਦਾ ਉਹ ਵੀ ਸੁਜੈਸ਼ਨ ਦੇਣਾ। ਤੁਹਾਨੂੰ ਛੋਟੀ ਜਿਹੀ ਐਗਜ਼ਾਮਪਲ ਦੱਸਦਾ, ਜਦੋਂ ਚੰਮ ਫਿਲਮ ਦਿਖਾਈ ਤਾਂ ਉਹ 'ਚ ਮੈਂ ਇੱਕ ਵੈਟਨਰੀ ਡਾਕਟਰ ਦਿਖਾਈ ਜਿਹੜੀ ਪਿੰਡ 'ਚ ਜਾ ਕੇ ਕੰਮ ਕਰਨਾ ਚਾਹੁੰਦੀ ਹੈ, ਕਿਉਂਕਿ ਉਹਦੀ ਉਸ ਕਿਸਮ ਦੀ ਬੈਕਗ੍ਰਾਊਂਡ ਆ। ਉਹਦੇ ਫਾਦਰ ਚਾਹੁੰਦੇ ਸੀ ਕਿ ਉਹ MBBS ਕਰੇ ਅਤੇ ਪਿੰਡ ਦੇ ਲੋਕਾਂ ਜਾ ਕੇ ਕੰਮ ਕਰੇ। MBBS ਨਹੀਂ ਹੁੰਦੀ, ਵੈਟਨਰੀ ਡਾਕਟਰ ਆ ਅਤੇ ਉਹ ਪਿੰਡ ਜਾ ਕੇ ਕੰਮ ਕਰਦੀ ਹੈ। ਤਾਂ ਮੈਂ ਇੱਕ ਜਗ੍ਹਾ ਫਿਲਮ ਸਕਰੀਨਿੰਗ ਕਰ ਰਿਹਾ ਸੀ ਤਾਂ ਇੱਕ ਉੱਥੇ ਵੈਟਨਰੀ ਡਾਕਟਰ ਆਇਆ ਮੁੰਡਾ, ਮੈਨੂੰ ਜਾਣਦਾ ਸੀਗਾ, ਔਰ ਲੋਕ ਪੱਖੀ ਕੰਮ ਕਰਦਾ ਉਹ। ਫਿਰ ਵੀ ਦੇਖੋ ਉਹਨੇ ਮੈਨੂੰ ਕੀ ਕਿਹਾ, ਉਹ ਕਹਿੰਦਾ ਰਜੀਵ ਤੁਹਾਡੀ ਕਰੈਕਟਰ ਰੀਪ੍ਰਜੈਂਟੇਟਿਵ ਨਹੀਂ ਗੀ। ਮੈਂ ਕਿਹਾ ਕਿਵੇਂ? ਕਹਿੰਦਾ ਬਹੁਤ ਘੱਟ ਕੁੜੀਆਂ ਵੈਟਨਰੀ ਡਾਕਟਰ ਬਣਦੀਆਂ ਨੇ। ਮੈਂ ਕਿਹਾ ਪਰ ਕੀ ਅਲਾਊਡ ਨੇ ਬਣਨੀਆਂ? ਕਹਿੰਦਾ ਹਾਂ ਬਣ ਸਕਦੀਆਂ ਨੇ। ਕਹਿੰਦਾ ਹਾਂ, ਮੈਂ ਕਿਹਾ ਫਿਰ ਬਣਨਗੀਆਂ ਉਹ, ਜੇ ਹੁਣ ਤੱਕ ਨਹੀਂ ਬਣੀਆਂ ਫਿਊਚਰ 'ਚ ਬਣ ਸਕਦੀਆਂ ਨੇ ਉਹ। ਸੋ ਮੈਂ ਵਿੰਡੀਕੇਟ ਹੋ ਗਿਆ। ਮਤਲਬ ਜਿਹੜੀ ਸਾਡੇ ਅੱਜ ਕੱਲ੍ਹ ਪੋਲੀਟੀਕਲ ਸਨੈਰੀਓ ਦੇਖਦਾ, ਜਿਸ ਕਿਸਮ ਨਾਲ ਔਰਤਾਂ ਨੇ ਲੀਡ ਕੀਤਾ, ਦੇਖੋ ਆਪਾਂ ਕਿਸੇ ਵੀ ਵਿਚਾਰਧਾਰਾ ਨੂੰ ਮੰਨ ਸਕਦੇ ਹਾਂ ਨਾ, ਉਹ ਸਾਰੇ ਆਜ਼ਾਦ ਨੇ ਆਪਾਂ ਆਪਣੀ ਗੱਲ ਕਰਨ ਦੇ ਲਈ, ਪਰ ਇਹ ਤਾਂ ਹੈ ਨਾ ਕਿ ਇੱਦਾਂ ਪਹਿਲਾਂ ਕਦੇ ਨਹੀਂ ਸੀ ਹੋਇਆ। ਸੋ ਮੈਨੂੰ ਲੱਗਦਾ ਕਲਾ 'ਚ ਸਾਨੂੰ ਇੱਦਾਂ ਦੀਆਂ ਗੱਲਾਂ ਕਰਨੀਆਂ ਚਾਹੀਦੀਆਂ ਨੇ ਜੋ ਅਸੀਂ ਇੱਕ ਚੰਗੇ ਸਮਾਜ ਦੇ ਲਈ ਸੋਚਦੇ ਹਾਂ। ਜੇ ਕਲਾ 'ਚ ਹੋਣਗੀਆਂ, ਆਈਡੀਆ ਦੇ ਲੈਵਲ 'ਤੇ ਹੋਣਗੀਆਂ, ਤਾਂ ਹੀ ਉਹ ਫਿਰ ਉਹ ਕਿਤੇ ਨਾ ਕਿਤੇ ਸੱਚ ਵੀ ਹੋਣਗੀਆਂ। ਔਰ ਦੂਸਰਾ ਇੱਕ ਚੀਜ਼ ਮੈਂ ਜ਼ਰੂਰ ਇਹਦੇ 'ਚ ਐਡ ਕਰੂੰਗਾ ਰੁਪਿੰਦਰ ਜੀ, ਕਿਉਂਕਿ ਤੁਸੀਂ ਆਪ ਇੰਨਾ ਸੋਹਣਾ ਲਿਖਦੇ ਹੋ, ਮੈਂ ਪੜ੍ਹਦਾ ਤੁਹਾਨੂੰ ਹਮੇਸ਼ਾ, ਕਿ
ਜਦੋਂ ਔਰਤ ਦੀ ਗੱਲ ਹੁੰਦੀ ਹੈ ਤਾਂ ਹਲੇ ਤੱਕ ਇਹੀ ਪਰਸੀਵ ਕੀਤਾ ਜਾਂਦਾ ਰਿਹਾ ਲਿਟਰੇਚਰ ਦੇ ਵਿੱਚ ਕਿ ਔਰਤ ਆਪਣੀ ਤੰਗੀ ਤੁਰਸ਼ੀ ਆਪਣੇ ਦੁੱਖਾਂ ਦੀ ਗੱਲ ਕਰਦੀ ਹੈ। ਜਿਹੜੇ ਮੇਰੇ ਔਰਤ ਪਾਤਰ ਨੇ ਜੇ ਦੁਬਾਰਾ ਤੁਹਾਨੂੰ ਕਦੇ ਉਹਨਾਂ ਨੂੰ ਦੇਖਣ ਦਾ ਮੌਕਾ ਮਿਲੂਗਾ, ਉਹ ਇਕੱਲੀ ਆਪਣੀ ਗੱਲ ਨਹੀਂ ਕਰਦੀ, ਉਹ ਪੂਰੇ ਸਮਾਜ ਦੀ ਗੱਲ ਕਰਦੀ ਹੈ। ਇਹ ਮੇਰੇ ਔਰਤ ਪਾਤਰਾਂ ਅਤੇ ਜਿਹੜੇ ਰਵਾਇਤੀ ਤੌਰ 'ਤੇ ਫੈਮਿਨਿਸਟ ਲਿਟਰੇਚਰ ਹੈਗਾ, ਇਹ ਫਰਕ ਹੈ। ਕਿਉਂਕਿ ਮੈਂ ਬਹੁਤ ਚੇਤਨ ਰੂਪ 'ਚ ਕਰਦਾ, ਕਿਉਂਕਿ ਜਿਹੜੇ ਸਾਡੀਆਂ ਔਰਤਾਂ ਰਾਈਟਰਸ ਨੇ ਉਹਨਾਂ ਬਾਰੇ ਇਹੀ ਆਲੋਚਨਾ ਹੁੰਦੀ ਹੈ ਕਿ ਉਹ ਆਪਣੇ ਦੁੱਖ ਰੁੱਖ ਰੋਂਦੀਆਂ ਰਹਿੰਦੀਆਂ। ਅਤੇ ਮੈਨੂੰ ਲੱਗਦਾ ਕਿ ਔਰਤ ਤਾਂ ਵੱਡੀ ਹੈ, ਉਹ ਸਿਰਫ ਆਪਣੇ ਬਾਰੇ ਨਹੀਂ ਸੋਚੂਗੀ, ਉਹ ਇੰਨੀ ਵੱਡੀ ਹੈ ਉਹ ਕਿ ਪੂਰੇ ਸਮਾਜ ਨੂੰ ਲੀਡ ਕਰ ਸਕਦੀ ਹੈ, ਅੱਗੇ ਲਿਜਾ ਸਕਦੀ ਹੈ। ਤਾਂ ਜਿਹੜੇ ਮੇਰੇ ਪਾਤਰ ਨੇ ਉਹ ਇਕੱਲੀ ਆਪਣੀ ਲੜਾਈ ਨਹੀਂ ਲੜਦੇ, ਉਹ ਤਾਂ ਇੰਸਟਿੰਕਟ, ਸਾਡਾ ਬੇਸਿਕ ਇੰਸਟਿੰਕਟ ਹੈ ਕਿ ਜੇ ਸਾਡੇ ਨਾਲ ਮਾੜਾ ਹੋਊ ਅਸੀਂ ਲੜਾਂਗੇ, ਉਹ ਸਾਰਿਆਂ ਲਈ ਲੜਦੇ ਆ। ਮੇਰੇ ਪਾਤਰਾਂ 'ਚ ਬਾਕੀ ਪਾਤਰਾਂ 'ਚ ਇਹ ਜ਼ਰੂਰ ਕਹਿ ਲਓ ਡਿਫਰੈਂਸ ਹੈਗਾ ਜਿਹਨੂੰ ਮੈਂ ਮੰਨਦਾ, ਕਿ ਮੇਰੀ ਜਿਹੜੀ ਔਰਤ ਆ ਇਕੱਲੀ ਆਪਣੇ ਲਈ ਕਦੇ ਨਹੀਂ ਲੜੂਗੀ, ਉਹ ਸਾਰਿਆਂ ਲਈ ਲੜੂਗੀ ਅਤੇ ਲੀਡ ਕਰੂਗੀ। ਬਿਲਕੁਲ, ਜਦੋਂ ਵੱਡੇ ਪਰਦੇ 'ਤੇ ਆਪਾਂ ਕਹਾਣੀਆਂ ਦੇਖਦੇ ਹਾਂ ਤਾਂ ਇੱਕੋ ਕਰੈਕਟਰ ਫਿਲਮ ਦਾ ਜਿਹੜਾ ਮੇਨ ਉਹ ਦਿਖਾਇਆ ਜਾਂਦਾ ਕਿ ਇੱਕ ਮਰਦ ਹੈ ਜਿਹੜਾ ਹੈ ਨਾ, ਉਹ ਹਰ ਬਗਾਵਤ ਦਾ ਵੀ ਹਿੱਸਾ ਹੁੰਦਾ, ਉਹ ਹਰ ਜੰਗ ਨੂੰ ਜਿੱਤਣ ਵਾਲਾ ਵੀ ਹੁੰਦਾ, ਜਦਕਿ ਜੇ ਆਪਾਂ ਧੁਰਾ ਮੰਨੀਏ ਤਾਂ ਇੱਕ ਔਰਤ ਤੋਂ ਜ਼ਿਆਦਾ ਜਿਹੜਾ ਉਹ ਇੱਕ ਤਿਆਗ ਵਾਲਾ ਵੀ ਕੋਈ ਨਹੀਂ ਹੁੰਦਾ। ਇੱਕ ਜੇ ਉਹਦੇ ਅੰਦਰ ਬਗਾਵਤ ਛਿੜ ਜਾਵੇ ਤਾਂ ਉਸ ਤੋਂ ਜ਼ਿਆਦਾ ਜਿਹੜਾ ਸਮਾਜ 'ਚ ਬਦਲਾਅ ਲਿਆਉਣ ਵਾਲਾ ਵੀ ਕੋਈ ਨਹੀਂ ਹੁੰਦਾ। ਜੀ ਬਿਲਕੁਲ, ਤੁਸੀਂ ਬਹੁਤ ਉਹਨਾਂ ਮੁੱਦਿਆਂ 'ਤੇ ਗੱਲ ਕਰਦੇ ਹੋ ਜਿਨ੍ਹਾਂ ਨੂੰ ਹਾਲੇ ਤੱਕ ਨਹੀਂ ਛੇੜਿਆ ਗਿਆ, ਪਰ ਜਦੋਂ ਗੱਲ ਆਉਂਦੀ ਹੈ ਦਲਿਤ ਭਾਈਚਾਰੇ ਦੀ, ਹੈ ਨਾ, ਜਿਹਦੇ ਵਿੱਚ ਤੁਸੀਂ ਚੰਮ ਬਣਾਈ, ਉਸ ਤੋਂ ਬਾਅਦ ਬੜੀ ਸੋਹਣੀ ਫਿਲਮ ਜਿਹੜੀ ਹੁਣ ਬਹੁਤ ਜ਼ਿਆਦਾ ਲੋਕਾਂ ਵੱਲੋਂ ਉਹਦੀ ਪ੍ਰਸ਼ੰਸਾ ਹੋਈ ਆ, ਆਰਟੀਕਲ 59, ਜੀ ਜੀ, ਹੈ ਨਾ। ਪਰ ਕਿਤੇ ਨਾ ਕਿਤੇ ਸਾਨੂੰ ਇਹ ਨਹੀਂ ਲੱਗਦਾ ਕਿ ਫਿਲਮ ਡਾਇਰੈਕਟਰ ਨੇ ਜਿਹੜੇ ਹਾਲੇ ਤੱਕ ਵੀ ਸਮਾਜ ਦੀ ਉਸ ਇੱਕ ਭਾਵੁਕ ਨਬਜ ਨੂੰ ਪਕੜ ਕੇ ਬੈਠੇ ਹੋਏ ਨੇ ਵੀ ਜਿਹੜੀ ਉਹਨਾਂ ਨੂੰ ਲੱਗਦਾ ਕਿ ਬਹੁਤ ਸਾਰੇ ਲੋਕ ਦੇਖਣਗੇ ਅਤੇ ਉਹਦੀ ਸਲੋਥ ਹੋਏਗੀ, ਪਰ ਜੇ ਉਸੇ ਦਲਿਤ ਭਾਈਚਾਰੇ ਦੇ ਮੈਂ ਵਿਰੋਧ 'ਚ ਨਹੀਂ ਕਹਾਂਗੀ, ਪਰ ਦੂਜੇ ਪਾਸੇ ਇੱਕ ਜਿਹੜਾ ਧਿਰ ਖੜੀ ਆ ਜਿਹਨੂੰ ਆਪਾਂ ਇਹ ਵੀ ਕਹਿ ਸਕਦੇ ਹਾਂ ਵੀ ਉਹ ਕਿਸਾਨ ਵੀ ਨੇ, ਉਹ ਜੱਟ ਵੀ ਨੇ, ਉਹ ਖੁਦਕੁਸ਼ੀਆਂ ਵੀ ਕਰ ਰਹੇ ਨੇ, ਉਹ ਆਰਥਿਕ ਤੰਗੀਆਂ ਦੇ ਵਿੱਚ ਇਸ ਹਾਲਤ 'ਚ ਵੀ ਨੇ ਵੀ ਉਹ ਉੱਚ ਜਾਤੀ ਦੇ ਹੋਣ ਕਰਕੇ ਕਹਿ ਨਹੀਂ ਸਕਦੇ ਜੀ, ਉਹਨਾਂ ਨੂੰ ਰਿਜ਼ਰਵੇਸ਼ਨ ਦੀ ਮਾਰ ਵੀ ਪੈ ਰਹੀ ਆ, ਜਿੱਥੇ ਉਹ ਕਾਬਿਲ ਹੋ ਕੇ ਵੀ ਕੋਟੇ 'ਚ ਪਿੱਛੇ ਰਹਿ ਜਾਂਦੇ ਨੇ, ਹੈ ਨਾ। ਉਸ ਨਬਜ਼ ਨੂੰ ਹਾਲੇ ਤੱਕ ਕਿਉਂ ਨਹੀਂ ਕੋਈ ਫੜ ਪਾ ਰਿਹਾ, ਕਿਉਂਕਿ ਉਹ ਵੀ ਰੋਜ਼ ਅਖਬਾਰਾਂ ਦੀਆਂ ਸੁਰਖੀਆਂ ਬਣ ਰਹੇ ਨੇ, ਇਹਨਾਂ ਖਬਰਾਂ ਤੋਂ ਬਹੁਤ ਬਹੁਤਾਤ ਦੇ ਵਿੱਚ ਬਣ ਰਹੇ ਨੇ, ਪੰਜਾਬੀ ਸਿਨੇਮਾ ਇਹੋ ਜਿਹੇ ਮੁੱਦਿਆਂ ਉੱਤੇ ਕਿਉਂ ਨਹੀਂ ਕੰਮ ਕਰ ਰਿਹਾ? ਉਹ ਬਹੁਤ ਮਹੱਤਵਪੂਰਨ ਮੁੱਦਾ, ਅਤੇ ਮੈਂ ਤਾਂ ਸ਼ੁਰੂਆਤ ਹੀ ਨਾਬਰ 'ਚ ਛੋਟੀ ਕਿਸਾਨੀ ਤੋਂ ਕੀਤੀ ਸੀ। ਜਿਹੜੀ ਮੇਰੀ ਫਿਲਮ ਸੀਰੀ ਹੈ ਉਹਦੇ 'ਚ ਮੈਂ ਦੋਨੋਂ ਪਾਤਰ ਰੱਖੇ ਨੇ, ਇੱਕ ਛੋਟਾ ਕਿਸਾਨ ਹੈ ਉਹਦੀ ਟ੍ਰੈਜਡੀ ਹੈ, ਅਤੇ ਉਹਦਾ ਜਿਹੜਾ ਸੀਰੀ ਹੈ ਉਹਨਾਂ ਦੋਨਾਂ ਦੀ ਸਾਂਝੀ ਟ੍ਰੈਜਡੀ ਹੈ ਜਿਹੜਾ ਐਗਰੀਗਰੀਅਨ ਕ੍ਰਾਈਸਿਸ ਆ। ਮੈਨੂੰ ਲੱਗਦਾ ਸਾਨੂੰ ਜਿਹੜੇ ਸਾਡੇ ਕਿਸਾਨ ਨੇ ਅਤੇ ਜਿਹੜੇ ਸਾਡੇ ਕਹਿ ਲਓ ਖੇਤ ਮਜ਼ਦੂਰ ਨੇ ਜਿਹੜੇ ਬਹੁਤੇ ਦਲਿਤ ਹੁੰਦੇ ਨੇ, ਉਹਨਾਂ ਨੂੰ ਇੱਕ ਦੂਜੇ ਦੇ ਅਪੋਜ਼ਿਟ ਖੜ੍ਹਾ ਕੀਤਾ ਜਾਂਦਾ, ਜੋ ਕਿ ਗਲਤ ਹੈ ਕਿਉਂਕਿ ਉਹਨਾਂ ਦੀ ਲੜਾਈ ਤਾਂ ਇੱਕੋ ਹੀ ਹੈ, ਹੈ ਨਾ। ਮੈਂ ਬਸ ਇਹੀ ਕਹਿਣਾ ਚਾਹੁੰਦਾ ਕਿ ਜਿਹੜਾ ਸਾਡਾ ਖੇਤੀ ਦਾ ਸੰਕਟ ਆ ਉਹਦੀ ਮਾਰ 'ਚ ਦੋਵੇਂ ਨੇ, ਅਤੇ ਮਾਰ ਕਰਨ ਵਾਲਾ ਜਿਹੜਾ ਹੈਗਾ ਉਹ ਬਿਜ਼ਨਸਮੈਨ ਆ। ਇਹਨਾਂ ਨੂੰ ਆਪਸ 'ਚ ਇੱਕ ਦੂਜੇ ਦੇ ਖਿਲਾਫ਼ ਨਹੀਂ ਖੜ੍ਹਾ ਹੋਣਾ ਚਾਹੀਦਾ, ਕਿਉਂਕਿ ਸੀਰੀ ਜੇ ਤੁਸੀਂ ਦੇਖੋਗੇ ਮੈਂ ਇਹੀ ਗੱਲ ਕਰਦਾ, ਉਹ 'ਚ ਇੱਕ ਸਿਚੁਏਸ਼ਨ ਆਉਂਦੀ ਹੈ ਜਦੋਂ ਉਹ ਇੱਦਾਂ ਲੱਗਦਾ ਕਿ ਇੱਕ ਬੰਦੇ ਕਰਕੇ ਦੂਜੇ ਦਾ ਨੁਕਸਾਨ ਹੋਇਆ, ਪਰ ਉੱਥੇ ਅਸੀਂ ਇਹ ਗੱਲ ਕਰਦੇ ਹਾਂ ਕਿ ਜਦੋਂ ਤੁਸੀਂ ਜਿਹੜੇ ਬਿਜ਼ਨਸ ਕਮਿਊਨਿਟੀ ਆ ਉਹਨਾਂ ਦਾ ਲੱਖਾਂ ਕਰੋੜਾਂ ਦਾ ਕਰਜ਼ਾ ਮਾਫ਼ ਕਰ ਦਿੰਦੇ ਹੋ, ਠੀਕ ਹੈ, ਜਿੱਦਾਂ ਹੁਣ ਨੋਨ ਪਰਫੋਰਮਿੰਗ ਐਕਟ, ਮਤਲਬ ਜਿਹੜਾ ਐਸੈਟ ਕਹਿੰਦੇ ਆ, ਯੈਸ ਬੈਂਕ ਦਾ ਦੇਖੋ ਕੀ ਹੋਇਆ, ਪਰ ਸਟੇਟ ਬੈਂਕ ਆਫ ਇੰਡੀਆ ਉਹਨੂੰ ਘਾਟੇ ਨੂੰ ਪੂਰਾ ਕਰਨ ਦੇ ਲਈ, ਮਤਲਬ ਉਸ ਕਿਸਮ ਦੀ ਕਾਰਵਾਈ 'ਚ ਹੈਗਾ, ਨਟ ਚਲ ਜਾਂਦੇ ਆ। ਪਰ ਕਿਸਾਨੀ ਦੇ ਨਾਲ ਇੱਦਾਂ ਕਦੇ ਨਹੀਂ ਹੁੰਦਾ, ਅਤੇ ਮੈਂ ਕਿਸਾਨੀ ਨੂੰ ਜਿਹੜੇ ਹੈਗਾ ਉਹ ਜਦੋਂ ਕਿਸਾਨੀ ਦੀ ਗੱਲ ਹੁੰਦੀ ਹੈ ਜਾਂ ਜਦੋਂ ਖੇਤੀਬਾੜੀ ਦੀ ਗੱਲ ਹੁੰਦੀ ਹੈ ਤਾਂ ਮੈਂ ਦੋਨਾਂ ਧਿਰਾਂ ਨੂੰ ਲੈ ਕੇ ਚੱਲਦਾ ਕਿ ਜਦੋਂ ਖੇਤੀ ਦਾ ਨੁਕਸਾਨ ਹੈ ਉਹਦੇ 'ਚ ਕਿਸਾਨ ਦਾ ਵੀ ਨੁਕਸਾਨ ਆ, ਉਹਦੇ ਨਾਲ ਜੁੜੇ ਹੋਏ ਖੇਤ ਮਜ਼ਦੂਰ ਦਾ ਵੀ ਹੈ। ਮੈਨੂੰ ਲੱਗਦਾ ਸਾਨੂੰ ਉਹਨਾਂ ਨੂੰ ਇਕੱਠੇ ਲੈ ਕੇ ਜਾਣਾ ਚਾਹੀਦਾ, ਦੋਨਾਂ ਦਾ ਦੁਖਾਂਤ ਹੈ। ਔਰ ਛੋਟੀ ਕਿਸਾਨੀ ਦੀ ਡੈਫੀਨੇਟਲੀ ਗੱਲ ਮੈਂ ਤਾਂ ਕਰਦਾ ਹਮੇਸ਼ਾ, ਔਰ ਹੋਣੀ ਚਾਹੀਦੀ ਹੈ, ਬਿਲਕੁਲ ਹੋਣੀ ਚਾਹੀਦੀ ਹੈ। ਮਤਲਬ ਜਿਹੜੀਆਂ ਵੀ ਪੀੜਿਤ ਧਿਰਾਂ ਨੇ ਉਹਨਾਂ ਦੀਆਂ ਸਾਰਿਆਂ ਦੀ ਗੱਲ ਹੋਣੀ ਚਾਹੀਦੀ ਹੈ, ਔਰ ਉਹਨਾਂ ਨੂੰ ਮਤਲਬ ਇੱਕ ਦੂਜੇ ਦੇ ਖਿਲਾਫ਼ ਨਹੀਂ ਹੈਗੀਆਂ ਉਹ, ਪਰ ਕਈ ਵਾਰੀ ਪੇਸ਼ ਇੱਦਾਂ ਕੀਤਾ ਜਾਂਦਾ। ਬਿਲਕੁਲ, ਜਦੋਂ ਇਹਨਾਂ ਮੁੱਦਿਆਂ ਦੀ ਗੱਲ ਕਰਦੇ ਹਾਂ ਤੁਸੀਂ ਕਹਿੰਦੇ ਹੋ ਕਿ ਮਤਲਬ ਹਰ ਧਿਰ ਦੀ
ਗੱਲ ਤੁਸੀਂ ਆਪਣੀ ਫਿਲਮ 'ਚ ਕਰ ਰਹੇ ਹੋ ਨਾ, ਕੋਸ਼ਿਸ਼ ਕਰ, ਬਿਲਕੁਲ ਕੋਸ਼ਿਸ਼ ਕਰ। ਪਰ ਦੂਜੇ ਪਾਸੇ ਮੈਨੂੰ ਕਦੀ ਕਦੀ ਇਹ ਚੀਜ਼ਾਂ ਵੀ ਮਹਿਸੂਸ ਹੁੰਦੀਆਂ ਨੇ ਕਿ ਬਹੁਤ ਸਾਰੀਆਂ ਸਮੱਸਿਆਵਾਂ ਦੇ ਨਾਲ ਨਾਲ ਪੰਜਾਬ ਜਿਹੜਾ ਇਸ ਸਮੇਂ ਨਸ਼ੇ ਦੀ ਮਾਰ 'ਚ ਵੀ ਆ, ਅਤੇ ਉਸ ਤੋਂ ਵੱਧ ਕੇ ਜਿਹੜੀਆਂ ਅੱਜ ਕੱਲ੍ਹ ਚੀਜ਼ਾਂ ਡਿਸਕਸ ਹੋ ਰਹੀਆਂ ਨੇ ਕਿ ਜਿਹਨੂੰ ਲੋਕ ਕਹਿ ਦਿੰਦੇ ਆ ਗੈਂਗਸਟਰ ਕਲਚਰ ਆ, ਜਦਕਿ ਉਹ ਇੱਕ ਗੈਂਗਸਟਰ ਕਲਚਰ ਨਹੀਂ ਹੈਗਾ, ਉਹ ਇੱਕ ਇਹੋ ਜਿਹਾ ਕਹਾਣ ਆ ਸਾਡੀ ਨੌਜਵਾਨੀ ਦਾ ਜਿਹੜਾ ਕਿ ਕਿਸੇ ਵੀ ਉਮਰ 'ਚ ਜਾਂ ਕਿਸੇ ਵੀ ਸਿਚੁਏਸ਼ਨ ਦੇ ਵਿੱਚ ਮੈਂ ਕਹਿ ਲਵਾਂ ਕਿ ਉਹਨਾਂ ਨੂੰ ਹੈ ਨਾ ਗੁੰਮਰਾਹ ਕਰਕੇ ਇਸ ਤੱਕ ਪਹੁੰਚਾ ਦਿੱਤਾ ਜਾਂਦਾ ਵੀ ਜਿਹਦੇ 'ਤੇ ਅੱਜ ਫਿਲਮਾਂ ਬਣਨ ਲੱਗ ਗਈਆਂ ਨੇ, ਹੈ ਨਾ। ਉਹਦੇ 'ਚ ਫਿਲਮ ਬਣਦੀ ਹੈ ਸ਼ੂਟਰ, ਜਿਹੜੀ ਕਿ ਸਰਕਾਰ ਵੱਲੋਂ ਹੈ ਨਾ ਬੈਨ ਕੀਤੀ ਗਈ, ਅਤੇ ਉਸੇ ਫਿਲਮਾਂ ਦੇ ਜੇ ਮੈਂ ਦੌਰ ਦੀ ਗੱਲ ਕਰਾਂ, ਜੋਰਾ ਬਣੀ, ਫਿਰ ਜੋਰਾ 2 ਬਣਦੀ ਹੈ ਨਾ, ਗੈਂਗਸਟਰ ਕਲਚਰ ਆ ਜਿਹੜਾ ਉਹਦੇ 'ਚ ਵਿਖਾਇਆ ਜਾ ਰਿਹਾ। ਤੁਸੀਂ ਇਹਨਾਂ ਵਿਸ਼ਿਆਂ 'ਤੇ ਕੀ ਸੋਚਦੇ ਹੋ ਕਿ ਇੱਕ ਉਹ ਅਲਾਮਤ ਨੂੰ ਸਿਨੇਮੇ ਤੱਕ ਲਿਆਉਣਾ ਕਿ ਸਰਕਾਰਾਂ ਜਾਂ ਪ੍ਰਸ਼ਾਸਨ ਉਹਨਾਂ ਮੁੰਡਿਆਂ ਨੂੰ ਯੂਜ਼ ਕਰਕੇ ਇਸ ਹੱਦ ਤੱਕ ਇਸ ਥਾਂ 'ਤੇ ਲਿਆ ਕੇ ਖੜਾ ਕਰ ਦਿੰਦੇ ਨੇ, ਇਸ ਤਰੀਕੇ ਨਾਲ ਸਰਕਾਰਾਂ ਦਾ ਉਸ ਉਹਨਾਂ ਫਿਲਮਾਂ ਨੂੰ ਬੈਨ ਕਰਨਾ ਤੁਹਾਨੂੰ ਉਚਿਤ ਲੱਗਦਾ, ਜਾਂ ਫਿਰ ਲੱਗਦਾ ਕਿ ਸਿਨੇਮਾ 'ਤੇ ਸਰਕਾਰ ਦੀ ਪਕੜ ਆ ਜਿਹੜੀ ਨਹੀਂ ਹੋਣੀ ਚਾਹੀਦੀ? ਦੇਖੋ, ਕਿਸੇ ਵੀ ਚੀਜ਼ ਨੂੰ ਬੈਨ ਕਰਨਾ ਹੱਲ ਨਹੀਂਗਾ, ਹੈ ਨਾ। ਮੈਨੂੰ ਲੱਗਦਾ ਕਿ ਜਿਹੜੀ ਚੀਜ਼ ਸਮਾਜ 'ਚ ਵਾਪਰ ਰਹੀ ਹੈ, ਜੇ ਉਹ ਸਿਨੇਮੇ 'ਚ ਦਿਖਾਈ ਜਾ ਰਹੀ ਹੈ, ਉਹਦੇ 'ਚ ਕੋਈ ਪ੍ਰੋਬਲਮ ਹੋਣੀ ਨਹੀਂ ਚਾਹੀਦੀ। ਪਰ ਮੈਂ ਇਹਨੂੰ ਅਲੱਗ ਤਰੀਕੇ ਨਾਲ ਦੇਖਦਾ, ਮੈਂ ਇਹਨੂੰ ਇੱਦਾਂ ਦੇਖਦਾ ਰੁਪਿੰਦਰ ਜੀ, ਕਿ ਸਾਡੀ ਸੋਸਾਇਟੀ ਦੇ ਵਿੱਚ ਬੱਚੇ ਗੈਂਗਸਟਰ ਵੀ ਬਣ ਰਹੇ ਆ, ਉਹਨਾਂ ਦੀਆਂ ਆਪਣੀਆਂ ਮਜਬੂਰੀਆਂ ਹੋਣਗੀਆਂ, ਪਰ ਐਟ ਦਾ ਸੇਮ ਟਾਈਮ ਸਮਾਜ ਨੂੰ ਬਿਹਤਰ ਕਰਨ ਲਈ ਸਟਰਗਲ ਵੀ ਕਰ ਰਹੇ ਆ ਬਹੁਤ ਸਾਰੇ ਬੱਚੇ, ਹੈ ਨਾ। ਭਾਵਾਂ ਉਹ ਸਟੂਡੈਂਟ ਯੂਨੀਅਨ ਦੇ ਲੈਵਲ 'ਤੇ ਹੋਵੇ, ਕਿਸਾਨ ਯੂਨੀਅਨ ਦੇ ਲੈਵਲ 'ਤੇ ਹੋਵੇ, ਜਾਂ ਕਈ ਲੋਕ ਆਪਣੇ ਲੈਵਲ 'ਤੇ ਹੀ ਐਫਰਟ ਕਰਦੇ ਨੇ। ਅਤੇ ਐਜ਼ ਐਨ ਆਰਟਿਸਟ ਔਰ ਐਜ਼ ਐਨ ਡਾਇਰੈਕਟਰ, ਇਹ ਤੁਹਾਡੀ ਚੋਇਸ ਹੈ, ਤੁਹਾਡੇ ਸਾਹਮਣੇ ਦੋਨੋਂ ਚੀਜ਼ਾਂ ਪਈਆਂ ਹੁੰਦੀਆਂ ਕਿ ਤੁਸੀਂ ਕਿਹੜੀ ਚੀਜ਼ ਨੂੰ ਉਭਾਰਨਾ। ਅਤੇ ਫਿਰ ਮੈਨੂੰ ਹਮੇਸ਼ਾ ਇਹ ਲੱਗਦਾ ਹੁੰਦਾ ਕਿ ਜਿਹੜੇ ਚੰਗਾ ਕੰਮ ਕਰ ਰਹੇ ਆ ਉਹ ਮਨਿਓਰਟੀ 'ਚ ਆ, ਉਹਨਾਂ ਬਾਰੇ ਕਈ ਵਾਰੀ ਗੱਲ ਨਹੀਂ ਹੁੰਦੀ, ਅਤੇ ਮੈਂ ਉਹਨਾਂ ਬਾਰੇ ਗੱਲ ਕਰਨ ਨੂੰ ਜ਼ਿਆਦਾ ਪ੍ਰੈਫਰ ਕਰਦਾ, ਉਹ ਮੇਰੀ ਚੋਇਸ ਹੈ। ਬਟ ਜੇ ਕੋਈ ਬੰਦੇ ਜਿਹੜੇ ਬੱਚੇ ਗਲਤ ਡਾਇਰੈਕਸ਼ਨ 'ਚ ਚਲੇ ਗਏ, ਉਹਨਾਂ ਬਾਰੇ ਗੱਲ ਕਰਕੇ ਦੱਸਣਾ ਚਾਹੁੰਦਾ ਕਿ ਉੱਥੇ ਤੱਕ ਉਹ ਕਿਵੇਂ ਪਹੁੰਚੇ, ਕਿਵੇਂ ਗਲਤ ਹੋਏ, ਤਾਂ ਮੈਂ ਉਹਨੂੰ ਵੀ ਗਲਤ ਨਹੀਂ ਸਮਝਦਾ, ਹੈ ਨਾ। ਐਜ਼ ਐਨ ਚੋਇਸ ਤੁਹਾਡੀ ਹੈ, ਬਟ ਜੇ ਬੈਲੈਂਸ ਹੋ ਜਾਵੇ ਤਾਂ ਜ਼ਿਆਦਾ ਅੱਛਾ ਹੈ ਕਿ ਇਹ ਬੱਚਿਆਂ ਨਾਲ ਗਲਤ ਹੋਇਆ ਅਤੇ ਇੱਥੇ ਪਹੁੰਚ ਗਏ, ਇਹ ਬੱਚਿਆਂ ਨੇ ਬਹੁਤ ਮਿਹਨਤ ਕੀਤੀ ਸਮਾਜ ਨੂੰ ਬਿਹਤਰ ਕਰਨ ਦੇ ਲਈ, ਅਤੇ ਇਹ ਕਰ ਰਹੇ ਨੇ, ਭਾਵੇਂ ਨਹੀਂ ਪਹੁੰਚੇ। ਮੈਨੂੰ ਲੱਗਦਾ ਉਹ ਬੈਲੈਂਸ ਦੀ ਮੈਂ ਹਮੇਸ਼ਾ ਗੱਲ ਕਰਦਾ, ਅਤੇ ਮੈਂ ਉੱਦਾਂ ਦੇ ਪਾਤਰ ਜ਼ਿਆਦਾ, ਮਤਲਬ ਜਿੱਦਾਂ ਤੁਹਾਨੂੰ ਦੱਸਿਆ ਕਿ ਮੈਂ ਜਦੋਂ ਆਤੂ ਖੋਜੀ ਦੀ ਗੱਲ ਕੀਤੀ, ਤਾਂ ਮੈਂ ਉੱਦਾਂ ਦਾ ਪਾਤਰ ਲੱਭਿਆ ਜਿਹਨੇ ਸਟਰਗਲ ਕਰਕੇ ਕੁਛ ਕੀਤਾ ਹੋਵੇ। ਸੋ ਚੋਇਸ ਇਜ਼ ਯੂਅਰਸ, ਬਿਲਕੁਲ, ਹੈ ਨਾ। ਚੋਇਸ ਕਿਤੇ ਨਾ ਕਿਤੇ ਇਹਨਾਂ ਫਿਲਮਾਂ ਨੂੰ ਅਸੀਂ ਇਸ ਤੌਰ 'ਤੇ ਵੀ ਐਕਸੈਪਟ ਕਰ ਲੈਂਦੇ ਹਾਂ ਕਿ ਪ੍ਰਸ਼ਾਸਨ ਜਾਂ ਸਰਕਾਰਾਂ ਦਾ ਚਿਹਰਾ ਜਿਹੜਾ ਇਹ ਫਿਲਮਾਂ ਦਿਖਾ ਰਹੀਆਂ ਨੇ ਸਾਨੂੰ, ਹੈ ਨਾ। ਹੁਣ ਤੁਸੀਂ ਆਤੂ ਖੋਜੀ 'ਤੇ ਗੱਲ ਕਰ ਰਹੇ ਹੋ ਕਿ ਇੱਕ ਇਹੋ ਜਿਹਾ ਕਰੈਕਟਰ ਤੁਸੀਂ ਚੁਣਦੇ ਹੋ ਜਿਹਨੇ ਮਿਹਨਤ ਕੀਤੀ, ਸਟਰਗਲ ਕੀਤਾ, ਹੈ ਨਾ। ਉਹਦੇ ਵਿੱਚ ਇਹ ਫਿਲਮ ਨਾਬਰ ਆਉਂਦੀ ਹੈ। ਤੁਸੀਂ, ਮੈਂ ਕਿਤੇ ਪੜ੍ਹ ਰਹੀ ਸੀ ਕਿ ਤੁਸੀਂ ਇੱਕ ਜਗ੍ਹਾ ਕਹਿੰਦੇ ਹੋ ਕਿ ਇੱਕ ਅਖਬਾਰ ਦੀ ਖਬਰ ਤੋਂ ਤੁਹਾਡੇ ਮਨ 'ਚ ਉਸ ਕਹਾਣੀ ਨੇ ਜਨਮ ਲੈ ਲਿਆ। ਜੀ ਜੀ, ਬਿਲਕੁਲ। ਇੱਕ ਪਿਤਾ ਹੈ ਜਿਹੜਾ ਆਪਣੇ ਬੱਚੇ ਲਈ ਸਟਰਗਲ ਕਰਦਾ, ਅਤੇ ਉਸ ਤੋਂ ਬਾਅਦ ਉਹਦੇ ਦੋਸ਼ੀ ਨੇ ਜਿਹੜੇ ਉਹਨਾਂ ਨੂੰ ਸਜ਼ਾ ਦਿਵਾਉਂਦਾ। ਹਾਂਜੀ, ਇਹ ਇੱਕ ਕਹਾਣੀ ਹੈ ਜਿਹੜੀ ਤੁਸੀਂ ਆਲੇ ਦੁਆਲੇ ਵੇਖੀ ਅਤੇ ਉਸ ਤੋਂ ਬਾਅਦ ਤੁਹਾਡੇ ਮਨ ਦੇ ਵਿੱਚ ਬੁਣੀ ਗਈ। ਪਰ ਜ਼ਿਆਦਾਤਰ ਦੇਖਣ ਵਾਲੇ ਵੀ ਅਤੇ ਕਹਿਣ ਵਾਲੇ ਵੀ ਇਹੀ ਕਹਿੰਦੇ ਕਿ ਤੁਹਾਡਾ ਸਿਨੇਮਾ ਜਿਹੜਾ ਸਾਹਿਤ ਤੋਂ ਆਉਂਦਾ, ਹੈ ਨਾ। ਸਾਹਿਤ ਦੇ ਵਿੱਚ ਬਹੁਤ ਸਾਰੀਆਂ ਇਹੋ ਜਿਹੀਆਂ ਕਹਾਣੀਆਂ ਪਈਆਂ ਨੇ, ਉਹਨਾਂ ਨੂੰ ਬਿਲਕੁਲ ਉਸੇ ਰੰਗ ਢੰਗ ਨਾਲ ਚੁੱਕ ਕੇ ਪੇਸ਼ ਕਰਦੇ ਹੋ, ਜਾਂ ਫਿਰ ਉਹ ਆਈਡੀਅਲ ਪਾਤਰ ਵੀ ਉਹਨਾਂ ਵਿੱਚ ਪਾਉਂਦੇ ਹੋ ਜਿਹੜੇ ਤੁਹਾਨੂੰ ਲੱਗਦਾ ਕਿ ਰਾਜੀਵ ਦੇ ਥਰੂ ਲੋਕਾਂ ਤੱਕ ਜਾਣੇ ਚਾਹੀਦੇ ਨੇ? ਹਾਂ, ਮੈਂ ਕਿਉਂਕਿ ਜਿੱਦਾਂ ਆਪਾਂ ਸ਼ੁਰੂ 'ਚ ਹੀ ਗੱਲ ਕੀਤੀ ਸੀ ਕਿ ਮੈਨੂੰ ਲਿਟਰੇਚਰ ਪੜ੍ਹਨ ਦਾ ਬਹੁਤ ਸ਼ੌਂਕ ਆ, ਹਾਲੇ ਵੀ ਓਨਾ ਹੀ ਹੈ, ਅਤੇ ਹਾਲੇ ਵੀ ਮੈਂ ਮਤਲਬ ਫਿਲਮਾਂ ਤੋਂ ਵੱਧ ਲਿਟਰੇਚਰ ਪੜ੍ਹਨ ਨੂੰ ਪ੍ਰੈਫਰ ਕਰਦਾ ਜੇ ਮੈਨੂੰ ਮੌਕਾ ਮਿਲੇ ਤਾਂ। ਅਤੇ ਮੈਂ ਕਿਉਂਕਿ ਸ਼ੌਂਕ ਸੀਗਾ, ਅਤੇ ਉੱਥੋਂ ਹੀ ਥੀਏਟਰ 'ਚ ਆਏ ਅਤੇ ਉੱਥੋਂ ਹੀ ਫਿਲਮਾਂ ਬਣਾਉਣੀਆਂ ਸ਼ੁਰੂ ਕੀਤੀਆਂ, ਤਾਂ ਮੇਰਾ ਬਹੁਤ ਸਾਰਾ ਕੰਮ ਲਿਟਰੇਚਰ ਤੋਂ ਹੀ ਪ੍ਰਭਾਵਿਤ ਹੈ। ਪਰ ਮੈਂ ਇੱਦਾਂ ਕੋਸ਼ਿਸ਼ ਕਰਦਾ ਹੁੰਦਾ ਕਿ ਲਿਟਰੇਚਰ 'ਚ ਤਾਂ ਪਬਲਿਕ 'ਚ ਹੈਗਾ ਉਹ ਗੱਲ, ਵੀ ਉਹਨੂੰ ਕੀ ਮੈਂ ਅੱਗੇ ਲਿਜਾ ਸਕਦਾ ਜਾਂ ਉਹਦੇ 'ਚ ਕੋਈ ਨਵੀਂ ਗੱਲ ਜੋੜ ਸਕਦਾ, ਇਹ ਮੈਨੂੰ ਜ਼ਰੂਰ ਲੱਗਦਾ ਹੁੰਦਾ ਵੀ ਉਸ ਕਹਾਣੀ 'ਚ ਜਿਹੜੀ ਗੱਲ ਕਹਿ ਦਿੱਤੀ ਗਈ ਉਹ ਤਾਂ ਇੰਪੋਰਟੈਂਟ ਹੀ ਹੈ, ਤਾਂਹੀਓ ਮੈਂ ਉਹਨੂੰ ਚੁਣਿਆ, ਬਟ ਕੀ ਮੈਂ ਉਸ ਕਹਾਣੀ ਨੂੰ ਹੋਰ ਅੱਗੇ ਲਿਜਾ ਸਕਦਾ। ਅਤੇ ਮੈਂ ਇਹੀ ਕੋਸ਼ਿਸ਼ ਕਰਦਾ ਹੁੰਦਾ। ਉਹ ਕਈ ਵਾਰੀ ਜਿਨ੍ਹਾਂ ਨਾਲ ਮੈਂ ਕਲੈਬਰੇਟ ਕਰਦਾ ਉਹਨਾਂ ਨੂੰ ਚੰਗੀ ਵੀ ਲੱਗਦੀ ਹੈ, ਅਤੇ ਕਦੀ ਵਾਰੀ ਇੱਦਾਂ ਵੀ ਹੋ ਸਕਦਾ ਕਿ ਉਹਨਾਂ ਨੂੰ ਲੱਗੇ ਕਿ ਜਿਹੜੀ ਗੱਲ ਉਹਨਾਂ ਨੇ ਕੀਤੀ ਸੀ ਉਹੀ ਠੀਕ ਸੀਗੀ, ਉਹਦੇ 'ਚ ਕਿਉਂ ਕੁਛ ਐਡ ਕੀਤਾ ਗਿਆ। ਬੋਥ ਵੇ ਹੈ, ਬਟ ਮੋਸਟਲੀ ਮਤਲਬ ਅੱਛੀ ਲੱਗਦੀ ਹੈ ਉਹਨਾਂ ਨੂੰ ਗੱਲ,
ਮੈਂ ਉਹਨਾਂ ਨੂੰ ਪੁੱਛ ਕੇ ਹੀ ਕਰਦਾ ਕਿ ਤੁਹਾਡੀ ਕਹਾਣੀ ਇੱਥੇ ਤੱਕ ਤਾਂ ਹੈਗੀ ਹੈ, ਜੇ ਮੈਂ ਇਹਨੂੰ ਦਿਖਾ ਦਾਂਗਾ ਉਹ ਤਾਂ ਆਲਰੇਡੀ ਲੋਕਾਂ ਕੋਲ ਹੈਗੀ ਹੈ ਜਾਣਕਾਰੀ, ਮੈਂ ਉਹਨੂੰ ਉੱਥੋਂ ਸ਼ੁਰੂ ਕਰਕੇ ਕੀ ਅੱਗੇ ਲਿਜਾ ਸਕਦਾ। ਮੈਂ ਇਹ ਜ਼ਰੂਰ ਕਰਦਾ, ਮਤਲਬ ਵੀ ਮੈਂ ਲਿਟਰੇਚਰ ਦੀ ਕੋਈ ਵੀ ਵਿਧਾ 'ਚੋਂ ਕੋਈ ਚੀਜ਼ ਲੈਂਦਾ ਉਹਨੂੰ ਕੋਸ਼ਿਸ਼ ਕਰਦਾ ਵੀ ਐਕਸਟੈਂਡ ਕਰਦਾ, ਉਪਮਾ ਅੱਤੂ ਖੋਜੀ ਹੋਵੇ ਅਤੇ ਉਪਮਾ ਸਾਵੀ ਹੋਵੇ, ਜਾਂ ਹੁਣ ਪਰਜਾਤ ਜਿਹੜੀ ਮੈਂ ਫਿਲਮ ਬਣਾ ਰਿਹਾ ਉਹਦੇ 'ਚ ਵੀ ਇੰਸਪਾਇਰਡ ਹੋਇਆ, ਟਾਈਟਲ ਉਹਨਾਂ ਤੋਂ ਲਿੱਤਾ ਪਰ ਗੱਲ ਅੱਜ ਦੇ ਟਾਈਮ 'ਚ ਕਹਿਣ ਦੀ ਕੋਸ਼ਿਸ਼ ਕੀਤੀ ਹੈ। ਸੀਰੀ ਜਿੱਦਾਂ ਹੈਗੀ ਆ ਉਹ ਇੱਕ ਕਰੈਕਟਰ ਬੜਾ ਮੈਨੂੰ ਇੰਸਪਾਇਰ ਕਰਦਾ ਸੀਗਾ ਜਤਿੰਦਰ ਹਾਂਸ ਉਹਨਾਂ ਦਾ, ਉਹ ਸਿਰਫ ਕਰੈਕਟਰ ਉੱਥੋਂ ਲੈ ਲਿਆ, ਬਾਕੀ ਦੀਆਂ ਚੀਜ਼ਾਂ ਆਪ ਖੜੀਆਂ ਕਰ ਲਈਆਂ। ਸੋ ਮੈਂ ਲਿਟਰੇਚਰ ਤੋਂ ਬਹੁਤ ਜ਼ਿਆਦਾ ਪ੍ਰਭਾਵਿਤ ਹਾਂ ਅਤੇ ਮੇਰਾ ਸਿਨੇਮਾ ਵੀ ਬਹੁਤ ਪ੍ਰਭਾਵਿਤ ਹੈ, ਪਰ ਮੈਂ ਲਿਟਰੇਚਰ ਦੇ ਨਾਲ ਨਾਲ ਕਹਿ ਲਓ ਮੇਰੀਆਂ ਬਹੁਤ ਸਾਰੀਆਂ ਫਿਲਮਾਂ ਜਿਹੜੀਆਂ ਨੇ ਉਹ ਅਖਬਾਰਾਂ ਦੀ ਮਤਲਬ ਕਹਿ ਲਓ ਰਿਪੋਰਟਿੰਗ ਤੋਂ ਵੀ ਬਣਦੀਆਂ ਨੇ। ਜਿੱਦਾਂ ਹੁਣੇ ਮੈਂ ਇੱਕ ਘੰਟੇ ਦੀ ਇੱਕ ਓਨਰ ਕਿਲਿੰਗ 'ਤੇ ਫਿਲਮ ਬਣਾਈ ਹੈ, ਦੁਸ਼ਮਨ ਉਹਦਾ ਨਾਂ ਹੈ, ਉਹ ਹਰਿਆਣਵੀ 'ਚ ਅਤੇ ਹਿੰਦੀ ਲੈਂਗੁਏਜ 'ਚ ਹੈ ਕਿਉਂਕਿ ਉੱਥੋਂ ਦੀ ਘਟਨਾ ਸੀ। ਉਹ ਮੈਂ ਇੱਕ ਰਿਪੋਰਟਾਜ ਪੜ੍ਹੀ ਸੀਗੀ, ਇੱਕ ਬਹੁਤ ਸੀਨੀਅਰ ਜਰਨਲਿਸਟ ਨੇ ਇੰਡੀਅਨ ਐਕਸਪ੍ਰੈਸ ਦੇ ਅੰਕਿਤਾ ਦਿਵੇਦੀ ਜੌਹਰੀ, ਉਹਨਾਂ ਨੇ ਇੱਕ ਆਰਟੀਕਲ ਲਿਖਿਆ ਸੀਗਾ ਅਤੇ ਮੈਂ ਉਹ ਫਿਰ ਫਿਲਮ ਉਹਦੇ 'ਤੇ ਬਣਾਈ ਹੈ, ਆਰਟੀਕਲ ਤੋਂ ਇੰਸਪਾਇਰ ਹੋ ਕੇ। ਬੇਸਿਕਲੀ ਮੈਨੂੰ ਇਹੀ ਹੈ ਰੁਪਿੰਦਰ ਜੀ, ਨਟ ਸ਼ੈਲ 'ਚ ਜੇ ਮੈਂ ਆਪਣੇ ਸਿਨੇਮੇ ਬਾਰੇ ਥੋੜ੍ਹਾ ਸੀਰੀਅਸਲੀ ਸੋਚਾਂ ਤਾਂ ਜਿਹੜੇ ਪਾਤਰ ਸਮਾਜ 'ਚ ਦੂਸਰਿਆਂ ਦੇ ਲਈ ਕੁਛ ਬਿਹਤਰ ਕਰਦੇ ਆ ਉਹ ਮੈਨੂੰ ਬਹੁਤ ਇੰਸਪਾਇਰ ਕਰਦੇ ਆ, ਉਹ ਵਾਰ ਵਾਰ ਮੇਰੀਆਂ ਫਿਲਮਾਂ 'ਚ ਆਉਂਦੇ ਆ ਅਤੇ ਮੈਨੂੰ ਲੱਗਦਾ ਕਿ ਇਹ ਪਾਤਰ ਮੈਨੂੰ ਲਿਜਾਣੇ ਚਾਹੀਦੇ ਆ ਦੁਬਾਰਾ ਸੁਸਾਇਟੀ 'ਚ ਤਾਂ ਕਿ ਇਹ ਹੋਰ ਵੀ ਲੋਕਾਂ ਨੂੰ ਇੰਸਪਾਇਰ ਕਰ ਸਕਣ। ਉਹੀ ਗੱਲ ਹੈ ਕਿ ਸੁਸਾਇਟੀ 'ਚ ਇੱਦਾਂ ਦੇ ਵੀ ਪਾਤਰ ਹੁੰਦੇ ਆ ਜਿਨ੍ਹਾਂ ਨਾਲ ਬਹੁਤ ਮਾੜਾ ਹੋਇਆ ਅਤੇ ਫਿਰ ਉਹ ਉਸੇ ਰਸਤੇ 'ਤੇ ਤੁਰ ਪੈਂਦੇ ਨੇ, ਅਤੇ ਕੁਛ ਇੱਦਾਂ ਦੇ ਵੀ ਪਾਤਰ ਹੁੰਦੇ ਨੇ ਜਿਨ੍ਹਾਂ ਨਾਲ ਮਾੜਾ ਹੋਇਆ ਪਰ ਉਹ ਸਟਰਗਲ ਕਰਦੇ ਨੇ ਅਤੇ ਚੰਗੇ ਪਾਸੇ ਨੂੰ ਤੁਰ ਪੈਂਦੇ ਨੇ। ਦੋਨਾਂ 'ਤੇ ਫਿਲਮਾਂ ਬਣਨੀਆਂ ਚਾਹੀਦੀਆਂ ਨੇ, ਬਟ ਮੈਨੂੰ ਚੰਗੇ ਵਾਲੇ ਜ਼ਿਆਦਾ ਇੰਸਪਾਇਰ ਕਰਦੇ ਨੇ ਅਤੇ ਮੈਂ ਜ਼ਿਆਦਾਤਰ ਫਿਲਮਾਂ ਉਹਨਾਂ 'ਤੇ ਬਣਾਉਂਦਾ, ਕਿਉਂਕਿ ਇਹ ਓਨਰ ਕਿਲਿੰਗ ਵਾਲੀ ਫਿਲਮ ਇਹ ਸੀ ਕਿ ਇੱਕ ਦਾਦੇ ਨੇ ਜਿਹਦੀ ਪੋਤੀ ਦੀ ਓਨਰ ਕਿਲਿੰਗ ਹੋਈ ਸੀ ਉਹਨੇ ਆਪਣੀ ਹੀ ਫੈਮਲੀ ਦੇ ਖਿਲਾਫ ਐੱਫ ਆਈ ਆਰ ਦਰਜ ਕਰਾਤੀ ਸੀ ਕਿ ਮੇਰੀ ਪੋਤੀ ਨੂੰ ਮੇਰੇ ਮੁੰਡਿਆਂ ਨੇ ਅਤੇ ਮੇਰੀ ਨੂੰਹ ਨੇ ਮਾਰਿਆ, ਤਾਂ ਉਹ ਬਹੁਤ ਵੱਡੀ ਗੱਲ ਹੈ ਕਿਉਂਕਿ ਉਹਨੂੰ ਲੱਗਿਆ ਕਿ ਗਲਤ ਗਲਤ ਹੈ ਭਾਵੇਂ ਉਹ ਮੇਰੀ ਫੈਮਲੀ ਨੇ ਕੀਤਾ। ਅਤੇ ਇੱਦਾਂ ਦੇ ਪਾਤਰ ਮੈਨੂੰ ਮੈਨੂੰ ਇਹ ਲੱਗਦਾ ਵੀ ਉਹਨਾਂ 'ਚ ਇੰਨੀ ਹਿੰਮਤ ਕਿੱਥੋਂ ਆਉਂਦੀ ਹੈ ਵੀ ਸੱਚ ਨੂੰ ਸੱਚ ਕਹਿਣ ਦੀ ਹਿੰਮਤ ਜਦੋਂ ਤੁਹਾਨੂੰ ਬਹੁਤ ਵੱਡੀਆਂ ਕੁਰਬਾਨੀਆਂ ਦੇਣੀਆਂ ਪੈਣ ਫਿਰ ਵੀ ਤੁਸੀਂ ਕਰਦੇ ਹੋ ਤਾਂ ਉਹ ਇੰਨੀ ਹਿੰਮਤ ਤੁਸੀਂ ਲੈ ਕੇ ਕਿੱਥੋਂ ਆਉਂਦੇ ਹੋ, ਮਤਲਬ ਨਾਬਰ 'ਚ ਉਹ ਸਾਰੀ ਹਿੰਮਤ ਗੁਰਬਾਣੀ 'ਚ ਆਉਂਦੀ ਹੈ। ਸੋ ਅਲੱਗ ਅਲੱਗ ਜਗ੍ਹਾ ਤੋਂ ਅਲੱਗ ਅਲੱਗ ਜਗ੍ਹਾ 'ਤੇ ਆਉਂਦੀ ਹੈ, ਉਹ ਮੈਂ ਲੱਭਦਾ ਰਹਿੰਦਾ ਪਾਤਰਾਂ ਦੇ ਵਿੱਚ। ਹਾਂਜੀ, ਬਹੁਤਾਤ ਕੇਸ ਨੇ ਜਿਹੜੇ ਹੁਣ ਇਹੋ ਜਿਹੇ ਵੇਖਣ ਨੂੰ ਆਪਾਂ ਨੂੰ ਮਿਲ ਰਿਹਾ, ਰੋਜ਼ ਪੜ੍ਹ ਵੀ ਰਹੇ ਹਾਂ, ਹੈ ਨਾ, ਭਾਵੇਂ ਕੋਰਟ ਜਿਹੜੇ ਦਿਨ ਬ ਦਿਨ ਜਿਵੇਂ ਦੇ ਵੀ ਮਰਜ਼ੀ ਫਰਮਾਨ ਦੇਵੇ, ਪਰ ਜਦੋਂ ਤੱਕ ਲੋਕ ਇੱਦਾਂ ਸੋਚਣਾ ਨਹੀਂ ਸ਼ੁਰੂ ਕਰਨਗੇ ਤਾਂ ਇਹ ਚੀਜ਼ਾਂ ਨਹੀਂ ਘਟਦੀਆਂ। ਬਹੁਤ ਚੰਗੀ ਗੱਲ ਹੈ ਕਿ ਇਸ ਤਰ੍ਹਾਂ ਦੀ ਕਹਾਣੀ ਹੈ ਜਿਹੜੀ ਤੁਸੀਂ ਕਹਿਣ ਜਾ ਰਹੇ ਹੋ, ਪਰ ਹਮੇਸ਼ਾ ਜਦੋਂ ਵੀ ਕਦੀ ਆਪਣੀ ਵੀ ਆਪਸੀ ਗੱਲਬਾਤ ਹੁੰਦੀ ਹੈ ਤਾਂ ਤੁਸੀਂ ਇਹ ਚੀਜ਼ ਮਹਿਸੂਸ ਕਰਦੇ ਹੋ ਕਿ ਪੰਜਾਬੀ ਸਿਨੇਮਾ ਜਾਂ ਉੱਦਾਂ ਵੀ ਕਿਤੇ ਵੀ ਆਪਾਂ ਜਦੋਂ ਸਿਨੇਮਾ ਦੀ ਗੱਲ ਕਰਦੇ ਹਾਂ ਤਾਂ ਚੰਗੇ ਕਹਾਣੀ ਕਹਿਣ ਵਾਲੇ ਬਹੁਤ ਘੱਟ ਨੇ। ਜਿਹੜੇ ਕਹਾਣੀ ਆ ਉਹ ਬਹੁਤ ਉਸ ਤਰੀਕੇ ਦੀ ਨਹੀਂ ਲਿਖੀ ਜਾ ਰਹੀ, ਚੰਗੇ ਲਿਖਣ ਵਾਲਿਆਂ ਦੀ ਬਹੁਤ ਘਾਟ ਆ, ਇਹ ਚੀਜ਼ ਮਹਿਸੂਸ ਹੁੰਦੀ ਹੈ। ਬਿਲਕੁਲ ਮਹਿਸੂਸ ਹੁੰਦੀ ਹੈ, ਇਸ ਲਈ ਮੈਂ ਤੁਹਾਨੂੰ ਵੀ ਹਮੇਸ਼ਾ ਕਹਿੰਦਾ ਕਿ ਤੁਸੀਂ ਕੁਛ ਲਿਖੋ ਉਸ ਫੋਰਮੈਟ 'ਚ, ਲਿਖੋ ਫਿਲਮ ਵਾਲੇ ਫੋਰਮੈਟ 'ਚ, ਕਿਉਂਕਿ ਦੇਖੋ ਸਿੱਧੀ ਜਿਹੀ ਗੱਲ ਹੈ ਰੁਪਿੰਦਰ ਜੀ, ਅਸੀਂ ਸੈਂਕੜੇ ਫਿਲਮਾਂ ਪੰਜਾਬੀ 'ਚ ਬਣਾਉਂਦੇ ਹਾਂ ਜਿਹਦੇ 'ਚੋਂ ਚੰਗੀਆਂ 5-7 ਹੀ ਹੁੰਦੀਆਂ, 10 ਲਾ ਲਓ। ਜੇ ਸੈਂਕੜੇ ਫਿਲਮਾਂ ਬਣ ਰਹੀਆਂ ਇਹਦਾ ਮਤਲਬ ਇਹ ਹੈ ਸਾਡੇ ਕੋਲ ਡਾਇਰੈਕਟਰ ਵੀ ਹੈਗੇ ਆ, ਸਾਡੇ ਕੋਲ ਪ੍ਰੋਡਿਊਸਰ ਵੀ ਹੈਗੇ ਆ। ਜੇ 100 'ਚੋਂ 10 ਹੀ ਚੰਗੀਆਂ ਹੁੰਦੀਆਂ, 90 ਮਾੜੀਆਂ ਹੁੰਦੀਆਂ, ਤਾਂ ਮਤਲਬ ਇਹ ਹੈ ਸਾਡੇ ਕੋਲ ਰਾਈਟਰ ਨਹੀਂ ਗਏ, ਸਾਡੇ ਕੋਲ ਚੰਗੇ ਰਾਈਟਰ ਨਹੀਂ ਗਏ। ਜਿਹੜੇ ਸਾਡੇ 2-3 ਚੰਗੇ ਰਾਈਟਰ ਆ ਜਿਹੜੇ ਮੁੱਖ ਧਾਰਾ ਦੇ ਰਾਈਟਰ ਨੇ, ਭਾਵੇਂ ਮੇਰੇ ਅਲੱਗ ਤਰ੍ਹਾਂ ਦਾ ਕੰਮ ਕਰਦੇ ਨੇ, ਬਹੁਤ ਉਹ ਅੱਛਾ ਕੰਮ ਕਰਦੇ ਨੇ, ਜਿੱਦਾਂ ਜਗਦੀਪ ਸਿੱਧੂ, ਸੁਪਨਾ ਜਾਂ ਉਸ ਤੋਂ ਪਹਿਲਾਂ ਕਿਸਮਤ, ਜਾਂ ਈਵਨ ਸੁਰਖੀ ਬਿੰਦੀ ਔਰ ਗੁੱਡੀਆਂ ਪਟੋਲੇ, ਸਾਰੀਆਂ ਉਹਨਾਂ ਨੇ ਲਿਖੀਆਂ ਨੇ, ਹਰਜੀਤਾ ਉਹਨਾਂ ਨੇ ਲਿਖੀ ਹੈ। ਮਤਲਬ ਦੇਖੋ ਇੱਕ ਬੰਦੇ ਦੇ ਆਉਣ ਨਾਲ ਸਿਨੇਮੇ 'ਚ ਕਿੰਨੀਆਂ ਚੰਗਾ ਕੁਛ ਹੋ ਰਿਹਾ ਹੈ ਨਾ, ਅਤੇ ਉਹ ਮੁੱਖ ਧਾਰਾ ਦਾ ਸਿਨੇਮਾ, ਮਤਲਬ ਮੇਰੇ ਵਰਗਾ ਸਿਨੇਮਾ ਨੀਗਾ, ਪਰ ਮੈਨੂੰ ਅੱਛਾ ਲੱਗਦਾ ਉਹਨਾਂ ਦਾ ਕੰਮ। ਵੀ ਜਿੱਦਾਂ ਮੈਂ ਵੁਮਨ ਪਾਤਰਾਂ ਦੀ ਗੱਲ ਕਰਦਾ, ਮੇਰੀਆਂ ਥੋੜ੍ਹੀਆਂ ਹੋਰ ਤਰ੍ਹਾਂ ਦੀਆਂ ਹੁੰਦੀਆਂ ਨੇ, ਪਰ ਉਹ ਦੇਖੋ ਸੁਰਖੀ ਬਿੰਦੀ 'ਚ ਕਰੈਕਟਰ ਐਟਲੀਸਟ ਉਹਨਾਂ ਨੂੰ ਵੇਟੇਜ ਤਾਂ ਮਿਲੀ। ਜੇ ਸੁਪਨਾ 'ਚ ਜਿਹੜੀ ਕੁੜੀ ਹੈਗੀ ਆ ਉਹ ਇੰਸਪਾਇਰ ਕਰਦੀ ਆ ਮੁੰਡੇ ਨੂੰ ਕੁਛ ਕਰਨ ਦੇ ਲਈ, ਅਤੇ ਮੈਨੂੰ ਲੱਗਦਾ ਕਿ ਜਿਹੜਾ ਕਮਰਸ਼ੀਅਲ ਸਿਨੇਮਾ ਜੇ ਮੈਂ ਕਦੇ ਬਣਾਵਾਂ ਤਾਂ ਉਹ ਜਗਦੀਪ ਸਿੱਧੂ ਵਰਗਾ ਸਿਨੇਮਾ ਹੋਊਗਾ, ਅਤੇ ਮੈਨੂੰ ਬਹੁਤ ਚੰਗਾ ਲੱਗਦਾ ਉਹਦਾ ਸਿਨੇਮਾ। ਔਰ ਉਸ ਤੋਂ ਪਹਿਲਾਂ ਜਸ ਗਰੇਵਾਲ ਨੇ ਜਿਸ ਕਿਸਮ ਨਾਲ ਰੱਬ ਦਾ ਰੇਡੀਓ ਦੇ ਵਿੱਚ ਫੀਮੇਲ ਕਰੈਕਟਰ ਲੈ ਕੇ ਆਇਆ, ਮਤਲਬ ਮੈਨੂੰ ਇੰਨੀ ਖੁਸ਼ੀ ਹੋਈ ਉਹ ਦੇਖ ਕੇ ਕਿ ਇੱਕ ਭਰਜਾਈ ਹੈ ਅਤੇ ਇੱਕ ਉਹਦੀ ਨਨਾਣ ਹੈ, ਮਤਲਬ ਅੱਖਾਂ ਛੰਝੂ ਆ ਗਏ ਇਸ ਕਿਸਮ ਦਾ ਕੰਮ ਦੇਖ ਕੇ। ਸੋ ਜਸ ਗਰੇਵਾਲ ਨੇ, ਜਗਦੀਪ ਨੇ, ਅਨੁਰਾਗ ਜਦੋਂ ਆਪ ਪੰਜਾਬੀ 'ਚ ਫਿਲਮਾਂ ਬਣਾਉਂਦੇ ਸੀ 84 ਆਪ ਲਿਖੀ ਅਤੇ ਲੈ ਕੇ ਆਏ,
ਤੇ ਇਹ ਸਾਰੇ ਜਿਹੜੇ ਰਾਈਟਰ ਨੇ ਜਿਹੜੇ ਆਪ ਲਿਖਦੇ ਨੇ ਤਾਂ ਚੰਗਾ ਸਿਨੇਮਾ ਬਣ ਰਿਹਾ। ਔਰ ਇਸ ਤੋਂ ਇਲਾਵਾ ਜਿੱਦਾਂ ਜਤਿੰਦਰ ਮੌਰ ਨੇ, ਉਹ ਤਾਂ ਚਲੋ ਸਾਡੇ ਮਤਲਬ ਕਹਿ ਲਓ ਸਾਡੇ ਲਾਣੇ 'ਚੋਂ ਹੀ ਨੇ, ਉਹ ਆਪ ਲਿਖਦੇ ਨੇ, ਉਹਨਾਂ ਨਾਲ ਦਲਜੀਤ ਅਮੀ ਹੈਲਪ ਕਰਦੇ ਨੇ, ਉਹ ਇੱਕ ਅਲੱਗ ਤਰ੍ਹਾਂ ਦਾ ਸਿਨੇਮਾ ਲੈ ਕੇ ਆਉਂਦੇ ਨੇ। ਸੋ ਇਹ ਇਹ ਚੰਗੀਆਂ ਫਿਲਮਾਂ ਇਹੀ ਨੇ ਜਿਹੜੇ ਇਹ ਆਪ ਲਿਖ ਰਹੇ ਨੇ, ਜਾਂ ਅੰਬਰ ਨੇ, ਅੰਬਰ ਆਪ ਡਾਇਰੈਕਟ ਕਰਦੇ ਨੇ, ਲਿਖ ਪਹਿਲਾਂ ਲਿਖਦੇ ਸੀਗੇ, ਉਹਨਾਂ ਦਾ ਸਿਨੇਮਾ ਵੀ ਚੰਗਾ ਹੈਗਾ ਜਿਹੜਾ ਕਾਫੀ ਲੋਕਾਂ ਦਾ ਪੁਆਇੰਟ ਆ। ਸੋ ਮੈਨੂੰ ਲੱਗਦਾ ਸਾਨੂੰ ਚੰਗੇ ਰਾਈਟਰ ਦੀ ਲੋੜ ਆ, ਆਹ ਤਿੰਨ ਚਾਰ ਚੰਗੇ ਰਾਈਟਰ ਨੇ, ਇਹਨਾਂ ਦੀਆਂ ਫਿਲਮਾਂ ਹਮੇਸ਼ਾ ਹੀ ਕੁਛ ਨਾ ਕੁਛ ਹੁੰਦਾ ਉਹਨਾਂ 'ਚ, ਅਤੇ ਬਾਕੀ ਦਾ ਸਿਨੇਮਾ ਤਾਂ ਫਿਰ ਜਿਹੜੇ ਡਾਇਰੈਕਟਰਸ ਵੀ ਨੇ ਦੇਖੋ ਉਹਨਾਂ 'ਚ ਵੀ ਕੰਸਿਸਟੈਂਸੀ ਨਹੀਂ ਹੁੰਦੀ, ਕਦੇ ਉਹ ਚੰਗੀ ਫਿਲਮ ਬਣਾਉਂਦੇ ਨੇ ਕਦੇ ਨਹੀਂ। ਉਹਦਾ ਮਤਲਬ ਹੈ ਜਦੋਂ ਉਹਨਾਂ ਕੋਲ ਚੰਗੇ ਰਾਈਟਰ ਹੁੰਦੇ ਆ ਉਦੋਂ ਉਹਨੂੰ ਫਿਲਮ ਚੰਗੀ ਹੁੰਦੀ ਹੈ, ਜਦੋਂ ਚੰਗੇ ਰਾਈਟਰ ਨਹੀਂ ਹੁੰਦੇ ਫਿਲਮ ਮਾੜੀ ਹੁੰਦੀ ਹੈ। ਸੋ ਡੈਫੀਨੇਟਲੀ ਪੰਜਾਬ ਦੇ ਵਿੱਚ ਸਾਨੂੰ ਬਹੁਤ ਸਾਰੇ ਚੰਗੇ ਰਾਈਟਰਸ ਦੀ ਲੋੜ ਹੈ, ਜਿੱਦਾਂ ਤਿੰਨ ਚਾਰ ਰਾਈਟਰਸ ਦਾ ਮੈਂ ਜ਼ਿਕਰ ਕੀਤਾ, ਇਹਨਾਂ ਦੇ ਆਉਣ ਨਾਲ ਕਿੰਨਾ ਅੱਛਾ ਸਿਨੇਮਾ ਬਣ ਰਿਹਾ ਹੈ, ਪੰਮਾ ਮੁੱਖ ਧਾਰਾ ਦਾ ਸਿਨੇਮਾ। ਅਤੇ ਉੱਦਾਂ ਹੀ ਜੇ ਹੋਰ ਚੰਗੇ ਰਾਈਟਰ ਆਉਣ ਤਾਂ ਸਾਡਾ ਸਿਨੇਮਾ ਹੋਰ ਅੱਗੇ ਵਧੇ, ਕਿਉਂਕਿ ਨਾ ਪ੍ਰੋਡਿਊਸਰ ਦੀ ਕਮੀ ਹੈ ਨਾ ਡਾਇਰੈਕਟਰ ਦੀ ਕਮੀ ਹੈ, ਤਾਂ ਹੀ ਉਹ 100-100 ਫਿਲਮਾਂ ਬਣਾ ਰਹੇ ਹਾਂ ਅਸੀਂ ਸਾਲ 'ਚ, ਰਾਈਟਰਸ ਦੀ ਡੈਫੀਨੇਟਲੀ ਕਮੀ ਹੈ। ਔਰ ਰਾਈਟਰ ਵੀ ਰੁਪਿੰਦਰ ਜੀ ਅਲੱਗ ਅਲੱਗ ਤਰ੍ਹਾਂ ਦੇ ਆਉਣੇ ਚਾਹੀਦੇ ਹੈ, ਮਤਲਬ ਜਿਹੜੇ ਅਲੱਗ ਅਲੱਗ ਤਰ੍ਹਾਂ ਦੇ ਸਬਜੈਕਟ ਲੈ ਕੇ ਆਉਣ, ਜਿੱਦਾਂ ਦਾ ਸਿਨੇਮਾ ਮਰਾਠੀ 'ਚ ਬਣ ਰਿਹਾ, ਮਤਲਬ ਉੱਥੇ ਮਤਲਬ ਇੱਕ ਤੋਂ ਇੱਕ ਚੰਗੀ ਫਿਲਮ ਬਣਦੀ ਹੈ, ਇੱਕ ਕੋਈ ਚੰਗੀ ਫਿਲਮ ਲੈ ਕੇ ਆਉਂਦਾ, ਦੂਸਰਾ ਉਸ ਤੋਂ ਵਧੀਆ ਫਿਲਮ ਲਿਆਉਂਦਾ। ਮੇ ਬੀ ਉਹਨਾਂ ਦਾ ਜਿਹੜਾ ਉੱਥੇ ਲਿਟਰੇਚਰ ਆ ਉਹ ਸਟਰੋਂਗ ਆ। ਸਾਡੇ ਲਿਟਰੇਚਰ 'ਚ ਇੱਕ ਪ੍ਰੋਬਲਮ ਮੈਨੂੰ ਜ਼ਰੂਰ ਲੱਗਦੀ ਹੈ ਰੁਪਿੰਦਰ ਜੀ, ਕਿ ਜਿਹੜਾ ਸਾਡਾ ਲਿਟਰੇਚਰ ਆ ਉਹ ਯੰਗਸਟਰ ਬਾਰੇ ਨਹੀਂ ਗਾ, ਬਹੁਤ ਅਜੀਬ ਗੱਲ ਹੈ, ਕਿਉਂਕਿ ਮੈਂ ਤਾਂ ਮੇਰੀ ਇਮੈਜੀਨੇਸ਼ਨ ਇੰਨੀ ਹੈ ਨਹੀਂ ਗੀ, ਅਤੇ ਮੈਂ ਹਮੇਸ਼ਾ ਇੰਸਪਾਇਰ ਹੋਣ ਦੇ ਲਈ ਲਿਟਰੇਚਰ ਪੜ੍ਹਦਾ ਕਿ ਮੈਨੂੰ ਕੋਈ ਚੰਗੀ ਗੱਲ ਮਿਲੇ, ਅਤੇ ਮੈਂ ਫਿਲਮਾਂ ਵੀ ਉੱਥੋਂ ਹੀ ਬਣਾਉਂਦਾ। ਯੰਗਸਟਰ ਬਾਰੇ ਸਾਡੇ ਕੋਲ ਲਿਟਰੇਚਰ ਹੈ ਨਹੀਂ ਗਾ, ਤਾਂ ਜਿਹੜਾ ਯੰਗਸਟਰ ਦਾ ਲਿਟਰੇਚਰ ਆ ਉਹ ਸਾਡੇ ਕੋਲ ਹੈ ਨਹੀਂ ਗਾ, ਇਸੇ ਕਰਕੇ ਉਹ ਫਿਲਮਾਂ 'ਚ ਕਨਵਰਟ ਨਹੀਂ ਹੁੰਦਾ, ਅਤੇ ਉਹ ਬਹੁਤ ਦਿੱਕਤ ਹੈ। ਇਹ ਸਪੈਸ਼ਲ ਗੱਲ ਹੈ ਕਿ ਸਾਡੇ ਕੋਲ ਯੰਗਸਟਰ ਦਾ ਲਿਟਰੇਚਰ ਨਹੀਂ ਗਾ ਚੰਗਾ। ਅਸੀਂ ਜਿਹੜੇ ਸਾਡੇ ਪਾਤਰ ਵੀ ਨੇ ਨਾ, ਉਹ ਤੁਸੀਂ ਜੇ ਸਾਰਾ ਜੋ ਵੀ ਲਿਟਰੇਚਰ ਪੰਜਾਬੀ 'ਚ ਲਿਖਿਆ ਜਾ ਰਿਹਾ ਉਹ ਦੇਖੋ, ਅਨੈਲਿਸਿਸ ਕਰੋ, ਉਹ 'ਚ ਯੰਗਸਟਰ ਹੈ ਹੀ ਨਹੀਂ ਗੇ ਕਿਤੇ ਵੀ, ਤਾਂ ਸਿਨੇਮਾ ਯੰਗਸਟਰ ਦਾ ਮੀਡੀਅਮ ਹੈ, ਉਹ ਬਹੁਤ ਵੱਡਾ ਪਹਾੜ ਹੈ। ਨਹੀਂ ਤਾਂ ਅਸੀਂ ਮਤਲਬ ਜੇ ਚੰਗਾ ਮਤਲਬ ਮੈਨੂੰ ਨਹੀਂ ਇਮੈਜੀਨੇਸ਼ਨ ਮੇਰੀ ਚੰਗੀ, ਮੈਨੂੰ ਕੋਈ ਯੰਗਸਟਰ ਦੀ ਚੰਗੀ ਕਹਾਣੀ ਬਣੇ, ਮੈਂ ਚੁੱਕ ਕੇ ਫਿਲਮ ਬਣਾਵਾਂ। ਤੁਸੀਂ ਮੇਰਾ ਸਿਨੇਮਾ ਦੇਖੋ, ਹਮੇਸ਼ਾ ਮਚੋਰ ਕਰੈਕਟਰਸ ਹੀ ਹੁੰਦੇ ਆ ਉਹਦੇ 'ਚ, ਉਹ ਇਸ ਕਰਕੇ ਹੁੰਦੇ ਆ ਕਿਉਂਕਿ ਮੈਂ ਲਿਟਰੇਚਰ ਤੋਂ ਇੰਸਪਾਇਰਡ ਉਹਨਾਂ ਲਿਟਰੇਚਰ 'ਚ ਯੰਗਸਟਰ ਹੈ ਹੀ ਨਹੀਂ ਗੇ। ਮੈਂ ਲੱਭਦਾ ਰਹਿੰਦਾ, ਮੈਂ ਮਿੰਨਤਾਂ ਤਰਲੀ ਬਹੁਤ ਕਰਦਾ ਸਾਰੇ ਰਾਈਟਰਸ ਦੀ, ਕਿਉਂਕਿ ਬਹੁਤ ਸਾਰੇ ਦੋਸਤ ਮਿੱਤਰ ਨੇ ਕਿ ਯਾਰ ਯੰਗਸਟਰਸ ਬਾਰੇ ਕਿਉਂ ਨਹੀਂ ਲਿਖਦੇ ਤੁਸੀਂ। ਦੇਖੋ ਕਮਾਲ ਦੀ ਗੱਲ ਹੈ ਕਿ ਸਾਡੀ ਇੱਕੋ ਹੀ ਵਿਧਾ ਹੈਗੀ ਜਿਹੜੀ ਯੰਗਸਟਰ ਬਾਰੇ ਲਿਖ ਰਹੀ ਹੈ, ਅਤੇ ਉਹ ਸਭ ਤੋਂ ਪਾਪੂਲਰ ਆ, ਉਹ ਸਬਜੈਕਟ ਬਾਰੇ ਨਹੀਂ ਆਪਾਂ ਗੱਲ ਕਰਨੀ, ਸਾਡੇ ਜਿਹੜੇ ਗੀਤ ਨੇ ਉਹ ਨੇ ਯੰਗਸਟਰਸ ਬਾਰੇ, ਅਤੇ ਉਹੀ ਸਭ ਤੋਂ ਵੱਧ ਪਾਪੂਲਰ ਨੇ, ਔਰ ਜਿਹਦੇ ਵਿੱਚ ਉਹਨਾਂ ਦਾ ਇੱਕ ਕਿਰਦਾਰ ਹੈ ਜਿਹੜਾ ਉਹ ਅਸਲ 'ਚ ਸੰਘਰਸ਼ਸ਼ੀਲ ਨਹੀਂ ਵਿਖਾਇਆ ਜਾਂਦਾ, ਹੈ ਨਾ। ਮੈਂ ਕਹਿ ਰਹੇ ਕਿ ਜੇ ਗੀਤ ਯੰਗਸਟਰਸ ਬਾਰੇ ਨੇ, ਤਾਂ ਸਾਡਾ ਲਿਟਰੇਚਰ, ਸੀਰੀਅਸ ਲਿਟਰੇਚਰ ਉਹਨਾਂ ਬਾਰੇ ਕਿਉਂ ਨਹੀਂ ਗਾ? ਇਹ ਬਹੁਤ ਵੱਡੀ ਦਿੱਕਤ ਹੈ, ਮੈਨੂੰ ਲੱਗਦਾ ਇਹਨੂੰ ਐਡਰੈਸ ਨਹੀਂ ਕਰਦੇ ਕੋਈ ਵੀ। ਮੈਂ ਤਾਂ ਜਿੱਦਾਂ ਯੂਨੀਵਰਸਿਟੀਆਂ 'ਚ ਵੀ ਜਾਂਦਾ, ਅਤੇ ਮੈਂ ਹਮੇਸ਼ਾ ਉਹਨਾਂ ਨੂੰ ਕਹਿੰਦਾ ਹੁੰਦਾ ਕਿ ਦੇਖੋ ਤੁਸੀਂ ਜਦੋਂ ਕਹਾਣੀਕਾਰ ਨਾਲ ਇੰਗੇਜ ਕਰਦੇ ਹੋ, ਜਦੋਂ ਤੁਸੀਂ ਕਵੀਆਂ ਨੂੰ ਬੁਲਾਉਂਦੇ ਹੋ, ਤੁਸੀਂ ਆ ਜਿਹੜੇ ਮੁੰਡੇ ਯੰਗਸਟਰ ਦੇ ਗੀਤ ਲਿਖਦੇ ਆ, ਇਹਨਾਂ ਨੂੰ ਵੀ ਬੁਲਾਓ, ਇਹਨਾਂ ਨਾਲ ਵੀ ਡਾਇਲੋਗ ਕਰੋ, ਕਿਉਂਕਿ ਇਹੀ ਤਾਂ ਕਮਿਊਨੀਕੇਟ ਕਰ ਰਹੇ ਯੰਗਸਟਰਸ ਨੂੰ, ਚੰਗਾ ਮਾੜਾ ਜੋ ਵੀ, ਬਟ ਕਰ ਰਹੇ ਹੈ, ਅਤੇ ਲਿਟਰੇਚਰ ਤਾਂ ਸਾਡਾ ਕਰ ਨਹੀਂ ਰਿਹਾ, ਅਤੇ ਇਸੇ ਕਰਕੇ ਉਹ ਸਾਡੇ ਕੋਲ ਰਾਈਟਰ ਹੈ ਹੀ ਨਹੀਂ ਗੇ ਸਿਨੇਮਾ 'ਚ ਚੰਗੇ। ਇਹ ਬਹੁਤ ਵੱਡੀ ਘਾਟ ਹੈ। ਤੁਸੀਂ ਕਮਰਸ਼ੀਅਲ ਸਿਨੇਮੇ ਦੀ ਆਪਾਂ ਗੱਲ ਕਰਦੇ ਹਾਂ, ਮੁੱਖ ਧਾਰਾ ਦਾ ਸਿਨੇਮਾ ਕਹਿ ਰਹੇ ਹੋ ਨਾ, ਬਹੁਤ ਸਾਲ ਪਹਿਲਾਂ ਜਦੋਂ ਤਕਰੀਬਨ ਪਾਸ਼ੁਣਾ ਦੀ ਮੌਤ ਤੋਂ ਥੋੜ੍ਹੇ ਵਰੇ ਬਾਅਦ ਹੀ ਤੁਸੀਂ ਉਹਨਾਂ ਉੱਤੇ ਇੱਕ ਡਾਕੂਮੈਂਟਰੀ ਬਣਾਈ ਹੈ ਜਿਹੜੀ, ਹੈ ਨਾ। ਉਸ ਸਮੇਂ ਕੋਈ ਖਾਸ ਮਾਧਿਅਮ ਨਹੀਂ ਸੀ ਹੁੰਦਾ ਆਪਣੀ ਗੱਲ ਕਹਿਣ ਦਾ, ਤੁਸੀਂ ਮੈਂ ਕਿਤੇ ਸੁਣ ਰਹੀ ਸੀ ਇਹ ਵੀ ਕਿਹਾ ਵੀ ਜਿਹੜੇ ਕੈਮਰੇ ਵਿਆਹਾਂ ਦੀ ਵੀਡੀਓ ਬਣਾਉਣ 'ਚ ਯੂਜ਼ ਹੁੰਦੇ ਸੀ, ਹੈ ਨਾ, ਉਹਨਾਂ ਨਾਲ ਤੁਸੀਂ ਆਪਣਾ ਕੰਮ ਆ ਜਿਹੜਾ ਉਸ ਸਮੇਂ ਕੀਤਾ। ਹੁਣ ਤੁਹਾਡੇ ਕੋਲ ਮਾਧਿਅਮ ਵੀ ਆ, ਬਹੁਤ ਸਾਰੇ ਹੋਰ ਤਰੀਕੇ ਦੇ ਜਿਹੜੇ ਇਹੋ ਜਿਹੇ ਮਾਧਿਅਮ ਆ ਗਏ ਨੇ, ਜਿਹਨੂੰ ਆਪਾਂ ਯੂਟਿਊਬ ਵੀ ਕਹਿ ਲੈਂਦੇ ਹਾਂ ਜਾਂ ਨੈੱਟਫਲਿਕਸ 'ਤੇ ਬਹੁਤ ਸਾਰੀਆਂ ਜਿਹੜੀਆਂ ਸੀਰੀਜ਼ ਨੇ ਜਿੱਥੇ ਸੈਂਸਰ ਦਾ ਵੀ ਕੰਟਰੋਲ ਨਹੀਂ ਹੈਗਾ, ਹੈ ਨਾ, ਅਸੀਂ ਆਪਣੀ ਗੱਲ ਕਹਿ ਸਕਦੇ ਹਾਂ। ਜਿਸ ਸਮੇਂ ਤੁਸੀਂ ਬਣਾਈ ਉਸ ਸਮੇਂ ਪੰਜਾਬ ਦੀ ਹਵਾ ਵੀ ਜਿਹੜੀ ਉਸ ਪੱਖ 'ਚ ਹੈ ਨਹੀਂ ਸੀ ਕਿ ਅਸੀਂ ਪਾਸ਼ ਦੀ ਗੱਲ ਕਰ ਸਕੀਏ, ਹੈ ਨਾ। ਪਰ ਅੱਜ ਵੀ ਉਹਨਾਂ ਨੂੰ ਜਦੋਂ ਇਨਕਲਾਬੀ ਕਵੀਆਂ ਦੀ ਗੱਲ ਆਉਂਦੀ ਹੈ, ਡਾਕਟਰ ਜਗਤਾਰ ਹੋਣਾ ਦਾ ਜਾਂ ਪਾਸ਼ ਹੋਣਾ ਦਾ ਜ਼ਿਕਰ ਸਭ ਤੋਂ ਪਹਿਲਾਂ ਤੁਰਦਾ ਹੈ। ਹੁਣ ਉਹਨਾਂ ਨੂੰ ਵੱਡੇ ਪੱਧਰ 'ਤੇ ਲੈ ਕੇ ਆਉਣ ਦੀ ਕੋਈ ਇੱਛਾ ਹੈ, ਜਦੋਂ ਅਗਲੇ ਸਮੇਂ ਦੇ ਵਿੱਚ ਕਦੀ ਮੁੱਖ ਧਾਰਾ ਦਾ ਸਿਨੇਮਾ ਕਰਨ ਦੀ ਇੱਛਾ ਜਦੋਂ ਪੈਦਾ ਹੋਈ? ਮੈਨੂੰ ਲੱਗਦਾ ਵੀ ਮੈਨੂੰ ਲੱਗਦਾ ਹੁਣ ਹੋਰ ਲੋਕਾਂ ਨੂੰ ਕਰਨਾ ਚਾਹੀਦਾ ਹੈ, ਕਿਉਂਕਿ ਮੈਂ ਡਾਕੂਮੈਂਟਰੀ ਬਣਾ ਤੀ
ਤੇ ਪਤਾ ਨਹੀਂ ਕਿਉਂ ਮੈਂ ਪਾਸ਼ ਉਹਨਾਂ 'ਤੇ ਫਿਲਮ ਬਣਾਉਣ ਦੀ ਕਦੇ ਮੈਨੂੰ ਇੱਛਾ ਨਹੀਂ ਲੱਗੀ। ਪਿੱਛੇ ਜੇ ਕਾਫੀ ਸਾਲ ਪਹਿਲਾਂ ਅਨੁਰਾਗ ਕਸ਼ਯਪ ਉਹਨਾਂ 'ਤੇ ਫਿਲਮ ਬਣਾਉਣਾ ਚਾਹੁੰਦੇ ਸੀ ਅਤੇ ਇਰਫਾਨ ਪਾਸ਼ ਦਾ ਕਰੈਕਟਰ ਕਰਨਾ ਚਾਹੁੰਦੇ ਸੀ ਅਤੇ ਜਿਹੜੇ ਸਾਲ ਮੈਨੂੰ ਨੈਸ਼ਨਲ ਅਵਾਰਡ ਮਿਲਿਆ ਸੀ ਇਰਫਾਨ ਨੂੰ ਵੀ ਮਿਲਿਆ ਸੀ ਪਾਨ ਸਿੰਘ ਤੋਮਰ ਨੂੰ, ਉੱਥੇ ਉਹਨਾਂ ਨਾਲ ਮੁਲਾਕਾਤ ਹੋਈ ਸੀ ਅਤੇ ਉਹਨਾਂ ਨੇ ਕਿਹਾ ਸੀ ਕਿ ਤੂੰ ਡਾਕੂਮੈਂਟਰੀ ਮੈਨੂੰ ਦੇ ਆਪਣੀ ਅਤੇ ਬਟ ਉਹ ਕਦੇ ਫਿਰ ਦੁਬਾਰਾ ਮੁਲਾਕਾਤ ਨਹੀਂ ਹੋਈ। ਸੋ ਪਤਾ ਨਹੀਂ ਕਿਉਂ ਰੁਪਿੰਦਰ ਜੀ ਮੈਨੂੰ ਲੱਗਦਾ ਵੀ ਕਿਸੇ ਹੋਰ ਨੂੰ ਬਣਾਉਣੀ ਚਾਹੀਦੀ ਹੈ, ਮੈਨੂੰ ਨਹੀਂ ਉਹ ਫਿਲਮ ਬਣਾਉਣੀ ਚਾਹੀਦੀ, ਪਤਾ ਨਹੀਂ ਕਿਉਂ। ਮੈਂ ਜਿਹੜੀ ਫਿਲਮ ਬਣਾਉਣਾ ਚਾਹੁੰਦਾ ਉਹ ਮੈਂ ਤੁਹਾਨੂੰ ਜ਼ਰੂਰ ਦੱਸ ਦਿੰਦਾ, ਮੈਂ ਇੱਕ ਫਿਲਮ ਬਣਾਉਣਾ ਚਾਹੁੰਦਾ ਜਿਹਦਾ ਟਾਈਟਲ ਹੈਗਾ ਰਕਾਨਸ। ਉਹ ਚਾਰ ਔਰਤਾਂ ਦੀ ਕਹਾਣੀ ਹੈ ਜਿਹੜੀਆਂ ਪੰਜਾਬ ਦੇ ਚਾਰ ਡਿਫਰੈਂਟ ਡਿਫਰੈਂਟ ਕਹਿ ਲਓ ਸੋਸ਼ਲ ਇਕਨੋਮਿਕ ਬੈਕਗਰਾਊਂਡ ਨੂੰ ਰੀਪ੍ਰਜੈਂਟ ਕਰਦੀਆਂ ਨੇ। ਉਹ ਮੈਂ ਜ਼ਰੂਰ ਬਣਾਉਣਾ ਚਾਹੁੰਦਾ ਕਿਉਂਕਿ ਮੈਨੂੰ ਲੱਗਦਾ ਇੱਕ ਇਹੋ ਜਿਹੀ ਫਿਲਮ ਹੋਵੇ ਜਿਹੜੀਆਂ ਫੋਕਸ ਹੀ ਵੁਮੈਨ 'ਤੇ ਕਰੇ, ਮਤਲਬ ਜਿਹਦੇ 'ਚ ਮੇਲ ਜਿਹੜੇ ਕਰੈਕਟਰ ਨੇ ਉਹ ਸਪੋਰਟਿੰਗ 'ਚ ਭਾਵਾਂ ਹੋਣ ਬਟ ਉਹਨਾਂ ਦਾ ਕੋਈ ਉਸ ਕਿਸਮ ਨਾਲ ਬਹੁਤੇ ਫੋਰ ਫਰੰਟ 'ਤੇ ਨਾ ਹੋਣ, ਅਤੇ ਉਹ ਜ਼ਰੂਰ ਹੈਗੀ ਇੱਛਾ। ਉਹ ਜਦੋਂ ਵੀ ਕਿਸੇ ਪਲੇਟਫਾਰਮ 'ਤੇ ਬਣ ਸਕੀ ਜ਼ਰੂਰ ਬਣਾਵਾਂਗੇ ਜਿਹਦੇ 'ਚ ਪੰਜਾਬ ਦੀ ਵਿਮੈਨ ਦੀ ਕਾਫੀ ਸਾਰੀ ਰੀਪ੍ਰਜੈਂਟੇਸ਼ਨ ਹੋਵੇ। ਬਹੁਤ ਸੋਹਣੀ ਗੱਲਬਾਤ ਹੋਈ ਸਰ, ਬਹੁਤ ਕੁਛ ਨਵਾਂ ਜਿਹੜਾ ਸਿੱਖਣ ਨੂੰ ਸਾਨੂੰ ਮਿਲਿਆ, ਤੁਹਾਡੀ ਵਿਚਾਰਧਾਰਾ ਵੀ ਹੈ ਜਿਹੜੀ ਉਹ ਵੀ ਲੋਕਾਂ ਤੱਕ ਜ਼ਰੂਰ ਪਹੁੰਚੇਗੀ। ਤੁਸੀਂ ਬਹੁਤ ਚੰਗਾ ਕੰਮ ਕਰ ਰਹੇ ਹੋ ਇਸ ਖੇਤਰ ਦੇ ਵਿੱਚ, ਖਾਸ ਕਰਕੇ ਜਿਵੇਂ ਕਹਾਂ ਉਹਨਾਂ ਲੋਕਾਂ ਲਈ ਜਿਹੜੇ ਆਪਣੇ ਦਮ 'ਤੇ ਉੱਠ ਕੇ ਅੱਗੇ ਆਉਂਦੇ ਆ, ਜਾਂ ਉਹ ਲੋਕ ਜਿਨ੍ਹਾਂ ਦੀ ਅੱਜ ਤੱਕ ਕਿਸੇ ਵੀ ਮਾਧਿਅਮ 'ਤੇ ਬਹੁਤ ਥੋੜ੍ਹੀ ਗੱਲ ਹੁੰਦੀ ਹੈ। ਅਸੀਂ ਚਾਹਾਂਗੇ ਕਿ ਇਸੇ ਹੀਲੀ ਦੇ ਵਿੱਚ ਤੁਸੀਂ ਹਮੇਸ਼ਾ ਤੁਰਦੇ ਰਹੋ, ਉਹਨਾਂ ਲੋਕਾਂ ਤੱਕ ਪਹੁੰਚਦੇ ਰਹੋ ਜਿਨ੍ਹਾਂ ਦੀ ਸਹੀ ਗੱਲ ਹੈ ਕਿ ਅੱਜ ਤੱਕ ਉਹਨਾਂ ਨੂੰ ਆਪਣੀ ਕਹਾਣੀ ਦੇਖਣ ਲਈ ਵੀ ਹੈ ਨਾ ਕਦੀ ਅੱਜ ਤੱਕ ਉਹਨਾਂ ਨੇ ਸਿਨੇਮਾ ਦੇ ਵਿੱਚ ਐਂਟਰ ਨਹੀਂ ਕੀਤਾ। ਬਹੁਤ ਚੰਗੀ ਗੱਲ ਆ, ਲੀਹ ਤੋਂ ਹਟ ਕੇ ਤੁਸੀਂ ਕੰਮ ਕਰ ਰਹੇ ਹੋ, ਅਤੇ ਇਹ ਜਿਹੜਾ ਤੁਹਾਡਾ ਡ੍ਰੀਮ ਪ੍ਰੋਜੈਕਟ ਜਿਹਨੂੰ ਮੈਂ ਕਹਿ ਸਕਦੀ ਹਾਂ ਕਿ ਰਕਾਨਸ, ਇਹ ਵੀ ਸਾਨੂੰ ਦੇਖਣ ਨੂੰ ਮਿਲੇ, ਲੋਕਾਂ ਦੀ ਗੱਲ ਕਰੇ, ਲੋਕਾਂ ਲਈ ਸਿਨੇਮਾ ਤੁਸੀਂ ਬਣਾਓ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਤੁਸੀਂ ਮੈਨੂੰ ਲੱਗਦਾ ਗੱਲਬਾਤ ਬਹੁਤ ਲੰਬੀ ਹੋ ਗਈ, ਅਤੇ ਕਿਉਂਕਿ ਆਪਣੀ ਗੱਲ ਕਰਨ ਦੇ ਬਹੁਤ ਜ਼ਿਆਦਾ ਮੌਕੇ ਮਿਲਦੇ ਨੀਗੇ, ਅਤੇ ਤੁਸੀਂ ਸਾਨੂੰ ਮੌਕਾ ਦਿੱਤਾ ਮੈਨੂੰ ਆਪਣੀ ਗੱਲ ਦਰਸ਼ਕਾਂ ਨਾਲ ਸਾਂਝੀ ਕਰਨ ਦਾ। ਮੈਂ ਤੁਹਾਡਾ ਅਤੇ ਵੀ ਸੋਸ਼ਲ ਦਾ ਵੀ ਬਹੁਤ ਜ਼ਿਆਦਾ ਧੰਨਵਾਦ ਕਰਦਾ ਵੀ ਮੈਨੂੰ ਮੌਕਾ ਦਿੱਤਾ, ਅਤੇ ਮੈਂ ਤੁਹਾਨੂੰ ਵੀ ਬੇਨਤੀ ਕਰਦਾ ਵੀ ਤੁਸੀਂ ਵੀ ਕੋਈ ਫਿਲਮ ਸਕ੍ਰਿਪਟ ਜ਼ਰੂਰ ਲਿਖੋ ਕਿਉਂਕਿ ਤੁਹਾਡੇ 'ਚ ਬਹੁਤ ਪੋਟੈਂਸ਼ਲ ਹੈ। ਅਤੇ ਮੈਨੂੰ ਅੱਜ ਦੇ ਟਾਈਮ 'ਚ ਜਿਹੜੇ ਲੋਕ ਕੁਛ ਅੱਛਾ ਕਰ ਸਕਦੇ ਆ ਅਤੇ ਮੈਂ ਉਹਨਾਂ ਨੂੰ ਬਹੁਤ ਪੁਸ਼ ਕਰਦਾ ਕਿਉਂਕਿ ਮੈਨੂੰ ਲੱਗਦਾ ਉਹਨਾਂ 'ਚ ਬਹੁਤ ਪੋਟੈਂਸ਼ਲ ਹੈ, ਭਾਵਾਂ ਯੰਗਸਟਰ ਹੋਣ, ਜਿਨ੍ਹਾਂ 'ਚ ਮੈਨੂੰ ਥੋੜ੍ਹਾ ਜਿਹਾ ਵੀ ਲੱਗਦਾ ਅਤੇ ਮੈਨੂੰ ਲੱਗਦਾ ਮੈਂ ਬਣਾਵਾਂ ਨਾ ਬਣਾਵਾਂ, ਇਹਨਾਂ ਨੂੰ ਜ਼ਰੂਰ ਕੁਛ ਕਰਨਾ ਚਾਹੀਦਾ ਕਿਉਂਕਿ ਉਹਨਾਂ 'ਚ ਪੋਟੈਂਸ਼ਲ ਹੈ। ਮਤਲਬ ਮੈਂ ਹੁਣ ਉਸ ਸਟੇਜ 'ਤੇ ਹਾਂ ਕਿ ਮੈਨੂੰ ਲੱਗਦਾ ਕਿ ਜਿਹੜੇ ਆਲੇ ਦੁਆਲੇ ਹੋਰ ਅੱਛਾ ਕੰਮ ਕਰ ਸਕਦੇ, ਮੈਂ ਉਹਨਾਂ ਨੂੰ ਪੁਸ਼ ਕਰਾਂ। ਬਿਲਕੁਲ, ਸਾਡੀ ਵੀ ਖੁਸ਼ਕਿਸਮਤੀ ਹੋਏਗੀ ਕਿ ਕਦੀ ਹੈ ਨਾ ਮੇਰੀ ਕਹਾਣੀ ਤੁਸੀਂ ਆਪਣੀ ਜ਼ਬਾਨੀ ਕਹੋ। ਬਹੁਤ ਚੰਗੀ ਗੱਲਬਾਤ ਹੋਈ ਸਰ, ਸ਼ੁਕਰੀਆ। ਸਤਿ ਸ਼੍ਰੀ ਅਕਾਲ।